ਇਨਿੰਗ ਫਰੈਂਡਸ ਮੈਂ ਰੋਹਿਤ ਸੇਠੀ ਅੱਜ ESS ਗਲੋਬਲ ਤੋਂ ਤੁਹਾਡੇ ਅੰਦਰ ਫਿਰ ਆਪਣੇ ਦਿਲ ਦੀ ਗੱਲ ਜਿਹੜਾ ਕੱਲ ਇੱਥੇ ਪੋਸਟ ਪਈ ਸੀਗੀ ਅਬਾਊਟ 6 ਬੈਂਡ ਹੋਣ ਦੇ ਬਾਵਜੂਦ ਵੀ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਉਹਦੇ ਬਾਰੇ ਥੋੜੀ ਗੱਲਬਾਤ ਕਰਨਾ ਚਾਹਨਾ ਹੈ। ਬੜਾ ਇੰਪੋਰਟੈਂਟ ਤੇ ਬੜਾ ਕ੍ਰੂਸ਼ਲ ਜਿਹਾ ਪੁਆਇੰਟ ਹੈ ਜਿਹਦੇ ਵਿੱਚ ਕਿ ਪਿਛਲੇ 18 ਸਾਲ ਦਾ ਐਕਸਪੀਰੀਅੰਸ ਲੈ ਕੇ ਇਸ ਟੌਪਿਕ ਤੇ ਪਹੁੰਚਣ ਦੀ ਗੱਲ ਕਰਨ ਜਾ ਰਿਹਾ ਹੈਗਾ ਜਿਹਦੇ ਵਿੱਚ ਇੱਕ ਨਾ ਜਸਟ ਬਠਿੰਡੇ ਜਾ ਰਹੇ ਸੀ ਅਸੀਂ ਲਾਸਟ ਵੀਕ ਜਾਂ ਸੈਮੀਨਾਰ ਤੇ 10 ਦਿਨ ਪਹਿਲਾਂ ਜਿਹੜੇ ਗਲੀ ਚ ਨੰਗੇ ਬੜੀ ਪਾਪੂਲਰ ਜੀ ਰੋਡ ਹੈ ਉੱਥੇ ਸੱਜੇ ਖੱਬੇ ਦੇਖੋਗੇ ਆਲ ਸੈਂਟਰ ਹੈ ਬੱਚੇ ਬਹੁਤ ਸਾਰੇ ਸੜਕਾਂ ਤੇ ਤੁਰਦੇ ਫਿਰਦੇ ਰਹਿੰਦੇ ਨੇ ਆਲ ਸੈਂਟਰ ਤੋਂ ਨਿਕਲ ਕੇ ਹਰੇਕ ਇੱਕ ਹੋਪ ਲੈ ਕੇ ਆਉਂਦਾ ਵੀ ਅੱਜ 6.0 ਬੈਂਡ ਮੇਰੇ ਆ ਗਏ ਨੇ 3 ਮਹੀਨੇ ਦੀ ਮਿਹਨਤ ਤੋਂ ਬਾਅਦ 4 ਮਹੀਨੇ ਦੀ ਮਿਹਨਤ ਤੋਂ ਬਾਅਦ ਔਰ ਅਦਰਵਾਈਜ਼ ਜਿਹੜਾ ਕੀ ਹੈ ਕੋਈ ਦੋ ਦੋ ਵਾਰ ਆਲਸ ਕਰਦੇ ਨੇ ਤਿੰਨ ਤਿੰਨ ਵਾਰ ਆਲਸ ਕਰਦੇ ਨੇ ਇੱਕ ਇੱਕ ਸਾਲ ਦੇ ਗੈਪ ਕਰਨ ਤੋਂ ਬਾਅਦ ਆਲਸ ਦਾ ਉਹ ਨਹੀਂ ਛੱਡਦੇ ਬਟ ਇੱਕੋ ਹੋਪ ਹੁੰਦੀ ਹੈ 6.0 ਬੈਂਡ ਐਟਲੀਸਟ ਸਾਡੇ ਆ ਜਾਣ ਤੇ ਅਸੀਂ ਕਿਸੇ ਆਸਟ੍ਰੇਲੀਆ ਨਿਊਜ਼ੀਲੈਂਡ UK ਜਾਂ ਕੈਨੇਡਾ ਵਾਸਤੇ ਅਪਲਾਈ ਕਰਨ ਲਈ ਤਿਆਰ ਹੋ ਜਾਈਏ। ਬਾਵਜੂਦ 6.0 ਬੈਂਡ ਆਉਣ ਦੇ ਇੱਕ ਬੱਚਾ ਰਿਫਿਊਜ਼ ਹੋ ਜਾਂਦਾ ਹੈ ਤੇ ਡਿਸਹਾਰਟਨ ਹੋ ਜਾਂਦਾ ਬੁਰੀ ਤਰ੍ਹਾਂ ਦਿਲ ਟੁੱਟ ਜਾਂਦਾ ਵੀ ਕੀ ਆਹਾਂ ਮੇਰੇ ਬੈਂਡ ਪ੍ਰੋਪਰ ਨਹੀਂ ਸੀ ਜਾਂ ਕੀ ਹੋਇਆ ਮੇਰੇ ਨਾਲ ਜਦ ਮੈਨੂੰ ਪਹਿਲੀ ਵਾਰ ਕਾਉਂਸਲਿੰਗ ਸੀ ਕਿਸੇ ਦੀ 6.0 ਬੈਂਡ ਕਿਹਾ ਗਿਆ ਤੇ ਉਸ ਤੋਂ ਬਾਅਦ ਵੀਜ਼ਾ ਦੇ ਫਾਈਲ ਸ਼ੁਰੂ ਕੀਤਾ ਗਿਆ ਤਾਂ ਬੜਾ ਇੰਪੋਰਟੈਂਟ ਟੌਪਿਕ ਹੈ ਇਹ ਜਿਹਦੇ ਵਿੱਚ ਕਿ ਨਿਚੋੜ ਕੀ ਹੈ ਪਿਛਲੇ 10 ਦਿਨਾਂ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਆਫਿਸ ਗਏ ਨੇ ਬਹੁਤ ਸਾਰੇ ਸੀਰੀਜ਼ ਆਫ ਰਿਫਿਊਜ਼ਲ ਦੇਖੇ ਕੁਛ ਜਿਹੜੀ ਮੇਰੀ ਸੋਚ ਹੈ ਕੁਛ ਜੈਨੂਅਨ ਰਿਫਿਊਜ਼ਲ ਵੀ ਹੁੰਦੇ ਨੇ ਵਿੱਚ ਵੀ ਵੀਜ਼ਾ ਅਫਸਰ ਨੇ ਜੋ ਕਿਹਾ ਉਹ ਸਹੀ ਕਿਹਾ ਕੁਛ ਇਹੋ ਜਿਹੇ ਰਿਫਿਊਜ਼ਲ ਵੀ ਹੁੰਦੇ ਨੇ ਜਿਹਨਾਂ ਫਾਈਟ ਬੈਕ ਹੁੰਦਾ ਹੈਗਾ ਵੀ ਹਾਂਜੀ ਇਹ ਸਾਨੂੰ ਲੱਗਦਾ ਰਿਫਿਊਜ਼ਲ ਇਹ ਸਹੀ ਨਹੀਂ ਹੈਗਾ ਇਹਦੀ ਫਾਈਟ ਬੈਕ ਕੀਤੀ ਜਾਵੇ ਤਾਂ ਉਸੇ ਤਰੀਕੇ ਨਾਲ ਜੈਨੂਅਨ ਰਿਫਿਊਜ਼ਲ ਆਉਂਦੇ ਨੇ 6.0 ਬੈਂਡ 2017 ਪਾਸ ਆਊਟ ਬੱਚਾ ਦੇਖਿਆ 2018 ਪਾਸ ਆਊਟ ਬੱਚਾ ਦੇਖਿਆ 78% ਬੱਚੇ ਦੇ ਸਕੋਰ ਪਲੱਸ 6.0 ਬੈਂਡ ਉਹਦਾ ਰਿਫਿਊਜ਼ਲ ਆਇਆ। ਸਭ ਤੋਂ ਪਹਿਲਾਂ ਸਵਾਲ ਕੀ ਆਉਂਦਾ ਹੈ ਕਿ ਮੈਂ ਗਲਤ ਕੀ ਕਰਦਾ ਪਿਆ ਹੈਗਾ ਬੀਂਗ ਏ ਸਟੂਡੈਂਟ ਮੈਂ ਇਹੀ ਆਪਣੇ ਆਸ ਪਾਸ ਸੱਜੇ ਖੱਬੇ ਦੇਖਿਆ ਜੋ ਮੇਰੇ ਪੀਅਰਸ ਪਹਿਲਾਂ ਗਏ ਨੇ ਜੋ ਮੇਰੇ ਸੀਨੀਅਰਸ ਗਏ ਨੇ 6.0 ਬੈਂਡ ਦੇ ਨਾਲ ਨਿਕਲ ਗਏ ਸੀਗੇ ਤੇ ਮੈਨੂੰ ਪ੍ਰੋਫਾਈਲ 'ਚ ਕੀ ਪ੍ਰੋਬਲਮ ਹੈ ਕਿ ਮੇਰਾ ਵੀਜ਼ਾ ਨਹੀਂ ਲੱਗਿਆ ਕਿ ਮੇਰਾ ਪ੍ਰੋਫਾਈਲ ਗਲਤ ਹੈ ਕਿ ਮੇਰਾ ਕੰਸਲਟੈਂਟ ਗਲਤ ਹੈ ਕਿ ਹੋਰ ਪ੍ਰੋਬਲਮ ਹੈਗੀ ਮੇਰੀ ਫਾਈਲ ਦੇ ਵਿੱਚ ਕਿ ਮੈਨੂੰ ਜਿਹੜੀ ਮੈਂ ਚੀਜ਼ ਸ਼ੁਰੂ ਕੀਤੀ ਸੀ ਉਹ ਮੈਨੂੰ ਮਿਲ ਨਹੀਂ ਪਾਈ। ਬਹੁਤ ਸਾਰੀ ਚੀਜ਼ਾਂ ਆਉਂਦੀਆਂ ਫਿਰ ਬੱਚਾ ਜਦੋਂ ਭਟਕਦਾ ਹੈਗਾ ਦਰ ਬਦਰ ਕੰਸਲਟੈਂਟ ਟੂ ਕੰਸਲਟੈਂਟ ਆਪਣੀ ਚਿੱਠੀ ਲੈ ਕੇ ਫਿਰ ਕੰਸਲਟੈਂਟ ਸਵਾਲ ਲੈਣ ਲਈ ਕੁਛ ਚੀਜ਼ਾਂ ਦੱਸਦੇ ਨੇ ਜਿਹੜਾ ਕੀ ਕਹਿੰਦਾ ਜੀ ਵੀ ਹਾਂਜੀ ਆਹ ਗਲਤੀ ਹੋ ਗਈ ਉਹ ਗਲਤੀ ਹੋ ਗਈ ਤੁਹਾਡੀ ਪ੍ਰੋਫਾਈਲ ਦੇ ਵਿੱਚ ਐਂਡ ਸੋ ਆਨ ਸੋ ਫੋਰਥ। ਬਟ ਬੇਸਿਕ ਜੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪਿਛਲੇ ਜਿਹੜਾ 18 ਸਾਲ ਦਾ ਮੇਰਾ ਐਕਸਪੀਰੀਅੰਸ ਹੈ ਇਸ ਇੰਡਸਟਰੀ ਦੇ ਵਿੱਚ ਸਟਾਰਟਿੰਗ ਫਰੋਮ ਆਸਟ੍ਰੇਲੀਆ ਐਂਡ ਸਟਿਲ ਡੂਇੰਗ ਆਸਟ੍ਰੇਲੀਆ ਅੱਜ 2019 ਦੇ ਵਿੱਚ। ਆਸਟ੍ਰੇਲੀਆ ਨੇ ਉਹ ਸਮਾਂ ਦੇਖਿਆ 2008 ਦੇ ਵਿੱਚ ਜਦਕਿ ਇੱਕ ਇੱਥੋਂ MBBS ਗ੍ਰੈਜੂਏਟ ਵੀ ਡਿਪਲੋਮਾ ਆਫ ਹੇਅਰ ਡਰੈਸਿੰਗ ਵਾਸਤੇ ਜਾਂਦਾ ਸੀਗਾ ਕਮਰਸ਼ੀਅਲ ਕੁੱਕਰੀ ਵਾਸਤੇ ਜਾਂਦਾ ਸੀ ਪੈਟਸਰੀ ਵਾਸਤੇ ਜਾਂਦਾ ਸੀ ਨਾ ਉਹ ਛੋਟੇ ਛੋਟੇ ਡਿਪਲੋਮੇ ਕਿਉਂਕਿ ਉਦੋਂ MODL ਲਿਸਟ ਕਰਕੇ ਇੱਕ ਲਿਸਟ ਹੁੰਦੀ ਸੀ ਜਿਹਦੇ ਹੇਠਾਂ ਆਪਣਾ ਬੱਚਾ ਕੋਰਸ ਸਿਲੈਕਟ ਕਰਦਾ ਸੀਗਾ ਤੁਹਾਡੇ ਰਿਸ਼ਤੇਦਾਰ ਤੁਹਾਡੇ ਭੈਣ ਭਰਾ ਤੁਹਾਡੇ ਚਾਚਾ ਚਾਚੀ ਜਾਂ ਮਾਮਾ ਮਾਮੀ ਜਿਹੜੇ ਹੁਣ ਆਸਟ੍ਰੇਲੀਆ ਸੈਟਲ ਨੇ ਇਹ 2008 ਵਿੱਚ ਇਹਨਾਂ ਕੋਰਸਿਸ ਰਾਹੀਂ ਗਏ ਹੋਣਗੇ ਕਿਤੇ ਨਾ ਕਿਤੇ। 2012 ਚ ਆਉਂਦੇ ਆਉਂਦੇ ਆਹ ਪ੍ਰੋਗਰਾਮ SSVF ਬਣ ਗਿਆ ਉਸ ਤੋਂ ਬਾਅਦ ਕਾਫੀ ਅਮੈਂਡਮੈਂਟ ਆਉਂਦੇ ਆਉਂਦੇ SVP ਬਣ ਗਿਆ ਤਾਂ ਇਸ ਵਿੱਚ ਇਹ 18 ਸਾਲਾਂ ਦੇ ਦੌਰਾਨ 3 ਵਾਰ ਇਹੋ ਜਿਹੇ ਫੇਜ਼ ਆਏ ਜਿਸ ਵਿੱਚ ਕਿ ਆਸਟ੍ਰੇਲੀਅਨ ਯੂਨੀਵਰਸਿਟੀਜ਼ ਨੇ ਪ੍ਰਮੋਟ ਕੀਤਾ ਜੇ ਤੁਸੀਂ ਸਾਡੇ ਕੋਲ ਵਿਦਆਊਟ ਆਇਲਸ ਵੀ ਆਉਣਾ ਚਾਹੁੰਦੇ ਹੋ ਫਿਰ ਵੀ ਤੁਹਾਨੂੰ ਐਡਮਿਸ਼ਨ ਮਿਲੂਗੀ ਤੇ ਹਾਈ ਕਮਿਸ਼ਨ ਉਹਨੂੰ ਵੀਜ਼ਾ ਵੀ ਦਿੰਦਾ ਸੀਗਾ ਤੇ ਇਹੋ ਜਿਹੀ ਕੀ ਚੀਜ਼ ਸੀਗੀ ਜਦ ਇੱਕ ਵਿਦਆਊਟ ਆਇਲਸ ਫੇਜ਼ ਆਇਆ ਉਦੋਂ ਬੱਚਿਆਂ ਨੂੰ ਮਿਲਣੇ ਸ਼ੁਰੂ ਹੋ ਗਏ ਵੀਜ਼ਾ ਮਿਲਦੇ ਸੀ ਵੀਜ਼ਾ ਐਡਮਿਸ਼ਨ ਵੀ ਮਿਲਦੀ ਸੀ ਤੇ ਅੱਜ 6.0 ਬੈਂਡ ਦੇ ਨਾਲ ਵੀ 6.0 ਬੈਂਡ ਲੈ ਕੇ ਵੀ ਬੱਚਾ ਰਿਫਿਊਜ਼ਲ ਦਾ ਸਾਹਮਣਾ ਕਰਦਾ। ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਜਿਸ ਤਾਦਾਦ ਨਾਲ ਇੱਥੋਂ ਬੱਚਾ ਬਾਹਰ ਜਾ ਰਿਹਾ ਜਿਸ ਤਾਦਾਦ ਨਾਲ ਇੱਥੋਂ ਬੱਚਾ ਆਇਲਸ ਕਰਦਾ ਹੈਗਾ ਪੈਰਲਲ ਸਕੂਲਸ ਨੇ ਬਹੁਤ ਹਜ਼ਾਰਾਂ ਬੱਚੇ ਆਇਲਸ ਕਰਦੇ ਨੇ ਐਂਡ ਉਹਦੇ ਲਈ ਬੜਾ ਕਰੂਸ਼ਲ ਹੈ ਜੇ ਇੱਕ ਐਵਰੇਜ ਬੱਚੇ ਦੇ 6.0 ਬੈਂਡ ਆਉਂਦੇ ਨੇ ਤਾਂ ਉਹਦੀ ਹੋਪ ਰਿਅਲਿਸਟਿਕ ਕੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਰਿਅਲਿਸਟਿਕ ਫਿਊਚਰ ਕੀ ਹੈ ਰਿਅਲਿਸਟਿਕ ਕੰਟਰੀ ਕਿਹੜਾ ਹੈ ਜਿੱਥੇ ਉਹਦਾ ਵੀਜ਼ਾ ਥਰੂ ਹੋਣ ਦੇ ਚਾਂਸਿਸ ਹੈਗੇ ਨੇ ਤਾਂ ਉਹ ਦੋ ਚਾਰ ਗੱਲਾਂ ਜਿਹੜੀ ਤੁਹਾਡੇ ਨਾਲ ਮੈਂ ਕਰਨਾ ਚਾਹੁੰਦਾ ਹੈਗਾ। ਪਹਿਲੀ ਚੀਜ਼ ਇੱਕ ਜਿਹੜੀ ਚੀਜ਼ ਤੁਸੀਂ ਆਪਣੇ
ਆਪ ਦੇਖਣੀ ਹੈਗੀ ਹੈ ਕਿ ਮੇਰੀ ਪ੍ਰੋਫਾਈਲ ਉਸ ਕੰਟਰੀ ਲਈ ਸੈੱਟ ਹੈਗੀ ਹੈ। ਜਦ ਆਪਾਂ ਪ੍ਰੋਫਾਈਲ ਦੀ ਗੱਲ ਕਰਦੇ ਹਾਂ, ਦੋ ਮੇਜਰ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ। ਜਦ ਵੀ ਤੁਸੀਂ ਕਿਸੇ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਜਾਓਗੇ ਨਾ, ਉਹਦੇ ਵਿੱਚ ਤੁਸੀਂ ਦੋ ਤਰੀਕੇ ਦਾ ਐਂਟਰੀ ਕ੍ਰਾਈਟੀਰੀਆ ਦੇਖਦੇ ਹੋ। ਐਂਟਰੀ ਰਿਕੁਆਇਰਮੈਂਟ ਜਿਹਦਾ ਕਹਿਣ ਦਾ ਮਤਲਬ ਹੈ, ਪਹਿਲਾ ਰਿਕੁਆਇਰਮੈਂਟ ਹੁੰਦਾ ਹੈਗਾ ਉਹ ਜਦ ਅਕੈਡਮਿਕ ਰਿਕੁਆਇਰਮੈਂਟ ਆਉਂਦੀ ਹੈ ਵੀ ਤੁਹਾਨੂੰ ਪਿਛਲੀ ਪੜ੍ਹਾਈ ਕੀ ਚਾਹੀਦੀ ਹੈਗੀ ਹੈ ਜਿਸ ਕਰਕੇ ਤੁਸੀਂ ਆਪਣੀ ਇਹ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੈਗੇ। ਸੈਕਿੰਡ, ਇੰਗਲਿਸ਼ ਰਿਕੁਆਇਰਮੈਂਟ ਕੀ ਤੁਹਾਡਾ ਆਈਐਲਟੀਐਸ ਦੇ ਵਿੱਚ ਇੰਨਾ ਸਕੋਰ ਹੈਗਾ ਜਾਂ ਪੀਟੀ ਦੇ ਵਿੱਚ ਇੰਨਾ ਸਕੋਰ ਹੈਗਾ ਜੋ ਤੁਹਾਨੂੰ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਨੂੰ ਮੀਟ ਕਰਾਏਗਾ ਉਸ ਪਰਟੀਕੁਲਰ ਕੋਰਸ ਦੇ ਬਾਰੇ। ਆਹ ਦੋਨੋਂ ਚੀਜ਼ਾਂ ਓਵਰਲੈਪ ਨਹੀਂ ਕਦੇ ਕਰਦੀਆਂ। ਕਹਿਣ ਦਾ ਮਤਲਬ ਆਈਐਲਟੀਐਸ ਜਿਹੜਾ ਹੈਗਾ ਇਹ ਤੁਹਾਡੀ ਅਕੈਡਮਿਕ ਨੂੰ ਸਬਸਟੀਟਿਊਟ ਨਹੀਂ ਕਰੇਗਾ। ਤੁਸੀਂ 7 ਬੈਂਡ ਵੀ ਲੈ ਲਓ ਪਰ ਜੇ ਤੁਹਾਡੇ ਕੋਲ ਅਕੈਡਮਿਕ ਪਰਸੈਂਟੇਜ ਨਹੀਂ ਹੈਗਾ ਇਹਨੂੰ ਸਬਸਟੀਟਿਊਟ ਨਹੀਂ ਕਰੇਗਾ। ਤੁਹਾਡਾ ਅਕੈਡਮਿਕਲੀ ਬਹੁਤ ਸ਼ਾਨਦਾਰ ਹੋ ਅਤੇ ਆਈਐਲਟੀਐਸ ਤੁਹਾਡੇ ਨੰਬਰ ਘੱਟ ਹੈ, ਉਹ ਉਸ ਚੀਜ਼ ਨੂੰ ਸਬਸਟੀਟਿਊਟ ਨਹੀਂ ਕਰੇਗਾ ਅੱਜ ਦੀ ਡੇਟ ਦੇ ਵਿੱਚ। ਦੋਨੋਂ ਰਿਕੁਆਇਰਮੈਂਟ ਚੱਲਦੀਆਂ ਨੇ। ਉਸ ਤੋਂ ਬਾਅਦ ਹਾਈ ਕਮਿਸ਼ਨ ਦਾ, ਕਿਸੇ ਵੀ ਅੰਬੈਸੀ ਦਾ ਇੱਕ ਹੋਰ ਕ੍ਰਾਈਟੀਰੀਆ ਹੁੰਦਾ, ਉਹਨਾਂ ਦੇ ਆਪਣੇ ਆਪਣੇ ਇਮੀਗ੍ਰੇਸ਼ਨ ਲਾਅ ਹੁੰਦੇ ਨੇ। ਮਾਈਗ੍ਰੇਸ਼ਨ ਐਕਟ 69 ਹੈਗਾ, ਕੈਨੇਡਾ ਵਿੱਚ IRP ਕਰਕੇ ਹੈਗੀ ਹੈ ਨਾ, ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ, ਉਹਦੇ ਹੇਠਾਂ ਹੋਰ ਕਈ ਪ੍ਰੋਟੋਕੋਲ ਲਿਖੇ ਹੋਏ ਨੇ ਵੀ ਆਹ ਦੋਨੋਂ ਚੀਜ਼ਾਂ ਤਾਂ ਹਰੇਕ ਉਸ ਬੇਸਿਕ ਬੱਚੇ ਕੋਲ ਹੁੰਦੀਆਂ ਹੀ ਹੈ ਜੋ ਬਾਹਰ ਜਾਣ ਦੀ ਟਰਾਈ ਕਰਦਾ ਹੈਗਾ, ਐਡਮਿਸ਼ਨ ਲੈਂਦਾ ਹੈ। ਇਸ ਤੋਂ ਇਲਾਵਾ ਕਿ ਉਹਦੇ ਕੋਲ ਬਾਕੀ ਪ੍ਰੋਟੋਕੋਲ ਵੀ ਫੋਲੋ ਕਰਨ ਦੀ ਸ਼ਮਤਾ ਹੈਗੀ ਹੈ, ਕਿ ਉਹ ਬਾਕੀ ਚੀਜ਼ਾਂ ਵਿੱਚ ਵੀ ਖਰਾ ਉਤਰਦਾ ਹੈਗਾ। ਜੇ ਆਂਸਰ ਯੈਸ ਹੁੰਦਾ ਫਿਰ ਉਹ ਵੀਜ਼ਾ ਆਉਂਦਾ, ਜੇ ਆਂਸਰ ਨੋ ਹੁੰਦਾ ਫਿਰ ਉਹਦਾ ਵੀਜ਼ਾ ਨਹੀਂ ਆਉਂਦਾ। ਇਹ ਤੁਸੀਂ ਆਪਣੇ ਸੱਜੇ ਖੱਬੇ ਆਪਣੇ ਰਿਸ਼ਤੇਦਾਰੀ ਵਿੱਚ ਯਾਰੀ ਦੋਸਤੀ ਵਿੱਚ ਇੱਕ ਐਗਜ਼ਾਮਪਲ ਲੈ ਲਓ, ਤੁਹਾਨੂੰ ਆਪਸ ਅੱਗੇ ਅੱਗੇ ਨਾ ਲੈਫਟ ਰਾਈਟ ਦੇ ਵਿੱਚ ਇਹੋ ਜਿਹੇ ਬੱਚੇ ਮਿਲ ਜਾਣਗੇ, ਇਹੋ ਜਿਹੇ ਸਟੂਡੈਂਟ ਮਿਲ ਜਾਣਗੇ ਜਿਹੜੇ 7.0 ਬੈਂਡ ਲੈ ਕੇ ਵੀ ਰਿਫਿਊਜ਼ਲ ਦਾ ਸਾਹਮਣਾ ਕਰਦੇ ਹੈ ਕਿਤੇ ਨਾ ਕਿਤੇ, ਜਾਂ 6 ਬੈਂਡ ਵਾਲਾ ਵੀਜ਼ਾ ਲੈ ਕੇ ਨਿਕਲ ਜਾਂਦਾ ਹੈ। ਇੱਕ ਫੇਸ ਤਾਂ ਇਹ ਵੀ ਆਇਆ ਸੀਗਾ ਕੈਨੇਡਾ ਵਿੱਚ ਜਾਂ 5.5 ਜਾਂ 5.0 ਬੈਂਡ ਦੇ ਨਾਲ ਵੀ ਵੀਜ਼ਾ ਲੱਗਦਾ ਸੀਗਾ। ਤਾਂ ਇਹਦਾ ਕੀ ਮਤਲਬ ਹੈ, ਵਟ ਆਲ ਦਿਸ ਮੀਨ ਹੈ? ਇਹਦਾ ਸਿਰਫ ਇਹ ਮਤਲਬ ਹੈ ਜਦ ਇੱਕ ਬੱਚਾ ਸਟੂਡੈਂਟ ਵੀਜ਼ੇ ਦੀ ਐਪਲੀਕੇਸ਼ਨ ਪਾਉਂਦਾ ਹੈ, ਉਹਦੇ ਇਕੱਲੇ ਆਈਐਲਟੀਐਸ 6.0 ਬੈਂਡ ਸਫੀਸ਼ੈਂਟ ਨਹੀਂ ਹੈਗੇ। ਉਹ ਇੱਕ ਪ੍ਰੋਟੋਕੋਲ ਹੈ ਲੈਂਗੁਏਜ ਦਾ ਜੋ ਪੂਰਾ ਕਰਦਾ ਹੈਗਾ, ਇਸ ਤੋਂ ਇਲਾਵਾ ਉਸ ਲੈਂਗੁਏਜ ਦੇ ਇਲਾਵਾ ਉਹਦੇ ਕੋਲ ਅਕੈਡਮਿਕ ਪਰਸੈਂਟੇਜ ਵੀ ਹੋਣੀ ਚਾਹੀਦੀ ਹੈ, ਉਹਦੇ ਕੋਲ ਬਾਕੀ ਕ੍ਰਾਈਟੀਰੀਆ ਵੀ ਫੁਲਫਿਲਮੈਂਟ ਹੋਣਾ ਚਾਹੀਦਾ, ਪਰਿਵਾਰ ਦੀ ਆਮਦਨ ਕਿੰਨੀ ਹੈ, ਇਹਦਾ ਖਰਚਾ ਕਿੰਨਾ ਹੈ। ਜੇ ਕੋਈ ਦੇਸ਼ ਤੁਹਾਨੂੰ ਪੈਸੇ ਦਿਖਾਉਣ ਨੂੰ ਕਹਿੰਦਾ ਹੈਗਾ ਕਿ ਕੋਈ ਕੰਟਰੀ ਦੀ ਅੰਬੈਸੀ ਦਾ ਰੈਗੂਲੇਸ਼ਨ ਹੈ ਤੁਸੀਂ ਪੈਸੇ ਦਿਖਾਉਣੇ ਹੈ, ਤਾਂ ਡੈਫੀਨੇਟਲੀ ਉਹ ਵੀ ਤੁਹਾਡਾ ਮੀਟ ਹੋਣਾ ਚਾਹੀਦਾ। ਯੂ ਨੋ ਇਟਸ ਅ ਕਲੱਬ ਆਫ ਐਵਰੀਥਿੰਗ ਰਾਦਰ ਇੱਕ ਜਾਂ ਦੋ ਚੀਜ਼ਾਂ ਦਾ ਇੱਕ ਬਾਕਸ। ਇੱਕ ਬਾਕਸ ਬਿਲਕੁਲ ਵੀ ਨਹੀਂ ਹੈਗਾ, ਕਲੱਬ ਆਫ ਐਵਰੀਥਿੰਗ ਹੈ ਜਦ ਇੱਕ ਪ੍ਰੋਫਾਈਲ ਲੈ ਕੇ ਜਾਂਦੀ ਹੈ। ਹੁਣ ਇੱਥੇ ਇੱਕ ਕਲੋਜ਼ ਆਉਂਦਾ ਹੈ ਕੈਨੇਡਾ ਰਿਫਿਊਜ਼ਲ ਲੈਟਰ ਦੇ 11(1) ਦੇ ਵਿੱਚ, ਦੈਟ ਇਜ਼ ਤੁਸੀਂ ਇਨਐਡਮਿਸੀਬਲ ਹੋ ਕੈਨੇਡਾ ਵਾਸਤੇ। ਉਹਦਾ ਕੀ ਮਤਲਬ ਹੈ, ਤੁਹਾਡੀ ਪ੍ਰੋਫਾਈਲ 6.5 ਬੈਂਡ ਵਾਲੀ ਹੋਏਗੀ, ਤੁਹਾਡੇ ਕੋਲ ਯੂ ਨੋ ਉਹ ਵੀ ਚੀਜ਼ਾਂ ਹੋਣਗੀਆਂ ਅਕੈਡਮਿਕ ਵਧੀਆ, ਸਟਿਲ ਯੂ ਗੈਟ ਰਿਫਿਊਜ਼ਲ ਆਫ ਦੈਟ, ਦੈਟ ਮੀਨ ਬਾਕੀ ਪ੍ਰੋਟੋਕੋਲ ਦੇ ਅੰਦਰ ਤੁਸੀਂ ਪੂਰੇ ਨਹੀਂ ਉਤਰਦੇ ਕਿਤੇ ਨਾ ਕਿਤੇ। ਸੋ ਇਕੱਲਾ ਆਈਐਲਟੀਐਸ ਦੇ ਉੱਤੇ ਖੇਲਣਾ ਇਟ ਇਜ਼ ਟੋਟਲੀ ਰੋਂਗ, ਟੋਟਲੀ ਵੇਸਟ ਆਫ ਮਨੀ ਐਂਡ ਟਾਈਮ। ਅਤੇ ਇਹਦੇ ਵਿੱਚ ਮੈਂ ਮੰਨ ਕੇ ਚੱਲਦਾ ਕਲਪਿਟ ਸਿਰਫ ਬੱਚਾ ਹੀ ਨਹੀਂ ਹੈਗਾ, ਜਦ ਇੱਕ ਬੱਚਾ ਕਿਸੇ ਕੰਸਲਟੈਂਟ ਕੋਲ, ਕਿਸੇ ਛੋਟੇ ਏਜੰਟ ਕੋਲ ਇੱਕ ਸਲਾਹ ਲੈਣ ਜਾਂਦਾ ਜਿਹਦੇ ਕੋਲ ਸਿਰਫ ਔਰ ਸਿਰਫ ਥੋੜ੍ਹੀ ਦੇਰ ਦਾ ਐਕਸਪੀਰੀਅੰਸ ਹੈ, ਪ੍ਰੈਕਟੀਕਲ ਐਕਸਪੀਰੀਅੰਸ ਹੈ, ਥਰੈਟੀਕਲ ਤਾਂ ਸ਼ਾਇਦ ਉਹਨੇ ਇੰਟਰਨੈਟ ਦੀ ਵੈਬਸਾਈਟ ਵੀ ਖੋਲ੍ਹ ਕੇ ਨਹੀਂ ਦੇਖੀ ਹੋਣੀ। ਇਹਦੇ ਦੋ ਚੀਜ਼ਾਂ ਸਪੋਰਟ ਕਰਦੇ। ਅੱਜ ਕੱਲ੍ਹ ਇੱਕ ਵਟਸਐਪ 'ਤੇ ਨਾ ਪੋਸਟਰ ਜਾਂ ਇੱਕ ਪਿਕਚਰ ਦੀ ਸਰਕੂਲੇਟ ਹੁੰਦੀ ਪਈ ਹੈ, ਕਿਸੇ ਪੰਡਿਤ ਜੀ ਦੀ ਐਡਵਰਟੀਜ਼ਮੈਂਟ ਹੈ, ਲਿਖਿਆ ਹੋਇਆ ਕਿ 1000% ਵੀਜ਼ਾ ਗਰੰਟੀ US 1000%, ਮਤਲਬ 100% ਤਾਂ ਚਲੋ ਮੈਂ ਦੇਖੇ ਸੀ ਪਰ 1000% ਵੀਜ਼ਾ ਗਰੰਟੀ ਕਦੇ ਨਹੀਂ ਦੇਖੇ ਜਿਹੜੇ ਉਹ ਪੋਸਟ 'ਤੇ ਚੱਲਦੀ ਪਈ ਹੈਗੀ ਹੈ। ਹੁਣ ਇਹਦਾ ਕੀ ਮਤਲਬ ਹੈ, ਤੁਸੀਂ ਆਪਣਾ ਕੁਛ ਯੂ ਨੋ ਤੰਤਰ ਮੰਤਰ ਕਰਾਓਗੇ, ਪਾਠ ਪੂਜਾ ਕਰਾਓਗੇ ਤਾਂ 1000% ਵੀਜ਼ਾ ਲੱਗ ਜਾਏਗਾ, ਚਾਹੇ ਤੁਹਾਡੇ ਕੋਲ ਬਾਕੀ ਚੀਜ਼ਾਂ ਪ੍ਰੋਟੋਕੋਲ ਹੈ ਕਿ ਨਹੀਂ ਹੈ। ਜਾਂ ਉਹ ਕੰਸਲਟੈਂਟ ਜਾਂ ਉਹ ਏਜੰਟ ਜਿਹੜੇ ਉਸ ਗਲੀ ਦੇ ਕੋਨੇ 'ਤੇ ਖੁੱਲਿਆ ਹੋਇਆ ਹੈ, ਜਿਹਨੇ ਆਪਣੇ ਪਰਿਵਾਰ ਦੇ ਵਿੱਚ ਦੋ ਬੱਚੇ ਭੇਜੇ ਹੋਣਗੇ ਜਾਂ ਦੋ ਬੱਚੇ ਕਿਤੇ ਰੈਫਰ ਕੀਤੇ ਹੋਣਗੇ, ਅਤੇ ਅੱਜ ਉਹ ਸਮਝਦੇ ਹੈ ਵੀ ਅੱਜ ਉਹ ਐਡਮਿਸ਼ਨ 'ਤੇ ਵੀਜ਼ਾ ਲਵਾ ਸਕਦੇ ਹੈ, ਇਹ ਐਕਚੁਅਲ ਵਿੱਚ ਕਲਪਰੇਟ ਹੈ ਬੱਚੇ ਦੇ ਨਾਲ ਮਿਲ ਕੇ। ਜਦ ਇੱਕ ਬੱਚਾ ਡਾਕੂਮੈਂਟੇਸ਼ਨ ਲੈ ਕੇ ਜਾਂਦਾ ਤਾਂ ਮੈਂ ਹਮੇਸ਼ਾ ਕਹਿੰਦਾ ਜੇ ਸਾਹਮਣੇ ਸਾਡੀ ਕੁਰਸੀ ਹੈ ਨਾ, ਉਹਨੂੰ ਸਿਰਫ ਹਾਂ ਦੀ ਰੇਟ ਹੈ, ਕੋਈ ਵੀ ਉਹਨੂੰ ਹਾਂ ਕਰਦੇ ਉਹਨੂੰ ਉਹ ਕਾਗਜ਼ ਫੜਾ, ਕਿਉਂਕਿ ਉਹਦੀ ਹਾਂ ਦੇ ਵਿੱਚ ਹਾਂ ਮਿਲਾਉਣਾ ਜੋ ਚਾਹੁੰਦਾ ਹੈਗਾ ਉਹ ਸਿਰਫ ਉਹੀ ਸੁਣਨਾ ਚਾਹੁੰਦਾ, ਹਾਂ ਦੇ ਵਿੱਚ ਨਾ ਕਿ ਇਹ ਪੋਸੀਬਲ ਹੈ, ਕਿ ਇਹ ਪ੍ਰੈਕਟੀਕਲੀ ਪੋਸੀਬਲ ਹੈ, ਉਹ ਚੀਜ਼ ਉਹ ਸੁਣਦਾ ਨਹੀਂ।
ਹੁਣ ਜਦ ਇੱਕ ਤੱਥ ਆ ਜਾਂਦੇ ਨੇ ਇਹ ਕਿੰਨੀ ਵਾਰ ਹੋਇਆ ਛੋਟਾ ਐਗਜ਼ਾਮਪਲ ਤੁਹਾਨੂੰ ਅੱਜ ਸਿਰ ਦਾ ਦਿੰਦਾ ਇੱਕ ਪ੍ਰੋਫਾਈਲ ਆਈ ਸਾਡੇ ਆਫਿਸ ਦੇ ਵਿੱਚ ਲੁਧਿਆਣਾ ਦੇ ਵਿੱਚ ਆਈ ਬਲੀਵ 2018 ਪਾਸ ਆਊਟ ਬੱਚਾ ਹੈਗਾ ਬਹੁਤ ਵਧੀਆ ਪਰਸੈਂਟੇਜ ਹੈ ਸਿਰਫ ਔਰ ਸਿਰਫ ਰਿਜੈਕਟ ਹੋ ਰੱਖਿਆ ਕਿਉਂਕਿ ਉਹ ਡਿਪਲੋਮੇ ਵਾਸਤੇ ਜਾਂਦਾ ਪਿਆ ਸੀ ਉਹ ਡਿਪਲੋਮਾ ਜੋ ਉਹਦੇ ਪ੍ਰੋਫਾਈਲ ਦੇ ਨੇੜੇ ਤੇੜੇ ਵੀ ਨਹੀਂ ਸੀਗਾ ਹੁਣ ਇਹੋ ਜਿਹੇ ਬੱਚੇ ਦੀ ਪ੍ਰੋਫਾਈਲ ਖਰਾਬ ਕਿਹਨੇ ਕੀਤੀ ਹੋਣੀ ਹੈ ਸ਼ਾਇਦ ਬੱਚੇ ਨੇ ਆਪ ਜਾਂ ਉਹਨੇ ਇਹ ਡਿਮਾਂਡ ਰੱਖੀ ਹੋਣੀ ਹੈ ਮੈਂ ਫੀਸ ਆਫਟਰ ਵੀਜ਼ਾ ਦੇਣੀ ਹੈ ਜਾਂ ਏਜੰਟ ਨੇ ਜਾਂ ਉਹਨੂੰ ਇਹ ਆਪਸ਼ਨ ਦਿੱਤੀ ਹੋਣੀ ਹੈ ਫੀਸ ਆਫਟਰ ਵੀਜ਼ਾ ਦੇਣੀ ਹੈ ਹਾਲਾਂਕਿ ਜਦ ਇੱਕ ਏਜੰਟ ਅੱਛੋ ਇਹੋ ਜਿਹੇ ਬੰਦੇ ਆਪਸ਼ਨ ਦਿੰਦੇ ਨੇ ਤਾਂ 6 ਖਰਚੇ ਨਾਲ ਗਿਣਾ ਦਿੰਦੇ ਨੇ ਜੀ 15,000 ਤੁਹਾਡਾ ਪਹਿਲਾਂ ਲੱਗੇਗਾ ਜਿਹੜਾ ਆਹ ਫੰਡਾਂ ਦਾ ਖਰਚਾ ਹੋਏਗਾ ਪਲੱਸ ਐਮਬੈਸੀ ਫੀ ਆ ਜਾਏਗੀ ਪੈਂਟ ਤੁਹਾਡਾ ਟਿਊਸ਼ਨ ਫੀਸ ਵੀਜ਼ੇ ਤੋਂ ਬਾਅਦ ਦੇਵਾਂਗੇ ਹੁਣ ਇੱਕ ਸਮਝਣ ਦੀ ਗੱਲ ਹੈ ਇੱਥੇ ਜਦ ਵੀ ਤੁਸੀਂ ਕੇਸ ਕਿਸੇ ਕੋਲ ਲੈ ਕੇ ਜਾਂਦੇ ਹੋ ਸਿਰਫ ਮੁੱਦਾ ਪੈਸੇ ਬਚਾਉਣ ਦਾ ਨਹੀਂ ਹੁੰਦਾ ਮੁੱਦਾ ਹੁੰਦਾ ਤੁਸੀਂ ਇਹ ਦੇਖਣਾ ਵੀ ਉਹ ਕੰਸਲਟੈਂਟ ਜਾਂ ਉਹ ਏਜੰਟ ਉਹ ਤਾਂ ਆਪਣੇ 4 ਪੈਸੇ ਕਮਾ ਕੇ ਘਰੇ ਬੈਠ ਜੂਗਾ ਚਾਹੇ ਤੁਹਾਡਾ ਵੀਜ਼ਾ ਲੱਗੇ ਨਾ ਲੱਗੇ ਉਹਦਾ ਇੰਟਰਸਟ ਕਿੰਨਾ ਹੈਗਾ ਤੁਹਾਡੇ ਪੈਸਿਆਂ ਦੇ ਨਾਲ ਉਹਦੀ ਜ਼ਿੰਦਗੀ ਕਿੰਨੀ ਜੁੜਦੀ ਹੈ ਤੁਹਾਡੇ ਡਿਸੀਜਨ ਦੇ ਨਾਲ ਵੀ ਆਹ ਜ਼ਿੰਦਗੀ ਮੇਰੇ ਕੋਲ ਆਉਂਦੀ ਪਈ ਹੈ ਆਹ ਫਾਈਲ ਮੇਰੇ ਕੋਲ ਆਉਂਦੀ ਪਈ ਹੈ ਇਹ ਕਿਸੇ ਦੀ ਜ਼ਿੰਦਗੀ ਹੈ ਜਾਂ ਕਿਸੇ ਲਈ ਸਿਰਫ ਔਰ ਸਿਰਫ ਇੱਕ ਕੇਸ ਹੈ ਉਹਦੇ ਵਿੱਚ ਬਹੁਤ ਸਾਰੀ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਚਾਹੇ ਆਪਾਂ ਐਡਮਿਸ਼ਨ ਦੀ ਗੱਲ ਕਰ ਲਈਏ ਚਾਹੇ ਆਪਾਂ ਵੀਜ਼ਾ ਦੀ ਗੱਲ ਕਰ ਲਈਏ ਹੁਣ ਇੱਕ ਬੜੀ ਆਇਰਨੀ ਵਰਗੀ ਚੀਜ਼ ਹੈ ਬੜੇ ਦੋ ਆਕੂਪੇਸ਼ਨ ਜਿਹੜੇ ਮੇਰੇ ਫੇਵਰੇਟ ਨੇ BSc ਨਰਸਿੰਗ ਹੋ ਗਿਆ GNM ਹੋ ਗਿਆ ਜਾਂ BEd ਟੀਚਰਸ ਹੋ ਗਏ ਹੁਣ ਇਹੋ ਜਿਹੇ ਪ੍ਰੋਫਾਈਲ ਦੀਆਂ ਜਿਹੜਾ ਜਦੋਂ ਖਰਾਬ ਹੁੰਦੀਆਂ ਨੇ ਨਾ ਕਿਸੇ ਨਾ ਕਿਸੇ ਕਾਰਨ ਹੁਣ ਕਿੰਨੀ ਵਾਰ ਦੇਖਿਆ BSc ਨਰਸਿੰਗ ਨੂੰ ਤੁਸੀਂ ਡਿਪਲੋਮਾ ਆਫ ਏਜ ਕੇਅਰ ਦੇ ਮਿਲ ਜਾਂਦਾ ਜੀ ਰਿਫਿਊਜ਼ ਹੋ ਜਾਂਦੀਆਂ ਨੇ ਏਜ ਕੇਅਰ ਡਿਪਲੋਮਾ ਮਤਲਬ ਤੁਸੀਂ ਬੈਚਲਰ ਡਿਗਰੀਆਂ ਕਰਕੇ ਡਿਪਲੋਮੇ ਵਾਸਤੇ ਕਿਉਂ ਜਾਣਾ ਹੈਗਾ ਕਿਉਂਕਿ ਸ਼ਾਇਦ ਬੰਦਾ ਕਹਿੰਦਾ ਇਹ ਕੈਨੇਡਾ ਤੇ ਆਸਟ੍ਰੇਲੀਆ ਇੱਕੋ ਬਰਾਬਰ ਹੈ ਉੱਥੇ ਵੀ ਡਿਪਲੋਮਾ ਮਿਲਦਾ ਇੱਥੇ ਵੀ ਡਿਪਲੋਮਾ ਕਰਨ ਜਾ ਸਕਦੇ ਹੈਗੇ ਨੇ ਤਾਂ ਅਗੇਨ ਇਹ ਗਾਈਡ ਕੌਣ ਕਰਦਾ ਜਾਂ ਬੱਚਾ ਗਾਈਡ ਕਰਾਉਣ ਨੂੰ ਮਜਬੂਰ ਕਰਦਾ ਹੈ ਇਹ ਜਿਹੜਾ ਕੇਸ ਖਰਾਬ ਹੁੰਦਾ ਉਹਦੇ ਕੋਲ ਬਾਅਦ 'ਚ ਤਾਂ ਬਹੁਤ ਸਾਰੀ ਗੱਲਾਂ ਹੁੰਦੀਆਂ ਕਰਨ ਵਾਸਤੇ ਜਾਂ ਜਦ ਇੱਕ ਕੇਸ ਏਜੰਟ ਕੋਲ ਦਿੰਦਾ ਬਿਨਾਂ ਸਵਾਲ ਪੁੱਛੇ ਦਿੰਦਾ ਸਭ ਤੋਂ ਵੱਡੀ ਕਮੀ ਆਹ 6 ਬੈਂਡ ਹੈ ਪ੍ਰੋਫਾਈਲ ਮਾੜੀ ਹੈ ਵੀਜ਼ਾ ਚਾਂਸਿਸ ਫਿਰ ਵੀ ਘੱਟ ਹੈ ਬਹੁਤ ਜ਼ਿਆਦਾ ਘੱਟ ਹੈ ਕਿਉਂਕਿ ਵੀਜ਼ਾ ਸਿਰਫ ਆਈਲਟਸ ਹੀ ਦਵਾਉਂਦਾ ਆਹ 6 ਬੈਂਡ ਹੈ ਤੁਹਾਡੀ ਪ੍ਰੋਫਾਈਲ ਸੋਹਣੀ ਹੈ ਕਦੇ ਕੰਸਲਟੈਂਟ ਕੰਮ ਤੁਹਾਡਾ ਖਰਾਬ ਕਰ ਦਿੰਦਾ ਇਹੋ ਜਿਹੇ ਕੋਰਸਿਸ ਦੇ ਵਿੱਚ ਪਾ ਕੇ ਜਿਹੜਾ ਕਿ ਤੁਹਾਡੇ ਇੰਟਰਸਟ ਹੁੰਦਾ ਫੀਸ ਆਫਟਰ ਵੀਜ਼ਾ ਹਾਊ ਐਵਰ ਬੰਦਾ ਆਪਣੇ 4 ਪੈਸੇ ਕਮਾ ਕੇ ਘਰੇ ਬਹਿ ਜਾਂਦਾ ਤੁਹਾਡਾ ਵੀਜ਼ਾ ਲੱਗੇ ਨਾ ਲੱਗੇ ਤਾਂ ਉਸ ਚੀਜ਼ ਨੂੰ ਲੈ ਕੇ ਹੀ ਜਿਹੜੇ ਬਹੁਤ ਸਾਰੀ ਪ੍ਰੋਫਾਈਲਾਂ ਦੇਖੀਆਂ ਰਿਜੈਕਸ਼ਨ ਵਾਲੀਆਂ ਇੱਕ ਸੈਡਨੈਸ ਹੁੰਦੀ ਹੈ ਸੈਡਨੈਸ ਹੁੰਦੀ ਹੈ ਇੱਕ ਪਲੱਸ 2 ਪਾਸ ਆਊਟ ਬੱਚਾ 2018 ਵਾਲਾ 2017 ਵਾਲਾ 70% ਨੰਬਰ ਲੈ ਕੇ ਵੀ 2 ਸਾਲ ਇੱਥੇ 2 ਸਾਲ ਬਾਅਦ ਅੱਜ 2019 ਚੜ ਗਿਆ ਜੁਲਾਈ ਇਨਟੇਕ ਔਰ ਸਪਟੈਂਬਰ ਇਨਟੇਕ ਕੈਨੇਡਾ ਵਾਸਤੇ ਜਾਏਗਾ 2 ਸਾਲ ਖਰਾਬ ਹੋ ਗਏ ਉਸ ਪ੍ਰੋਫਾਈਲ ਦੇ ਜਾਂ 17 ਪਾਸ ਆਊਟ ਕੀਤਾ ਸੀ 3 ਵਾਰ ਪੇਪਰ ਆਇਲਟਸ ਦਾ ਦੇ ਕੇ 2 ਵਾਰ ਪੇਪਰ ਆਇਲਟਸ ਦਾ ਦੇ ਕੇ ਅੱਜ ਉਹ ਫਿਰ ਰਿਫਿਊਜ਼ ਕਰਾ ਕੇ ਬੈਠਾ ਕਿਸੇ ਨਾ ਕਿਸੇ ਕਾਰਨ ਤੇ ਇਹ ਸਿਰਫ ਔਰ ਸਿਰਫ ਡੈਸਪਰੇਸ਼ਨ ਦੇ ਮੂਵ ਹੁੰਦੇ ਨੇ ਦੋਸਤੋ ਜਿਹਦੇ ਵਿੱਚ ਕੀ ਹੁੰਦਾ ਮੇਰੇ 6 ਬੈਂਡ ਆ ਗਏ ਹੈ ਹੁਣ ਜਿਹੜਾ ਕੰਸਲਟੈਂਟ ਹਾਂ ਕਰੂਗਾ ਮੈਂ ਉਹਦੇ ਕੋਲ ਜਾ ਕੇ ਕੇਸ ਲਵਾ ਦੇਣਾ ਜਿਵੇਂ ਬਹੁਤ ਸਾਰੇ ਆਸ 6 ਬੈਂਡ ਵਾਲੇ ਬੱਚੇ ਬਹੁਤ ਸਾਰੇ ਹੈਗੇ ਮਾਰਕੀਟ ਦੇ ਵਿੱਚ ਅਲੱਗ ਅਲੱਗ ਕੰਸਲਟੈਂਟ ਕੋਲ ਜਾਂਦੇ ਹੈ ਛੋਟੀ ਜਿਹੀ ਰਿਕੁਐਸਟ ਹੈ ਆਪਣੇ ਆਪ ਨੂੰ ਤੁਸੀਂ ਇੰਨਾ ਜਾਗਰੂਕ ਕਰਨਾ ਹੈ ਵੀ ਉਹਦੇ ਵਿੱਚ 4 ਸਵਾਲ ਖੜੇ ਕਰਕੇ ਲੈ ਕੇ ਜਾਓ ਹੁਣ BSc ਨਰਸਿੰਗ ਇੱਕ ਪਾਸੇ ਅਗੇਨ ਛੋਟਾ ਐਗਜ਼ਾਮਪਲ ਦੇ ਰਿਹਾ ਮੈਂ ਆਪਣੀ ਕਾਉਂਸਲਿੰਗ ਦੇ ਐਗਜ਼ਾਮਪਲ ਦੇਣਾ ਪਸੰਦ ਕਰਦਾ ਜ਼ਿਆਦਾ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ BSc ਨਰਸਿੰਗ ਬਾਬਾ ਫਰੀਦ ਤੋਂ ਕੀਤੀ ਹੋਈ ਹੈ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕੀਤੀ ਹੋਈ ਤਾਂ ਉਹਨਾਂ 'ਚ ਫਰਕ ਕੀ ਹੈਗਾ ਅਤੇ ਉਹ ਜੇ ਸਿਰਫ ਔਰ ਸਿਰਫ ਕੋਰਸ ਡਿਪਲੋਮਾ ਨੂੰ ਲੈ ਕੇ ਚੱਲਦੇ ਨੇ ਉਹਦੇ ਉਤਰੇ ਲੈਵਲ ਦੇ ਕੋਰਸਿਸ ਔਰ ਕਨਵਰਜਨ ਪ੍ਰੋਗਰਾਮ ਦਾ ਖੈਰ ਉਹ ਤਾਂ ਸਪੈਲਿੰਗ ਵੀ ਨਹੀਂ ਆਉਂਦੇ ਹੋਣੇ ਉਹਨਾਂ ਬੰਦਿਆਂ ਨੂੰ ਵੀ ਇਹਨਾਂ ਦਾ ਹੋਰ ਕੀ ਰਾਏ ਹੋ ਸਕਦੀ ਹੈ ਜਾਂ ਹੋਰ ਕੀ ਆਪਸ਼ਨ ਬੈਸਟ ਹੋ ਸਕਦੀ ਹੈ ਇਹਨਾਂ ਵਾਸਤੇ ਤਾਂ ਕਿ ਉੱਥੇ ਜਾ ਕੇ ਜੇ ਹਸਬੈਂਡ ਵਾਈਫ ਜਾਂਦੇ ਪਏ ਹੈ ਜਾਂ ਇਕੱਲਾ ਬੱਚਾ ਜਾਂਦਾ ਪਿਆ ਹੈ ਤਾਂ ਉਹਦਾ ਰਾਹ ਕਿੰਨਾ ਕੁ ਉੱਥੇ ਤੁਸੀਂ ਆਸਾਨ ਕਰ ਸਕਦੇ ਹੋ ਅੱਗੇ PR ਦਾ ਐਟਲੀਸਟ ਆਸਾਨ ਨਹੀਂ ਟਰਾਂਸਪੇਰੈਂਟ ਤਾਂ ਕਰ ਸਕਦੇ ਹੋ ਇੱਕ ਸ਼ੀਸ਼ੇ ਵਰਗੀ ਸਾਫ਼ ਚੀਜ਼ ਤਾਂ ਮਿਲ ਸਕਦੀ ਹੈ ਬੱਚੇ ਨੂੰ ਰੂਲ ਚੇਂਜ ਹੁੰਦੇ ਨੇ ਹਰ ਸਾਲ ਰੂਲ ਚੇਂਜ ਹੁੰਦੇ ਨੇ ਉਹਦੀ ਕੰਸਲਟੈਂਟ ਗਰੰਟੀ ਨਹੀਂ ਦੇ ਸਕਦਾ ਹਾਊਐਵਰ ਉਹਦਾ ਸਫ਼ਰ ਤੁਹਾਡਾ ਹੈਗਾ ਫਰੋਮ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਟੂ ਵੀਜ਼ਾ ਗ੍ਰਾਂਟ ਐਂਡ ਵੀਜ਼ਾ ਗ੍ਰਾਂਟ ਟੂ ਕੋਰਸ ਫਿਨਿਸ਼ ਉਹ ਤਾਂ ਲਿਖਤ 'ਚ ਟਰਾਂਸਪੇਰੈਂਟ ਹੁੰਦਾ ਵੈਬਸਾਈਟਾਂ ਉੱਤੇ ਉਸ ਤੋਂ ਬਾਅਦ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਕਿਵੇਂ ਮਿਲਣਾ ਉਹ ਵੀ ਟਰਾਂਸਪੇਰੈਂਟ ਹੁੰਦਾ ਵੈਬਸਾਈਟਾਂ ਉੱਤੇ ਔਰ ਨੌਲੇਜ ਤਾਂ ਤੁਸੀਂ ਸਹੀ ਲੈ ਸਕਦੇ ਹੋ ਉਸ ਵਿੱਚ ਤਾਂ ਕੋਈ ਸਮੱਸਿਆ ਨਹੀਂ ਹੈ ਅਨਫੋਰਚੁਨੇਟਲੀ 6 ਬੈਂਡ ਵਾਲਾ ਬੱਚਾ ਸਭ ਤੋਂ ਜ਼ਿਆਦਾ ਖਰਾਬ ਹੁੰਦਾ 6 ਬੈਂਡ ਵਾਲਾ ਕਿਉਂਕਿ ਉਹ ਮੈਜੋਰਿਟੀ ਆਫ ਸਟੂਡੈਂਟ ਜਿਹੜਾ ਪਾਸ ਆਊਟ ਅੱਜ ਹੋ ਰਿਹਾ ਹੈ ਹਾਲਸ ਤੋਂ ਬਾਅਦ ਦੈਟ ਇਜ਼ 6.0 ਬੈਂਡ ਲੋਕੀ ਸਟਰਗਲ ਕਰਦੇ ਨੇ 6 ਓਵਰਆਲ ਤੇ ਇਕੱਲੇ ਇਕੱਲੇ ਲੈਣ ਦੇ ਵਿੱਚ
6 ਤੇ 5.5 1 ਜਾਂ 6 2 5.5 ਬਹੁਤ ਸਾਰੇ ਮਿਲ ਜਾਣਗੇ। ਆਹ ਸਭ ਤੋਂ ਜ਼ਿਆਦਾ ਕੰਸਰਨ ਵਾਲੀ ਗੱਲ ਹੈ। ਜੇ ਮੈਂ 18 ਸਾਲ ਦੇ ਇੰਡਸਟਰੀ ਦਾ ਐਕਸਪੀਰੀਅੰਸ ਲੈ ਕੇ ਆਉਂਦਾ ਤਾਂ ਕਿਤੇ ਨਾ ਕਿਤੇ ਮੇਰੇ ਲਈ ਇਹ ਇੱਕ ਜ਼ਿੰਦਗੀ ਜੀਣ ਦਾ ਤਰੀਕਾ ਬਣ ਗਿਆ। ਅਫਸੋਸ ਇਸ ਚੀਜ਼ ਦਾ ਹੁੰਦਾ ਹੈ ਜਦ ਤੁਸੀਂ ਇੰਨੀ ਮਿਹਨਤ ਕਰਕੇ ਉਸ ਮੁਕਾਮ ਤੇ ਪਹੁੰਚਦੇ ਹੋਗੇ ਹੋ ਜਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਉੱਥੇ ਛੋਟੀ ਜਿਹੀ ਗਲਤੀ ਕਰਕੇ, ਜਿਹਨੂੰ ਕੋਈ ਬੱਚਾ ਕਹਿੰਦਾ ਮੈਂ ਕੰਸਲਟੈਂਟ ਗਲਤ ਚੁਣ ਲਿਆ ਸੀਗਾ ਜਾਂ ਚੁਣਿਆ ਸੀ ਉਦੋਂ ਗਲਤ ਨਹੀਂ ਸੀਗਾ, ਸੁਣੀ ਨਹੀਂ ਗੱਲ ਜਾਂ ਉਸ ਗੱਲ ਉੱਤੇ ਹੋਮਵਰਕ ਨਹੀਂ ਕੀਤਾ ਜਾਂ ਸਵਾਲ ਨਹੀਂ ਪੁੱਛੇ, ਤਿੰਨ ਚੀਜ਼ਾਂ ਜਾਂ ਤਿੰਨਾਂ ਚੋਂ ਇੱਕ ਵੀ ਚੀਜ਼ ਤੁਸੀਂ ਪੋਸੀਬਲ ਕਰੋਗੇ ਤੁਹਾਡਾ ਵੀਜ਼ਾ ਲੱਗੇਗਾ ਨਹੀਂ ਲੱਗੇਗਾ। ਐਟਲੀਸਟ ਨਹੀਂ ਲੱਗੇਗਾ, ਤੁਹਾਨੂੰ ਇਹ ਤਾਂ ਪਤਾ ਹੋਏਗਾ ਮੇਰੀ ਫਾਈਲ 'ਚ ਹੈ ਕੀ, ਕੱਲ੍ਹ ਮੈਂ ਵੀਜ਼ਾ ਦੁਬਾਰਾ ਲਾਉਣਾ ਤਾਂ ਮੇਰੇ ਕੋਲ ਮੈਂ ਕੁਛ ਗਲਤ ਨਹੀਂ ਕੀਤਾ, ਮੈਂ ਆਪਣੀ ਪ੍ਰੋਫਾਈਲ ਨੂੰ ਡਿਪਲੋਮੇ ਨਾਲ ਹੀ ਉਹਨੂੰ ਸਬਸਟੀਟਿਊਟ ਕੀਤਾ। ਅੱਜ ਮੈਂ 12 ਪਲੱਸ 3 ਸਾਲ ਦੀ ਬੈਚਲਰ ਔਰ 2 ਸਾਲ ਦੀ ਮਾਸਟਰ, 17 ਸਾਲ ਪੜ੍ਹ ਕੇ ਅੱਜ ਮੈਂ ਡਿਪਲੋਮੇ 'ਚ ਐਡਮਿਸ਼ਨ ਲੈਂਦਾ ਤੇ ਕੀ ਮੈਨੂੰ ਵੀਜ਼ਾ ਅਫਸਰ ਵੀਜ਼ਾ ਦਏਗਾ? ਆਈ ਐਮ ਸੋਰੀ, ਬੇਵਕੂਫੀ ਵਾਲੀ ਪ੍ਰੋਫਾਈਲ ਹੈ, ਬੇਵਕੂਫੀ ਵਾਲਾ ਡਿਸੀਜਨ ਹੈ ਜਿਸ ਵਿੱਚ ਕਿ ਵੀਜ਼ਾ ਅਫਸਰ ਨੂੰ ਸ਼ਰਿਆਮ ਦਿਖਦਾ ਪਿਆ। 17 ਸਾਲ ਪੜ੍ਹ ਕੇ ਇਹ ਆਪਣੇ ਆਪ ਨੂੰ ਪਲੱਸ 2 ਲੈਵਲ ਦਾ ਦਿਖਾਉਂਦਾ ਪਿਆ ਤੇ ਇਹ ਇਹ ਕਹਿਣਾ ਚਾਹ ਰਿਹਾ ਕਿ ਮੇਰੇ 5 ਸਾਲ ਦੀ ਮਿਹਨਤ ਮਿੱਟੀ ਹੈ, ਵੀਜ਼ਾ ਨਹੀਂ ਮਿਲੇਗਾ, ਮਿਲਣਾ ਹੀ ਨਹੀਂ ਚਾਹੀਦਾ। ਤੁਸੀਂ 6 ਬੈਂਡ ਲੈ ਲਓ, 6.5 ਬੈਂਡ, ਇਹੋ ਜਿਹੇ ਪ੍ਰੋਫਾਈਲਾਂ ਨੂੰ ਵੀਜ਼ਾ ਮਿਲੇਗਾ। ਤਾਂ ਸਭ ਤੋਂ ਪਹਿਲਾਂ ਕਲਪਿਟ ਮੈਂ ਬੱਚੇ ਨੂੰ ਦਿੰਦਾ, ਨਾਲ ਦੇ ਨਾਲ ਕੰਸਲਟੈਂਟ ਨੂੰ ਦਿੰਦਾ, ਤੀਜਾ ਕਈ ਵਾਰ ਪੇਰੈਂਟਸ ਉਹ ਇੰਨੀ ਐਡਵਰਟੀਜ਼ਮੈਂਟ ਤੋਂ ਆ ਜਾਂਦੇ ਨੇ ਵੀ ਆ ਫੀਸ ਵੀਜ਼ੇ ਤੋਂ ਬਾਅਦ ਹੈ ਜੀ, ਫੀਸ ਵੀਜ਼ੇ ਤੋਂ ਬਾਅਦ ਹੈ, ਹਿਡਨ ਚੀਜ਼ਾਂ ਤਾਂ ਵੇਖੋ, ਕੁਛ ਨਾ ਕੁਛ ਤਾਂ ਲੁਕਿਆ ਹੋਏਗਾ। ਜਾਂ ਬੰਦੇ ਨੂੰ ਕੋਲ ਤੁਹਾਨੂੰ ਲਿਖਤ ਹੀ ਦੇ ਦੇ, ਗਿਵ ਅਸ ਇਨ ਰਾਈਟਿੰਗ ਵੀ ਆਹ ਚੀਜ਼ ਤੁਹਾਡੀ ਵੀਜ਼ੇ ਤੋਂ ਬਾਅਦ ਹੈ, ਇਹਦੇ ਪ੍ਰੋਸੈਸ ਦੇ ਦੌਰਾਨ ਤੁਸੀਂ ਕਦੇ ਕੁਛ ਨਹੀਂ ਮੰਗੋਗੇ ਸਾਡੇ, ਕਲੀਅਰ ਹੋਣਾ ਚਾਹੀਦਾ। ਦੈਟ ਇਜ਼ ਵਨ ਇੰਪੋਰਟੈਂਟ ਥਿੰਗ। ਜੇ ਅੱਜ ਦੀ ਡੇਟ ਵਿੱਚ ਐਡਵਰਟੀਜ਼ਮੈਂਟ ਆਉਂਦੀ ਹੈ ਨਾ ਸਾਰੇ ਪੈਸੇ ਵੀਜ਼ਾ ਤੋਂ ਬਾਅਦ, ਐਟਲੀਸਟ ਹਿਡਨ ਦੇਖੋ, ਹਿਡਨ ਨਹੀਂ ਦੇਖਣਾ ਤਾਂ ਲਿਖਤ ਹੀ ਲੈ ਲਓ, ਤੁਸੀਂ ਤਸੱਲੀ 'ਚ ਹੋ। ਇੰਟਰਸਟ ਤਾਂ ਜੁੜੇ ਉਹਦੇ ਕਿਸੇ ਅਗਲੇ ਬੰਦੇ ਦਾ ਵੀ ਮੇਰਾ ਕੀ ਇੰਟਰਸਟ ਹੈ, ਅੱਜ ਮੈਂ ESS 'ਚ ਬੈਠ ਕੇ ਅੰਬੈਸੀ ਫੀ ਦਿੰਦੇ ਹਾਂ, ਸਾਡਾ ਇੰਟਰਸਟ ਕੀ ਹੈ? ਅੰਬੈਸੀ ਜੀ ਇਨਵੈਸਟ ਕਰਾਂਗੇ, ਐਟਲੀਸਟ ਕੱਲ੍ਹ ਕਲਾਇੰਟ ਇਹ ਨਹੀਂ ਕਹੇਗਾ ਮੇਰੇ ਪੈਸੇ ਖਰਾਬ ਕੀਤੇ। ਸਾਡਾ ਇੰਟੈਂਸ਼ਨ ਤੁਹਾਡਾ ਜਦ ਕੇਸ ਫੜਦੇ ਹਾਂ ਤਾਂ ਇਹ ਹੁੰਦਾ ਤਾਂ ਵੀਜ਼ਾ ਲੱਗੇ, ਕਿਉਂਕਿ ਕਲਾਇੰਟ ਦੇ ਹੋਪ ਦੇ ਨਾਲ ਨਾਲ ਸਾਡੇ ਇਨਵੈਸਟਮੈਂਟ ਹੋ ਜਾਂਦਾ ਪੈਸੇ ਦਾ। ਉਸ ਵਿੱਚ 6 ਬੈਂਡ ਇੱਕ ਮਿਨੀਮਮ ਰਿਕੁਆਇਰਮੈਂਟ ਹੈ ਜਿੱਥੇ ਅਸੀਂ ਕੇਸ ਲੈਂਦੇ ਹਾਂ, ਕਿਉਂਕਿ ਉਹ ਕੇਸ ਲਾਉਣ ਦੇ ਕਾਬਿਲ ਹੈ ਐਸ ਫਾਰ ਐਸ ਇੰਗਲਿਸ਼ ਰਿਕੁਆਇਰਮੈਂਟ ਇਜ਼ ਕੰਸਰਨਡ। ਹਾਓ ਐਵਰ ਸਾਡੇ ਕੋਲ ਕੋਈ ਬੱਚਾ ਆਉਂਦਾ 55% 12ਵੀਂ 'ਚ ਨੰਬਰ ਹੈ, ਆਸਟ੍ਰੇਲੀਆ ਜਾਣਾ, ਹੱਥ ਜੋੜ ਕੇ ਨਾ ਕਰਦੇ ਤਾਂ ਆਸਟ੍ਰੇਲੀਆ ਵਾਲੇ ਜਾ ਸਕਦੇ ਕਾਕਾ ਜੀ, ਕਿਉਂਕਿ 65% ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਥੱਲੇ ਤੁਹਾਨੂੰ ਐਡਮਿਸ਼ਨ ਨਹੀਂ ਮਿਲਣਾ, CBSE 60%। ਆਲ 6 ਬੈਂਡ ਚਾਹੀਦੇ ਚਾਹੀਦੇ, ਤੁਸੀਂ 6.5 ਬੈਂਡ ਲੈਂਦੇ ਹੋ, ਅਕੈਡਮਿਕ ਤੁਹਾਡੇ 52-53-55% ਵੀ ਹੈ ਤਾਂ ਵੀ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਲੱਗਣਾ। ਸਿੰਪਲ ਕਾਰਨ, ਅਕੈਡਮਿਕ ਪ੍ਰੋਫਾਈਲ ਨਹੀਂ ਤੁਹਾਡੀ ਹੈਗੀ। ਜੇ ਅਕੈਡਮਿਕ ਪ੍ਰੋਫਾਈਲ ਨਹੀਂ ਹੈ, ਇਕੱਲੇ 6 ਬੈਂਡ ਲੈ ਲਓ, 6.5 ਬੈਂਡ ਲੈ ਲਓ, ਜਾਂ ਉਹ ਕੋਰਸ ਜਿਹੜਾ ਕਿ ਸਿਰਫ ਤੁਹਾਨੂੰ ਚਿਪਕਾਇਆ ਗਿਆ, ਦਿੱਤਾ ਗਿਆ, ਤੁਸੀਂ ਕੋਈ ਰਿਸਰਚ ਨਹੀਂ ਕੀਤੀ, ਤੁਹਾਡਾ ਵੀਜ਼ਾ ਨਹੀਂ ਆ ਸਕਦਾ। ਬੜੀ ਕਲੀਅਰ ਗੱਲ ਹੈ। ਬਹੁਤ ਸਾਰੇ ਰਿਫਿਊਜ਼ਲ ਕੇਸਿਸ ਮੇਰੇ ਨਾਲ ਰਿਲੇਟ ਕਰਨਗੇ, ਜਾਂ ਜਿਨ੍ਹਾਂ ਦੇ ਕੇਸ ਲੱਗੇ ਡਿਪਲੋਮੇ ਵਾਸਤੇ, ਕਾਇੰਡਲੀ ਆਪਣੀ COE, ਆਪਣਾ ਕੋਰਸ ਕੰਟੈਂਟ, ਆਪਣੀ ਯੂਨੀਵਰਸਿਟੀ ਦਾ ਸਟੇਟਸ ਚੈੱਕ ਕਰ ਲਓ ਤੇ ਫਿਰ ਆਪਣੇ ਆਪ ਨੂੰ ਸਵਾਲ ਪੁੱਛਣਾ ਕਿ ਇਹ ਸਹੀ ਕੋਰਸ 'ਤੇ ਜਾਂਦੇ ਪਏ ਹੋ, ਆਨਸਰ ਤੁਹਾਨੂੰ ਆਪੇ ਮਿਲ ਜਾਏਗਾ। ਵੀਜ਼ਾ ਜਿਹੜੀ ਚੀਜ਼ ਹੈ ਨਾ ਉਹ ਰੈਗੂਲੇਟਡ ਕਿਤਾਬਾਂ ਵਿੱਚ ਲਿਖੀ ਹੋਈ ਇੱਕ ਕਾਨੂੰਨ ਹੈ, ਕਾਨੂੰਨ ਦੇ ਵਿੱਚ ਵੀਜ਼ੇ ਮਿਲਦੇ ਹੈ, ਕਾਨੂੰਨ 'ਚ ਵੀਜ਼ੇ ਨਹੀਂ ਮਿਲਦੇ। ਲੋਕ ਕਹਿੰਦੇ ਡਿਪਲੋਮੇ ਦੇ ਵੀਜ਼ੇ ਨਹੀਂ ਆਉਂਦੇ, ਮੈਂ ਮੰਨ ਕੇ ਚੱਲਦਾ ਆਉਂਦੇ ਹੈ, 50-100 'ਚੋਂ ਇੱਕ ਆਉਂਦੇ ਨੇ ਜੋ ਕਿ ਐਕਚੁਅਲੀ ਜੈਨੂਅਨ ਪ੍ਰੋਫਾਈਲ ਹੁੰਦੀ ਹੈ। ਡਿਪਲੋਮੇ ਵਾਸਤੇ ਵੀ ਜੈਨੂਅਨ ਪ੍ਰੋਫਾਈਲਾਂ ਜਾਂਦੀਆਂ ਨੇ, ਜਿਹੜੀ ਐਕਚੁਅਲ ਜੈਨੂਅਨ ਪ੍ਰੋਫਾਈਲ ਹੈ ਉਹਨੂੰ ਵੀਜ਼ਾ ਆਏਗਾ। ਹੁਣ ਜੇ ਚੰਗੀ ਭਲੀ ਪ੍ਰੋਫਾਈਲ ਹੈ, ਮੈਂ 80% ਨੰਬਰ ਲੈ ਕੇ ਨੋਨ ਮੈਡੀਕਲ 'ਚ ਬੈਠਾ ਹੋਇਆ, 6 ਬੈਂਡ ਮੇਰੇ ਕੋਲ ਹੈ ਤੇ ਮੈਂ ਅੱਗੇ ਲੀਡਰਸ਼ਿਪ ਦਾ ਡਿਪਲੋਮਾ ਕਰਨ ਜਾ ਰਿਹਾ, ਕਿੱਥੋਂ ਦਾ ਪ੍ਰੋਗਰਾਮ ਹੈ, ਮੈਂ IT ਨੈਟਵਰਕਿੰਗ ਦਾ ਕਰਨ ਜਾ ਰਿਹਾ, ਸਮਝ ਆਉਂਦੀ ਹੈ ਨੋਨ ਮੈਡੀਕਲ ਨਾਲ ਮੇਚ ਖਾਂਦਾ ਹੈ, ਬਟ ਕੀ ਇਹ ਕੋਰਸ ਮੇਰਾ ਕਰੀਅਰ ਬਣਾਏਗਾ? ਤੁਸੀਂ ਰਿਫਿਊਜ਼ਲ ਲੈਟਰ ਪੜ੍ਹਦੇ ਹੋ ਨਾ, 2-3 ਚੀਜ਼ਾਂ ਤੁਹਾਨੂੰ ਮੈਂ ਦੱਸ ਦਿੰਦਾ ਜੇ ਤੁਹਾਡੇ ਕੋਲ ਰਿਫਿਊਜ਼ਲ ਆਇਆ ਹੈ ਸਰਕਲ ਦੇ ਵਿੱਚ, ਤੁਸੀਂ ਕਦੇ ਪੜ੍ਹਿਆ ਜੇ। ਪਹਿਲੀ ਚੀਜ਼ ਜਿਹੜਾ ਹੈਗਾ ਕਿ ਸੋਸ਼ੋ ਇਕਨੋਮਿਕ ਸਰਕਮਸਟਾਂਸਿਸ ਕੀ ਹੁੰਦਾ ਹੈ, ਸਰਕਮਸਟਾਂਸਿਸ ਇਨ ਆਸਟ੍ਰੇਲੀਆ, ਦੂਜੇ ਜਾਂ ਤੀਜੇ ਪੈਰਾਗ੍ਰਾਫ ਲਿਖਿਆ ਹੁੰਦਾ, ਇਹਦਾ ਮਤਲਬ ਕੀ ਹੁੰਦਾ? ਕਦੇ ਇੰਗਲਿਸ਼ ਲੈਂਗੁਏਜ ਨੂੰ ਇਕੱਲਾ ਨਹੀਂ ਖਿੱਚਿਆ ਹੋਣਾ, ਉਹ 4 ਚੀਜ਼ਾਂ ਲੈ ਕੇ ਖਿੱਚਦਾ ਹੈ। ਤੇ ਜੇ ਤੁਹਾਨੂੰ ਕੋਈ ਇਹੋ ਜਿਹੀ ਐਡਵਰਟੀਜ਼ਮੈਂਟ ਮਿਲਦੀ ਹੈ ਜਾਂ ਤੁਹਾਨੂੰ ਲੱਗਦਾ ਹੈ ਵੀ ਮੇਰੇ 6 ਬੈਂਡ ਆ ਕੇ ਮੈਂ ਇਸ ਕੰਟਰੀ ਦਾ ਵੀਜ਼ਾ ਲੈ ਸਕਦਾ ਹੈਗਾ, ਹਾਓ ਐਵਰ ਮੇਰੇ ਕੋਲ ਅਕੈਡਮਿਕ ਪ੍ਰੋਫਾਈਲ ਜਾਂ ਮੇਰੀ ਪਰਿਵਾਰਕ ਜਾਂ ਮੇਰੇ ਹਿੰਦੁਸਤਾਨ ਦੇ ਹਾਲਾਤ ਉਹ ਸਪੋਰਟ ਨਹੀਂ ਕਰਦੇ, ਤਾਂ ਆਪਣਾ ਪੈਸਾ ਬਰਬਾਦ ਹੋਣ ਤੋਂ ਬਚਾ ਲਓ।
ਪੈਸਾ ਬਰਬਾਦ ਹੋਣ ਤੋਂ ਬਚਾ ਲਓ, ਕਿਉਂਕਿ ਕਿਸੇ ਨਾ ਕਿਸੇ ਨੇ ਤੁਹਾਡੇ ਤੋਂ ਲੱਖ ਡੇਢ ਲੱਖ ਕਮਾ ਜਾਣਾ, ਤੁਹਾਡਾ ਵੀਜ਼ਾ ਫਿਰ ਨਹੀਂ ਲੱਗਣਾ। ਫਿਰ ਤੁਸੀਂ ਉਹ ਰਿਫਿਊਜ਼ਲ ਲੈਟਰ ਲੈ ਕੇ ਹਰੇਕ ਕੰਸਲਟੈਂਟ ਦੇ ਆਫਿਸ ਜਾਣਾ ਤੇ ਕਿਸੇ ਨਾ ਫਿਰ ਉਸ ਚੀਜ਼ ਦਾ ਬੇਸਿਕ ਤੁਹਾਡੇ ਤੋਂ ਪੈਸਾ ਦਾ ਲਾਹਾ ਲੈ ਲੈਣਾ। ਨੁਕਸਾਨ ਤੁਹਾਡਾ ਹੀ ਹੋਣਾ, ਹਰੇਕ ਦੇ ਪੈਸੇ ਪੂਜਦੇ ਰਹੋਗੇ। ਸਿੰਪਲ ਚੀਜ਼, ਅਕੈਡਮਿਕ ਰਿਕੁਆਇਰਮੈਂਟ ਅਗੇਨ ਜੋ ਮੈਂ ਕਹਿ ਰਿਹਾ, ਤੁਸੀਂ ਯੂਨੀਵਰਸਿਟੀਆਂ ਦੀ ਵੈਬਸਾਈਟ ਜਾ ਕੇ ਚੈੱਕ ਕਰੋ, ਦੋ ਤਰ੍ਹਾਂ ਦੀ ਰਿਕੁਆਇਰਮੈਂਟ ਹੁੰਦੀਆਂ ਹਮੇਸ਼ਾ, ਅਕੈਡਮਿਕ ਐਂਡ ਲੈਂਗੁਏਜ, ਦੋਨੋਂ ਇੱਕ ਦੂਜੇ ਨੂੰ ਬਾਈਪਾਸ ਨਹੀਂ ਕਰਦੀਆਂ। ਤੀਸਰੀ ਰਿਕੁਆਇਰਮੈਂਟ ਜਿਹੜੀ ਕਾਨੂੰਨੀ ਲਿਖੇ ਹੋਏ ਆ ਉਹਨਾਂ ਦੇ, ਉਹ ਤਿੰਨੋਂ ਚੀਜ਼ਾਂ ਹੁੰਦੀਆਂ ਨੇ, ਫਿਰ ਮੇਰੇ ਵੀਜ਼ਾ ਦੇ ਚਾਂਸ ਬਣਦੇ ਨੇ, ਫਿਰ ਮੇਰਾ ਵੀਜ਼ਾ ਐਪਲੀਕੇਸ਼ਨ ਲਾਉਣ ਦਾ ਫਾਇਦਾ ਹੈ। ਬੜਾ ਐਜੂਕੇਟਿਡ ਜਿਹਾ ਵਿੱਚ ਫੀਲ ਕਰ ਰਿਹਾ, ਕਿਉਂਕਿ ਇਹ ਮੈਨੂੰ ਲੱਗਦਾ ਜਿਹੜੇ 6 ਬੈਂਡ ਵਾਲੇ ਬੱਚੇ ਨਾ, ਉਹ ਪਤਾ ਨਹੀਂ ਕਿਸ ਤਰ੍ਹਾਂ ਪੈਸੇ ਇਕੱਠੇ ਕਰਕੇ ਪਰਿਵਾਰ ਵਾਲੇ ਉਹਨਾਂ ਦਾ ਸਾਰਾ ਕਰਦੇ ਹੋਣਗੇ, ਜੋ ਕੰਸਲਟੈਂਟ ਨੂੰ ਦਿੰਦੇ ਨੇ, ਜੋ ਵੀ ਉਹ ਫੀਸਾਂ ਦਿੰਦੇ ਨੇ, ਬੜੀ ਛੋਟੀ ਜਿਹੀ ਇੱਕ ਬੇਵਕੂਫੀ ਕਰਕੇ, ਚਾਹੇ ਉਹ ਬੱਚੇ ਦੀ ਹੈ, ਚਾਹੇ ਉਹ ਏਜੰਟ ਦੀ ਹੈਗੀ ਹੈ, ਚਾਹੇ ਉਹਦਾ ਪੈਸਾ ਕਮਾਉਣ ਦਾ ਮਕਸਦ ਹੈ, ਇਹਦਾ ਬਾਹਰ ਜਾਣ ਦਾ ਮਕਸਦ ਹੈ, ਬੜੇ ਕਾਮਨ ਸੈਂਸ ਵਾਲੀ ਚੀਜ਼ ਭੁੱਲ ਜਾਂਦੇ ਆ ਪੂਰੇ ਵਿੱਚ ਕਾਮਨ ਸੈਂਸ ਦੀ ਚੀਜ਼ ਭੁੱਲ ਜਾਂਦੇ ਨੇ। ਜਦ ਵੀ ਸਾਡੇ ਕੋਲ ਨਾ ਸਪਾਊਸ ਕੇਸ ਆਉਂਦੇ ਨੇ ਆਪਣੇ ਕਾਉਂਸਲਿੰਗ ਕਰਾਉਣ ਵਾਸਤੇ, ਜਦ ਵੀ ਕੋਈ ਹਸਬੈਂਡ ਡਾਕੂਮੈਂਟੇਸ਼ਨ ਲੈ ਕੇ ਆਉਂਦਾ ਨਾ, ਅਸੀਂ ਉਹਨਾਂ ਕੋਰਸ ਦੀ ਗੱਲ ਨਹੀਂ ਕਰੀਦੀ ਹੁੰਦੀ। ਪਤਾ ਕਿਉਂ? ਕਿਉਂਕਿ ਉਹਨੂੰ ਕੋਰਸ ਨਾਲ ਲੈਣਾ ਦੇਣਾ ਕੋਈ ਨਹੀਂ। ਉਹਨੂੰ ਮੈਂ ਕੋਰਸ ਦੇ ਨਾਮ ਵੀ ਦੱਸੂਗਾ। ਕੋਰਸ ਦੀ ਗੱਲ ਉਹਨਾਂ ਕਰਨ ਦਾ ਫਾਇਦਾ ਜਿਹਨੇ ਕੋਰਸ ਪੜ੍ਹਾਈ ਕਰਨੀ ਹੈ। ਇਸ ਬੰਦੇ ਨੇ ਸਿਰਫ ਖਰਚਾ ਦੇਖਣਾ ਤੇ ਇਹਨਾਂ ਦਾ ਰਿਸਕ ਕਿੰਨਾ ਹੈਗਾ ਉਹ ਦੇਖਣਾ ਹੈ। ਇਸ ਪੁਆਇੰਟ ਸਿਰਫ ਇੰਨਾ ਜਿਹਾ ਹੈਗਾ, ਜੇ ਤੁਸੀਂ ਇੱਕ ਜਰਨਲ ਪਿਕਚਰ ਦੇਖ ਕੇ ਖੁਸ਼ ਹੋ ਜਾਂਦੇ ਹੋ ਨਾ, ਪਰਸੈਂਟੇਜ ਪੁੱਛੀ ਜਾਂਦੀ ਹੈ ਸਾਡੇ ਤੋਂ, ਅਸੀਂ ਕਿੰਨੇ ਪਰਸੈਂਟ ਵੀਜ਼ਾ ਆਏਗਾ, ਬੜਾ ਸਿੰਪਲ ਜਿਹਾ ਸਵਾਲ ਜਵਾਬ ਹੁੰਦਾ, ਜਾਂ 100% ਹੈ ਜਾਂ 0% ਹੈ, 60%, 50%, 70% ਬੋਲ ਕੇ ਸਿਰਫ ਮੈਂ ਤੁਹਾਡੇ ਦਿਲ ਨੂੰ ਖੁਸ਼ ਨਹੀਂ ਕਰ ਸਕਦਾ। ਜਾਂ ਤਾਂ ਵੀਜ਼ਾ ਆਏਗਾ ਜਾਂ ਨਹੀਂ ਆਏਗਾ, ਵਿੱਚ ਵਿਚਾਲੇ ਕਦੇ ਨਹੀਂ ਆਏਗਾ। ਵੀ ਤੁਹਾਡੇ ਆਸ ਤਾਂ 6 ਬੈਂਡ ਹੈਗੇ ਆ, ਪਰ ਅਕੈਡਮਿਕ ਨਹੀਂ ਹੈ, ਮੈਂ 50% ਵੀਜ਼ਾ ਦੇਣਾ ਚਾਹੁੰਦਾ ਸੀ ਪਰ ਇਹਨਾਂ ਕਾਰਨਾਂ ਕਰਕੇ 50% ਨਹੀਂ ਦੇ ਸਕਦਾ। ਪੁਆਇੰਟ ਹੈਗਾ ਇੱਕ ਸੋਚਣ ਦਾ, ਤੁਸੀਂ ਬਹੁਤ ਸਾਰੀ ਮਿਹਨਤ ਕਰਦੇ ਹੋ, ਤੁਸੀਂ ਆਪਣੇ ਆਲ ਸੈਂਟਰ ਨੂੰ ਫੀਸਾਂ ਦਿੰਦੇ ਹੋ, 3-3 ਸਾਲ, 2-2 ਸਾਲ, 3-3 ਮਹੀਨੇ ਲਗਾਤਾਰ ਤਪੱਸਿਆ ਕਰਦੇ ਹੋ ਇੰਗਲਿਸ਼ ਦੇ ਉਸ ਬ੍ਰੈਕਟ ਤੇ ਆਉਣ ਵਾਸਤੇ, ਕਿਉਂਕਿ ਹਰੇਕ ਨੂੰ ਪਤਾ ਬਾਹਰ ਜਾਣ ਵਾਸਤੇ ਮੇਰਾ ਆਲਸ ਦਾ ਟੈਸਟ ਜ਼ਰੂਰ ਕਲੀਅਰ ਹੋਣਾ ਚਾਹੀਦਾ, ਜਿਹਦੇ ਕਰਕੇ ਮੈਨੂੰ ਉੱਥੇ ਐਡਮਿਸ਼ਨ ਮਿਲੇਗਾ। ਥੋੜ੍ਹਾ ਸੈਂਸੇਬਲੀ ਆਪਣੇ ਪੈਸਿਆਂ ਨੂੰ ਖਰਚੋ, ਥੋੜ੍ਹਾ ਸੈਂਸੇਬਲੀ ਆਪਣੇ ਕੰਸਲਟੈਂਟ ਨੂੰ ਡਿਸਾਈਡ ਕਰੋ, ਸਵਾਲ ਪੁੱਛੋ, ਆਕੂਪੇਸ਼ਨ ਰਿਲੇਟਡ ਸਵਾਲ ਤਾਂ ਪੁੱਛੋ। ਇੱਕ ਕੰਸਲਟੈਂਟ ਨੂੰ ਇਹ ਤਾਂ ਪਤਾ ਹੋਊਗਾ ਪੋਸਟ ਸਟੱਡੀ ਵਰਕ ਵੀਜ਼ੇ ਤੋਂ ਬਾਅਦ ਮੈਨੂੰ ਐਟਲੀਸਟ ਕਿਹੜੀ ਬੋਡੀ ਮੈਨੂੰ ਅਸੈਸ ਕਰਕੇ ਮੈਨੂੰ ਕਾਬਲ ਬਣਾਏਗੀ ਜਦ ਮੈਂ PR ਲੈ ਸਕਾਂ। ਛੋਟੀ ਛੋਟੀ ਚੀਜ਼ਾਂ, ਤੁਹਾਡਾ ਪੈਸਾ, ਤੁਹਾਡਾ ਸਮਾਂ, ਤੁਹਾਡੀ ਪ੍ਰੋਫਾਈਲ, ਤਿੰਨਾਂ ਨੂੰ ਬਚਾ ਸਕਦਾ ਹੈ। ਤਾਂ 6 ਬੈਂਡ ਬਾਰੇ ਜਿਹੜੀ ਮੇਰੀ ਰਾਏ ਸੀ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਗਾ। ਓਪਰਚੁਨਿਟੀ ਵੀ ਹੈਗੀ ਹੈ, ਡਿਸਗ੍ਰੇਸ ਵੀ ਹੈਗੀ ਹੈ, ਇਹਨੂੰ ਚੰਗੀ ਡਿਪੈਂਡ ਕਰਦਾ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਯੂਜ਼ ਕਰਦੇ ਹੋ, ਪੂਰੇ ਦੇ ਪੂਰੇ ਆਪਣੀ ਪ੍ਰੋਫਾਈਲ ਨੂੰ, ਆਪਣੇ ਹਾਲਾਤਾਂ ਨੂੰ, ਤਾਂ ਕਿ ਤੁਹਾਡਾ ਫਿਊਚਰ ਉਸ ਹਿਸਾਬ ਨਾਲ ਸਿਕਿਓਰ ਹੋ ਸਕੇ, ਜਾਂ ਸੋਰੀ ਜਿਹੜਾ ਮੈਂ ਵਰਡ ਕਰਨ ਚੱਲਿਆ, ਤੁਸੀਂ ਆਪਣਾ ਪੈਸਾ ਬਰਬਾਦ ਕਰ ਸਕੋ। ਤਾਂ ਤੁਹਾਡੀ ਆਪਣੀ ਸਮਝ, ਤੁਹਾਡੀ ਆਪਣੀ ਪ੍ਰੋਫਾਈਲ ਐਂਡ ਇੱਕ ਚੰਗਾ ਕੰਸਲਟੈਂਟ, ਤਿੰਨੋਂ ਚੀਜ਼ਾਂ ਚਾਹੀਦੀਆਂ ਨੇ ਤੁਹਾਡਾ ਕੇਸ ਇੱਕ ਸਿਰੇ ਪਹੁੰਚਾਉਣ ਵਾਸਤੇ। ਨਾਓ ਯੂ ਹੈਵ ਟੂ ਡਿਸਾਈਡ ਵਾਈਜ਼ਲੀ, ਤਿੰਨੋਂ ਕਿਵੇਂ ਆਉਣਾ ਹੈ, ਅਗਲੇ ਦਾ ਇੰਟਰਸਟ ਕੀ ਹੈ ਤੁਹਾਡੀ ਪ੍ਰੋਫਾਈਲ ਦੇ ਵਿੱਚ, ਕਿ ਉਹ ਤੁਹਾਡੇ ਨਾਲ ਪ੍ਰੋਫਿਟ ਤਾਂ ਕਮਾ ਰਿਹਾ, ਕਿ ਤੁਹਾਡੇ ਲੌਸ ਦੇ ਵਿੱਚ ਖੜਾ ਹੋ, ਕਿ ਤੁਹਾਡੇ ਨੁਕਸਾਨ ਦੇ ਵਿੱਚ ਖੜਿਆ ਹੋ ਕਿ ਨਹੀਂ ਖੜਿਆ, ਬੇਸਿਕ ਸਵਾਲ। ਤਾਂ ਆਲ ਗੋ ਵਿਦ ਦ ਪ੍ਰੋਫਾਈਲ ਜਿਹੜੀਆਂ ਆਈਆਂ ਹੋਈਆਂ ਹੈ, ਕੁਐਸਚਨਸ ਨੇ ਕੁਛ, ਵਿਲ ਜਸਟ ਗੋ ਥਰੂ ਦੈਮ। ਨੇਹਾ ਰਾਜਨ ਜੀ ਕਹਿੰਦੇ, ਸਰ ਹਾਊ ਮਚ ਟਾਈਮ ਟੇਕਨ ਆਸਟ੍ਰੇਲੀਅਨ ਐਮਬੈਸੀ ਕੈਨ ਟੇਕ ਫਾਰ ਵੀਜ਼ਾ ਗ੍ਰਾਂਟ? ਨੇਹਾ ਜੀ, ਇਫ ਯੂ ਗੋ ਟੂ ਦੇਅਰ ਵੈਬਸਾਈਟ, ਉਹ ਕਲੀਅਰਲੀ ਕਹਿੰਦੇ ਨੇ ਅਰਾਊਂਡ 75% ਆਫ ਪ੍ਰੋਫਾਈਲਸ ਉਹ 20-22 ਦਿਨਾਂ ਦੇ ਵਿੱਚ ਡਿਸਾਈਡ ਕਰਦੇ ਨੇ, ਐਂਡ ਰੈਸਟ 25% ਪ੍ਰੋਫਾਈਲਸ ਮੈਕਸੀਮਮ 90 ਡੇਜ਼ ਦੇ ਵਿੱਚ। ਤਾਂ ਜਿਹੜੇ ਅੱਜ ਕੱਲ੍ਹ ਵੀਜ਼ਾ ਆ ਰਹੇ ਨੇ, ਉਹ ਆ ਰਹੇ ਨੇ 24 ਦਸੰਬਰ ਤੋਂ ਲੋਜਮੈਂਟ ਤੋਂ ਲੈ ਕੇ 4 ਜਨਵਰੀ ਦੀ ਲੋਜਮੈਂਟ ਦੀ, ਉਹਨਾਂ ਦੇ ਵੀਜ਼ੇ ਆਉਣੇ ਸ਼ੁਰੂ ਹੋ ਗਏ ਨੇ। ਹਰਪ੍ਰੀਤ ਜੀ ਪੁੱਛਦੇ ਨੇ ਜੀ, ਕੈਨੇਡਾ ਗੈਪ ਕਿੰਨਾ ਐਕਸੈਪਟ ਕਰਦਾ ਹੈਗਾ ਆਫਟਰ ਬੀਟੈਕ? ਹਰਪ੍ਰੀਤ ਜੀ, ਗੈਪ ਤੋਂ ਭਾਵ ਤੁਸੀਂ ਕੁਛ ਨਹੀਂ ਕਰਦੇ ਪਏ ਸੀਗੇ, ਤਾਂ ਦੈਟ ਇਜ਼ ਅ ਕੁਐਸਚਨੇਬਲ ਥਿੰਗ, ਸਾਲ 1.5 ਸਾਲ ਤੋਂ ਉੱਪਰ। ਹਾਊਏਵਰ, ਜੇ ਤੁਸੀਂ ਕੰਮ ਕਰਦੇ ਪਏ ਸੀਗੇ ਆਪਣਾ ਬੀਟੈਕ ਤੋਂ ਬਾਅਦ, ਥੋੜਾ 3-4 ਸਾਲ ਦਾ ਵਰਕ ਐਕਸਪੀਰੀਅੰਸ ਹੈਗਾ, ਤਾਂ ਦਿਸ ਕੈਨ ਗੋ ਐਜ਼ ਹਾਈ ਐਜ਼ 5 ਈਅਰਸ। 5 ਸਾਲ ਤੱਕ ਤੁਸੀਂ ਆਪਣਾ ਐਕਸਪੀਰੀਅੰਸ SGS ਵਾਸਤੇ ਜਾਂ ਯੂਨੀਵਰਸਿਟੀ ਵਾਸਤੇ ਜਸਟੀਫਾਈ ਕਰ ਸਕਦੇ ਹੈਗੇ ਹੋ, ਚੰਗੇ ਚਾਂਸਿਸ ਬਣ ਜਾਂਦੇ ਨੇ ਵੀਜ਼ਾ। ਸਿੰਘ ਰਾਇਲਪ੍ਰੀਤ ਜੀ, ਭਾਜੀ ਮੇਰਾ 1 ਸਾਲ ਦਾ ਗੈਪ ਆਸਟ੍ਰੇਲੀਆ ਲਈ ਚੱਲੂਗਾ। ਰਾਇਲਪ੍ਰੀਤ, ਤੁਹਾਡਾ ਜਿਹੜਾ +2 ਪਾਸ ਆਊਟ ਹੈਗੇ ਹੋ, ਐਂਡ ਅਜ਼ਿਊਮਿੰਗ 2017 ਪਾਸ ਆਊਟ ਹੋ, ਪਰਸੈਂਟੇਜ 65% ਤੋਂ ਉੱਤੇ ਪੰਜਾਬ ਬੋਰਡ ਤੇ ਹਿਊਮੈਨਿਟੀਜ਼ ਨਹੀਂ ਹੈਗਾ, ਚੱਲੂਗਾ।
ਹਿਊਮੈਨਿਟੀਜ਼ ਦੀ ਤਾਂ ਕਹਿਣਾ ਪਿਆ ਜੇ ਤੁਹਾਡੇ ਕੋਲ ਅਕੈਡਮਿਕ ਸਬਜੈਕਟ ਨਹੀਂ ਹੈ। ਜੇ ਅਕੈਡਮਿਕ ਸਬਜੈਕਟ ਕੀਤੇ ਹੈ ਜੋਗ੍ਰਾਫੀ ਮੈਥਮੈਟਿਕਸ ਸੋਸ਼ੋਲੋਜੀ ਸਟੈਟਿਸਟਿਕਸ ਇਹੋ ਜਿਹੇ ਤਾਂ ਯੈਸ 2017 ਪਾਸ ਆਊਟ ਕਰ ਸਕਦੇ ਹੋ। ਜੇ ਤੁਹਾਡਾ ਗ੍ਰੈਜੂਏਸ਼ਨ ਹੈਗੀ ਹੈ ਦੈਨ ਕੋਈ ਇਸ਼ੂ ਨਹੀਂ ਹੈਗਾ, ਇਟ ਵਿਲ ਰਨ ਐਸ ਸੱਚ। ਰਮਨ ਜੀ ਪੁੱਛਦੇ ਰਹੇ ਸਰ ਇਫ ਡੀਕਨ ਯੂਨੀਵਰਸਿਟੀ ਅਪਰੂਵ ਫੰਡ ਐਂਡ ਐਸ ਓ ਪੀ ਫਾਰ ਜੀ ਟੀ ਪਰਪਸ ਜਦ ਇਟ ਸ਼ੋ ਦੈਟ ਯੋਰ ਐਸ ਓ ਪੀ ਐਂਡ ਅਦਰ ਥਿੰਗਸ ਆਰ ਕਰੈਕਟ ਫਾਰ ਦ ਵੀਜ਼ਾ ਪਰਪਸ। ਰਮਨ ਆਈ ਥਿੰਕ ਆਪਾਂ ਬਹੁਤ ਹਫ਼ਤਿਆਂ ਤੋਂ ਇਨ ਟੱਚ ਹੈ ਡੀਕਨ ਦੀ ਕੁਐਰੀ ਲੈ ਕੇ। ਦੇਖੋ ਯੂਨੀਵਰਸਿਟੀ ਦਾ ਜਦ ਜੀ ਟੀ ਚੈੱਕ ਹੁੰਦਾ ਨਾ ਤੁਹਾਡੀ ਇੰਟਰਵਿਊ ਕਲੀਅਰ ਹੋ ਗਈ ਹੈ, ਜੇ ਡੀਕਨ ਕਾਲਜ ਨਹੀਂ ਹੈ ਡੀਕਨ ਯੂਨੀਵਰਸਿਟੀ ਹੈ, ਤੁਹਾਡੀ ਇੰਟਰਵਿਊ ਕਲੀਅਰ ਹੋ ਗਈ ਹੈ, ਤੁਹਾਡਾ ਫੰਡ ਕਲੀਅਰ ਹੋ ਗਿਆ, ਐਸ ਓ ਪੀ ਕਲੀਅਰ ਹੋ ਗਿਆ, ਦੇ ਹੈਵ ਸ਼ੋਨ ਦੇਅਰ ਇੰਟੈਲੀਜੈਂਸ ਐਸ ਪਰ ਦੇਅਰ ਅੰਡਰਸਟੈਂਡਿੰਗ ਵੀ ਇਹ ਵੀਜ਼ਾ ਲਈ ਕਾਬਲ ਹੈ। ਹਾਊ ਐਵਰ ਇਟ ਡਜ਼ ਨਾਟ ਗਰੰਟੀ ਵੀਜ਼ਾ, ਕਿਉਂਕਿ ਹਾਈ ਕਮਿਸ਼ਨ ਦਾ ਦੇਖਣ ਦਾ ਨਜ਼ਰੀਆ ਅਲੱਗ ਅਲੱਗ ਹੈ। ਛੋਟਾ ਐਗਜ਼ਾਮਪਲ ਦੇ ਦਿੰਦਾ ਰਮਨ, ਬੇਸਿਕਲੀ ਇੱਥੇ ਜੇ ਤੁਹਾਨੂੰ ਲੱਗਦਾ ਪਿਆ ਜਿਹੜੇ ਕੋਰਸ 'ਤੇ ਤੁਸੀਂ ਜਾਣੇ ਪਏ ਹੋ ਇੱਕ ਐਸ ਓ ਪੀ ਦੇ ਵਿੱਚ, ਉਹ ਚੰਗੀ ਤਰ੍ਹਾਂ ਐਕਸਪਲੇਨ ਹੈ ਉਹਦਾ ਫਿਊਚਰ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੇ ਵਿੱਚ ਐਂਡ ਤੁਹਾਡੇ ਪ੍ਰੋਫਾਈਲ ਦੇ ਨਾਲ ਮੈਚ ਕਰਦਾ, ਦੈਨ ਯੈਸ ਯੂ ਹੈਵ ਅ ਵੈਰੀ ਗੁੱਡ ਚਾਂਸ ਆਫ ਗੈਟਿੰਗ ਦ ਵੀਜ਼ਾ ਡਨ। ਯੂਨੀਵਰਸਿਟੀ ਦਾ ਐਸ ਓ ਪੀ ਚੈੱਕ ਕਰਨ ਦਾ ਮੋਟਿਵ ਇਹੀ ਹੁੰਦਾ ਹੈ ਜਿਹੜੇ ਬੱਚੇ ਉੱਤੇ ਇੰਨੀ ਮਿਹਨਤ ਕੀਤੀ ਗਈ ਹੈ ਉਹ ਵੀਜ਼ਾ ਲੈ ਕੇ ਆਵੇ, ਕਿਉਂਕਿ ਉਹਨਾਂ ਦੀ ਕਮਾਈ ਉਦੋਂ ਹੁੰਦੀ ਹੈ ਜਦ ਤੁਸੀਂ ਉੱਥੇ ਵੀਜ਼ਾ ਲੈ ਕੇ ਪਹੁੰਚ ਜਾਂਦੇ ਹੋ। ਕਿਉਂਕਿ ਜੇ ਇਨ ਕੇਸ ਆਫ ਵੀਜ਼ਾ ਰਿਫਿਊਜ਼ਲ ਉਹਨਾਂ ਨੂੰ ਤਾਂ ਆਪਣੀ ਤੁਹਾਡੀ ਫੀਸ ਵਾਪਸ ਕਰਨੀ ਪੈਂਦੀ ਹੈ ਸਾਰੀ ਦੀ ਸਾਰੀ, ਹੈ ਨਾ, ਤਾਂ ਉਹਨਾਂ ਦੀ ਕਮਾਈ ਉਦੋਂ ਹੈ ਵੀਜ਼ਾ ਦੇ ਵਿੱਚ, ਤਾਂ ਉਹ ਵੀ ਆਪਣੇ ਵੱਲੋਂ ਇੱਕ ਸਟੈਪ ਐਡੀਸ਼ਨ ਲਾ ਲੈਂਦੀ ਹੈ ਡੀਕਨ ਵਰਗੀ ਯੂਨੀਵਰਸਿਟੀ ਜਿਹੜੀ ਕਿ ਵਧੀਆ ਨਾਮ ਹੈ ਮੈਲਬਨ ਦੇ ਵਿੱਚ, ਦੈਟ ਇਹਦਾ ਵੀਜ਼ਾ ਆਵੇ ਤੇ ਅਸੀਂ ਉਹਦੀ ਕੋਈ ਹੈਲਪ ਕਰ ਸਕਦੇ ਹਾਂ ਬੀਂਗ ਏ ਯੂਨੀਵਰਸਿਟੀ, ਉਹਦਾ ਐਸ ਓ ਪੀ ਚੈੱਕ ਕਰ ਲਿਆ, ਜੀ ਟੀ ਚੈੱਕ ਕਰ ਲਈ, ਇਟ ਹੈਜ਼ ਗੁੱਡ ਚਾਂਸਿਸ ਫੋਰ ਗੈਟਿੰਗ ਦਾ ਵੀਜ਼ਾ ਗ੍ਰਾਂਟ, ਤਾਂ ਯੂ ਆਰ ਗੁੱਡ। ਸਿੰਘ ਰਾਜਪ੍ਰੀਤ ਵਿੱਚ 6.0 ਬੈਂਡ ਆਸਟ੍ਰੇਲੀਆ ਇੱਕ ਈਅਰ ਗੈਪ ਚੱਲੂਗਾ ਜੀ, 6.0 ਬੈਂਡ ਬਹੁਤ ਵਧੀਆ ਹੈ ਜੀ। ਸਿੰਘ ਸਾਹਿਬ ਬਸ ਆਈਐਲਟਸ ਵਿੱਚ ਕੋਈ 5.5 ਤੋਂ ਘੱਟ ਨਾ ਹੋਵੇ, ਇਹ ਧਿਆਨ ਰੱਖਿਓ, ਬਾਕੀ ਤੁਸੀਂ ਅਕੈਡਮਿਕ ਲਿਖ ਦੋਗੇ ਆਈ ਵਿਲ ਬੀ ਏਬਲ ਟੂ ਟੈਲ ਯੂ ਮੋਰ। ਐਂਡ ਉਸ ਤੋਂ ਬਾਅਦ ਹੈ ਜੀ ਸਰ ਐਕਸਪ੍ਰੈਸ ਐਂਟਰੀ, ਚਰਨਪਾਲ ਨੱਡਾ ਜੀ, ਸਰ ਐਕਸਪ੍ਰੈਸ ਐਂਟਰੀ 6 months ਓਲਡ ਫੰਡ, ਵਟ ਡਜ਼ ਇਟ ਰੀਅਲੀ ਮੀਨ, ਆਲ ਦਾ ਟ੍ਰਾਂਜੈਕਸ਼ਨ ਸ਼ੁੱਡ ਬੀ 6 months ਓਲਡ। ਨੱਡਾ ਸਾਹਿਬ ਆਈ ਐਮ ਨੋਟ ਦ ਰਾਈਟ ਪਰਸਨ ਇਨ ਟਰਮਸ ਆਫ ਐਕਸਪ੍ਰੈਸ ਐਂਟਰੀ, ਉਹਦੇ ਲਈ ਤੁਹਾਡੀ ਆਪਣੀ ਰਿਸਰਚ ਵਰਕ ਕਰਨੀ ਪਏਗੀ ਬਿਕੋਜ਼ ਇਟਸ ਐਨ ਇਮੀਗ੍ਰੇਸ਼ਨ ਕੁਐਸਚਨ, ਬਟ ਆਈ ਕੈਨ ਸਰਟ ਇਫ ਤੁਸੀਂ ਆਪਣਾ ਨੰਬਰ ਛੱਡ ਸਕਦੇ ਹੋ, ਆਈ ਕੈਨ ਸਰਟਨਲੀ ਆਸਕ ਸੰਬੜੀ ਫਰੋਮ ਅਦਰ ਡਿਪਾਰਟਮੈਂਟ ਆਫ ਅਵਰਸ ਜਿਹੜਾ ਤੁਹਾਨੂੰ ਇਹਦੀ ਕਾਲ ਕਰਕੇ ਤੁਹਾਨੂੰ ਇਹਦੀ ਇਨਫੋਰਮੇਸ਼ਨ ਦੇ ਸਕੇ, ਔਰ ਈਮੇਲ ਆਈ ਡੀ ਵਿੱਚ ਐਵਰ ਇਜ਼ ਕਨਵੀਨੀਅੰਟ ਟੂ ਯੂ। ਵਰਿੰਦਰ ਸਿੰਘ ਬਾਵਾ ਜੀ, ਸਰ ਯੂ ਆਰ ਅ ਵੈਰੀ ਨੌਲੇਜਫੁੱਲ ਐਂਡ ਟਰੂ ਕੰਸਲਟੈਂਟ, ਥੈਂਕ ਯੂ ਵਰਿੰਦਰ ਜੀ। ਜਦ ਤੁਸੀਂ ਇੱਕ ਚੀਜ਼ 18 ਸਾਲ ਕਰ ਲੈਂਦੇ ਹੋ ਤਾਂ ਸ਼ਾਇਦ ਇੱਕੋ ਪੈਸ਼ਨ ਜਿਹਾ ਬਣ ਜਾਂਦੀ ਹੈ, ਪੈਸ਼ਨ ਇਸ ਤਰ੍ਹਾਂ ਬਣ ਜਾਂਦੀ ਹੈ ਵੀ ਇਹ ਚੀਜ਼ ਯੂ ਨੋ, ਜਦ ਅਸੀਂ ਸਟਾਰਟ ਕੀਤਾ ਸੀਗਾ ਉਦੋਂ ਕੋਈ ਬੈਂਕਾਂ ਦੀ ਲਿਸਟ ਨਹੀਂ ਹੁੰਦੀ ਸੀਗੀ, ਕੋਈ ਆਈਐਲਟਸ ਦਾ ਪ੍ਰੋਬਲਮ ਨਹੀਂ ਹੁੰਦਾ ਸੀਗਾ, ਯੂ ਨੋ, ਜਦ 96 IDPI ਆਇਆ ਸੀਗਾ ਉਦੋਂ ਸਭ ਤੋਂ ਪਹਿਲੀ ਜਨਰੇਸ਼ਨ ਆਸਟ੍ਰੇਲੀਆ ਗਈ ਸੀ 96-97 ਦੇ ਵਿੱਚ, ਉਸ ਟਾਈਮ ਦੇ ਆਸਟ੍ਰੇਲੀਆ ਦੇ ਨਾਲ ਰੂਬਰੂ ਹੈਗੇ ਆ, ਕਿਤਾਬਾਂ ਪੜ੍ਹੀਆਂ, ਦੋ ਚੀਜ਼ਾਂ ਹਮੇਸ਼ਾ ਮੰਨ ਕੇ ਚੱਲਦਾ ਨਾ, ਥਰੈਟੀਕਲ ਐਂਡ ਪ੍ਰੈਕਟੀਕਲ ਇਕੱਠੇ ਜਾਂਦੇ ਨੇ, ਤੁਸੀਂ ਕਿਤਾਬਾਂ ਪੜ੍ਹ ਲਓਗੇ ਅਤੇ ਉਹਨੂੰ ਤੁਹਾਨੂੰ ਰੂਲ ਅਪਲਾਈ ਕਰਨਾ ਨਹੀਂ ਆਉਂਦਾ, ਜੋ ਮੋਸਟਲੀ ਗ੍ਰੈਜੂਏਟਸ ਦੀ ਹਾਲਤ ਹੈ ਇੰਡੀਆ ਦੇ ਵਿੱਚ, ਤੁਸੀਂ ਕਾਮਯਾਬ ਨਹੀਂ ਹੋ ਸਕਦੇ, ਅਤੇ ਇਕੱਲਾ ਤੁਸੀਂ ਆਪਣਾ ਪ੍ਰੈਕਟੀਕਲ ਕੰਮ ਕੀਤਾ, ਤੁਹਾਨੂੰ ਇਹ ਨਹੀਂ ਪਤਾ ਥਰੈਟੀਕਲ 'ਚ ਲਿਖਿਆ ਕੀ ਹੋਇਆ, ਹੋ ਸਕਦਾ ਉਸ ਕੰਮ ਕਰਨ ਦਾ ਸੌਖਾ ਤਰੀਕਾ ਲਿਖਿਆ ਹੋਵੇ, ਤਾਂ ਵੀ ਤੁਸੀਂ ਲੌਂਗ ਟਰਮ ਸਕਸੈਸਫੁੱਲ ਨਹੀਂ ਹੋ ਸਕਦੇ, ਤਾਂ ਦੋਨਾਂ ਚੀਜ਼ਾਂ 'ਚ ਮਿਹਨਤ ਹੁੰਦੀ ਹੈ, ਪੜ੍ਹਾਈ ਐਂਡ ਪ੍ਰੈਕਟੀਕਲ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੇ ਰਹਿਣ ਤਾਂ ਬਹੁਤ ਸੌਖਾ ਅਤੇ ਬਹੁਤ ਕਾਮਯਾਬ ਜਿਹੜੀ ਹੈ ਤੁਹਾਡੀ ਪੜ੍ਹਾਈ ਬਣ ਜਾਂਦੀ ਹੈਗੀ। ਅੱਗੇ ਜੀ ਰਿੱਕੀ ਰਾਜਪੂਤ, ਵੇਅਰ ਇਜ਼ ਵੀਜ਼ਾ ਚਾਂਸ, ਹਾਈ ਮਰਡਕ ਯੂਨੀਵਰਸਿਟੀ ਪਰਥ ਔਰ ਸਨਸ਼ਾਈਨ ਕੋਸਟ ਮੈਲਬਨ। ਸੀ ਫਸਟ ਆਫ ਆਲ ਮਰਡਕ ਯੂਨੀਵਰਸਿਟੀ ਦਾ ਆਪਣਾ ਕੈਂਪਸ ਹੈ ਜੀ ਉਹਦੇ ਵਿੱਚ ਪਰਥ ਦੇ ਵਿੱਚ, ਸਨਸ਼ਾਈਨ ਕੋਸਟ ਜਿਹੜੀ ਤੁਸੀਂ ਗੱਲ ਕਰਦੇ ਪਏ ਯੂਨੀਵਰਸਿਟੀ ਔਫ ਸਨਸ਼ਾਈਨ ਕੋਸਟ, ਇਹਨਾਂ ਦਾ ਕਲੈਬਰੇਸ਼ਨ ਹੈਗਾ ਏ ਟੀ ਐਮ ਸੀ ਦੇ ਨਾਲ, ਦੈਟਸ ਅ ਸੈਟੇਲਾਈਟ ਕੈਂਪਸ, ਰੇਂਜ ਆਫ ਕੋਰਸਿਸ ਵੱਖਰੇ ਵੱਖਰੇ ਹੈ, ਯੂ ਐਸ ਸੀ ਵਿੱਚ ਜਾਓਗੇ ਤੁਹਾਨੂੰ ਆਈ ਟੀ ਜਾਂ ਐਮ ਬੀ ਏ ਦੇ ਕੋਰਸਿਸ ਮਿਲਣਗੇ, ਵੇਅਰ ਐਜ਼ ਮਰਡਕ ਦੇ ਵਿੱਚ ਰੇਂਜ ਆਫ ਕੋਰਸਿਸ ਆ, ਤਾਂ ਡਿਪੈਂਡ ਤੁਹਾਡੀ ਬੈਕਗਰਾਉਂਡ ਕੀ ਹੈ ਐਂਡ ਇੰਟੈਂਸ਼ਨ ਇਹ ਕੋਰਸ ਕਰਨ ਕੀ ਜਾਣੇ ਪਏ ਹੋ, ਉਹ ਤੇ ਡਿਪੈਂਡ ਕਰਦਾ ਵੀਜ਼ਾ ਚਾਂਸਿਸ ਕਿਤੇ ਵਧੀਆ ਨੇ। ਵੇਅਰ ਐਜ਼ ਇਫ ਯੂ ਆਸਕ ਮੀ, ਇੱਕ ਅਸਲੀ ਮਜ਼ਾ ਜਿਹੜਾ ਪੜ੍ਹਨ ਦਾ ਜਿਹੜਾ ਹੈਗਾ ਉਹ ਹੈਗਾ ਤੁਹਾਡੇ ਰੀਜਨਲ ਕੈਂਪਸ ਦੇ ਵਿੱਚ, ਓਰੀਜਨਲ ਕੈਂਪਸ ਦੇ ਵਿੱਚ ਜਿਵੇਂ ਕਿ ਮਰਡਕ ਵਰਗਾ ਹੈਗਾ, ਜਿਹੜਾ ਯੂ ਐਸ ਸੀ ਦਾ ਕੈਂਪਸ ਹੈ ਸਨ ਬਿਲਡਿੰਗ ਸਿਟੀ ਦੇ ਵਿੱਚ ਹੈ, ਸੀਬੀਡੀ ਦੇ ਬਿਲਡਿੰਗ ਦੇ ਵਿੱਚ। ਸਿਮਰਨਪਾਲ ਜੀ, ਸਰ ਡਿਪੈਂਡੈਂਟ ਵੀਜ਼ਾ ਦਾ ਕੀ ਪ੍ਰੋਸੈਸ ਹੈ ਆਸਟ੍ਰੇਲੀਆ ਵਾਸਤੇ? ਸਿਮਰਨ ਜੀ, ਜਿਹੜਾ ਡਿਪੈਂਡੈਂਟ ਵੀਜ਼ਾ ਦਾ ਪ੍ਰੋਸੈਸ ਹੈ ਬੜਾ ਸਿੰਪਲ ਹੈ, ਜਿਹੜਾ ਤੁਹਾਡਾ ਉੱਥੇ ਸਪਾਊਸ ਗਿਆ ਹੋਇਆ, ਚਾਰ ਕਾਗਜ਼ ਉਹਦੇ ਆਉਂਦੇ ਨੇ, ਬਾਕੀ ਤੁਹਾਡੇ ਇੱਥੋਂ ਕਾਗਜ਼ ਲੱਗਦੇ ਨੇ,
ਹਾਊਐਵਰ ਡਿਪੈਂਡੈਂਟ ਵੀਜ਼ਾ ਦਾ ਟਾਈਮ ਫਰੇਮ ਬਹੁਤ ਜ਼ਿਆਦਾ ਹੈ, 8-8, 9-9 ਮਹੀਨੇ ਲੱਗਦੇ ਪਏ ਨੇ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਹਾਈ ਕਮਿਸ਼ਨ ਨੇ ਖੈਰ ਹੁਣ ਤਾਂ ਇੱਕ ਜਰਨਲ ਹੀ ਨਾ ਇੱਕ ਜਾਰੀ ਕੀਤਾ ਟ੍ਰੇਨਿੰਗ ਮੈਨੂਅਲ ਦੇ ਵਿੱਚ ਲਾਸਟ ਮੰਥ ਵੀ ਜੇ ਤੁਸੀਂ ਸਪਾਊਸ ਦੇ ਨਾਲ ਨਹੀਂ ਵੀ ਜਾਣਾ ਫਿਰ ਵੀ ਉਹਨੂੰ ਪਹਿਲੀ ਐਪਲੀਕੇਸ਼ਨ ਦੇ ਵਿੱਚ ਇਨਕਲੂਡ ਕਰ ਲਓ, ਉਹਨਾਂ ਲਈ ਵੀਜ਼ਾ ਦੇਣਾ ਜਾਂ ਨਾ ਦੇਣਾ ਆਸਾਨ ਹੋ ਜਾਂਦਾ ਹੈ। ਨਹੀਂ ਤਾਂ ਬਾਅਦ ਵਿੱਚ ਉਹ ਇਹੋ ਜਿਹਾ ਲਟਕਦਾ ਕੇਸ 8-8, 9-9 ਮਹੀਨੇ ਸਿਰਫ ਸਿਰਫ ਫਰਸਟ੍ਰੇਸ਼ਨ ਵੱਧਦੀ ਹੈ ਕਲਾਇੰਟ ਦੀ ਵੀ ਮੇਰਾ ਵੀਜ਼ਾ ਆ ਨਹੀਂ ਰਿਹਾ, ਅਤੇ ਉਹ ਫਾਈਲ ਅੰਬੈਸੀ 'ਚ ਪਈ ਹੁੰਦੀ ਹੈ, ਉਹਨਾਂ ਨੂੰ ਪੁੱਛ ਰਿਹਾ ਤਾਂ ਉਹ ਕਹਿੰਦੇ ਸਾਡੇ ਕੋਲ ਵਰਕਲੋਡ ਬਹੁਤ ਜ਼ਿਆਦਾ ਹੈਗਾ, ਪਹਿਲਾਂ ਹੀ ਆਪਣਾ ਜੇ ਲਾ ਸਕਦੇ ਹੋ ਐਪਲੀਕੇਸ਼ਨ ਦੇ ਨਾਲ ਆਪਣੇ ਸਪਾਊਸ ਦੇ ਨਾਲ ਤਾਂ ਬਹੁਤ ਵਧੀਆ, ਜੇ ਤੁਹਾਡਾ ਵਿਆਹ ਬਾਅਦ 'ਚ ਹੋ ਰਿਹਾ ਜਾਂ ਹੋਣ ਦੀ ਪਲੈਨ ਹੈ ਤਾਂ 7-8 ਮਹੀਨਿਆਂ ਵਾਸਤੇ ਤਿਆਰ ਰਹੋ, ਇੰਨਾ ਟਾਈਮ ਤਾਂ ਬੜੇ ਆਰਾਮ ਨਾਲ ਲੱਗਦਾ ਪਿਆ ਹੈਗਾ। ਡਿਪੈਂਡੈਂਟ ਵੀਜ਼ਾ ਸਬਸੀਕੁਐਂਟ ਜਿਹੜਾ ਬਾਅਦ 'ਚ ਜਾਂਦਾ ਹੈ। ਸਿੰਘ ਰਾਵਲਪ੍ਰੀਤ, ਜੰਮੂ ਜੇਕੇ ਬੋਰਡ ਨੋਨ ਮੈਡੀਕਲ, ਹਾਂਜੀ ਹਾਂਜੀ ਨੋ ਪ੍ਰੋਬਲਮ ਜੀ, ਨੋਨ ਮੈਡੀਕਲ 65% ਤੋਂ ਉੱਤੇ ਨੰਬਰ ਹੋਣ, ਯੂ ਕੈਨ ਡੈਫੀਨੇਟਲੀ ਟਰਾਈ ਫਾਰ ਇਟ। ਪਰ ਤੁਸੀਂ ਟਰਾਈ ਤੋਂ ਮਤਲਬ ਅਕੈਡਮਿਕ ਕਲਾਸ ਤੁਸੀਂ 6 ਮਿੰਟ ਹੀ ਤੁਹਾਡੇ ਆਏ ਵੀ ਐਂਡ ਯੂ ਆਰ ਗੁੱਡ ਟੂ ਗੋ। ਰਿੱਕੀ ਕਾਲਾ ਰਾਜਪੂਤ, ਐਲੀਕੋਜ ਇਫੈਕਟ ਵੀਜ਼ਾ ਚਾਂਸਿਸ, ਦਾ ਆਨਸਰ ਇਜ਼ ਨੋ ਐਂਡ ਯੈਸ ਬੋਥ। ਨੋ ਕਿਸ ਤਰ੍ਹਾਂ, ਤੁਹਾਡੇ ਕੋਰਸ ਇੱਕ ਜਨਰਲ ਕੋਰਸ ਹੈ, ਮੰਨ ਲਓ ਤੁਸੀਂ ਇੱਕ BSc BCA ਕਰਨ ਚੱਲੇ ਹੋ, BIT ਕਰਨ ਚੱਲੇ ਹੋ, ਯੂਨੋ IT ਵਾਲਾ ਕੋਰਸ ਕਰਨ ਚੱਲੇ ਹੋ ਜਿਹਦੀ ਰਿਕੁਆਇਰਮੈਂਟ 6 ਬੈਂਡ ਹੈ, ਤੁਹਾਡਾ 6 ਹੈ ਪਰ 1 'ਚ 5 ਹੈ, ਤੁਹਾਡਾ ਐਲੀਕੋਜ 18 ਹਫ਼ਤੇ ਦਾ ਲੱਗ ਗਿਆ, ਦਿਸ ਵਿਲ ਗਿਵ ਐਨ ਇੰਪੈਕਟ ਆਨ ਦਾ ਐਪਲੀਕੇਸ਼ਨ, ਇਹ ਵੀਜ਼ਾ ਫਰਕ ਪਾਏਗੀ। ਹਾਊਐਵਰ ਜੇ ਤੁਹਾਡਾ ਕੋਰਸ ਨਰਸਿੰਗ ਵਰਗਾ ਹੈ ਜਾਂ ਕੋਈ ਇਹੋ ਜਿਹਾ ਕੋਰਸ ਹੈ ਜਿਹਦੀ ਰਿਕੁਆਇਰਮੈਂਟ 7 ਬੈਂਡ ਦੀ ਹੈ, ਤੁਹਾਡੇ ਕੋਲ 6.5 ਬੈਂਡ ਹੈ ਅਤੇ 1 'ਚ 5.5 ਹੈ, ਤੁਹਾਨੂੰ ਉਸ ਕਰਕੇ 18 ਹਫ਼ਤੇ ਦਾ ਐਲੀਕੋਜ ਲੱਗਿਆ, ਇਹਦਾ ਵੀਜ਼ਾ ਇੱਥੇ ਕੋਈ ਇੰਪੈਕਟ ਨਹੀਂ ਆਏਗਾ, ਕਿਉਂਕਿ ਹਾਈ ਕਮਿਸ਼ਨ ਸਮਝਦੀ ਹੈ ਇਹ ਕੋਰਸ ਦੀ IELTS ਦੀ ਰਿਕੁਆਇਰਮੈਂਟ ਹੀ ਜ਼ਿਆਦਾ। ਜਿੱਥੇ ਇੱਕ ਬੈਂਡ ਦੀ ਰਿਕੁਆਇਰਮੈਂਟ 6 ਹੈ, ਬਾਵਜੂਦ ਉਸਦੇ ਤੁਹਾਨੂੰ ਐਲੀਕੋਜ 10 ਹਫ਼ਤੇ ਤੋਂ ਉੱਤੇ ਲੱਗਦਾ ਪਿਆ, ਪ੍ਰੋਬਲਮ ਹੈ। ਜਿੱਥੇ ਬੈਂਡ ਦੀ ਰਿਕੁਆਇਰਮੈਂਟ ਜ਼ਿਆਦਾ ਹੈ ਤੁਹਾਨੂੰ ਐਲੀਕੋਜ 10 ਹਫ਼ਤੇ ਤੋਂ ਉੱਤੇ ਲੱਗਦਾ ਪਿਆ, ਪ੍ਰੋਬਲਮ ਨਹੀਂ ਹੈ। ਸੋ 10 ਵੀਕਸ ਐਲੀਕੋਜ ਦੁਨੀਆ ਜਾਂਦੀ ਹੈ, ਵੀਜ਼ੇ ਲੱਗਦੇ ਹੈ, ਨੋ ਪ੍ਰੋਬਲਮਸ। 10 ਵੀਕਸ ਤੋਂ ਉੱਤੇ ਇੱਕ ਨੋਰਮਲ ਪ੍ਰੋਗਰਾਮ ਵਾਸਤੇ ਜਿਹੜਾ ਉਹ ਹੈਗਾ ਐਲੀਕੋਜ, ਦੈਟ ਇਜ਼ ਅ ਸੀਰੀਅਸ ਪ੍ਰੋਬਲਮ। ਸਿੰਘ ਰਾਵਲਪ੍ਰੀਤ, 70% ਮਾਰਕਸ, ਵੈਰੀ ਗੁੱਡ, ਅਪਲਾਈ ਫਾਰ ਇਟ, ਸ਼ੁੱਡ ਨਾਟ ਬੀ ਐਨ ਇਸ਼ੂ। ਕਿਰਨ ਠੰਡ, ਸਰ 6 ਈਚ ਐਂਡ 6.5 ਇਨ ਸਪੀਕਿੰਗ, BTEC 2014 ਐਂਡ 4 ਈਅਰ ਐਕਸਪੀਰੀਅੰਸ ਵਿਦ ਕੈਸ਼ ਸੈਲਰੀ, ਵੀਜ਼ਾ ਚਾਂਸਿਸ? ਕਿਰਨ ਜੀ, 2 ਸਵਾਲ, ਐਜ਼ ਆਫ ਨਾਓ ਦਾ ਵੀਜ਼ਾ ਚਾਂਸਿਸ ਆਰ ਵੈਰੀ ਗੁੱਡ। BTEC ਇਸ 'ਚ ਕੀਤੀ ਹੈ, ਆਪਣੇ ਇਸ ਸਟ੍ਰੀਮ ਤੋਂ ਹੈਗੇ ਹੋ, ਪਲੱਸ ਤੁਹਾਡਾ ਜਿਹੜਾ ਹੈਗਾ ਬੈਕਲੌਗ ਕਿੰਨੇ ਸੀਗੇ, 2 ਕੁਐਸਚਨ, ਇਫ ਬੈਕਲੌਗ ਇਜ਼ ਲੈਸ ਦੈਨ 15 ਔਰ 15 ਮੈਕਸੀਮਮ, ਐਂਡ BTEC ਤੁਹਾਡੀ ਕਿਸੇ ਵੀ ਬੈਕਗਰਾਉਂਡ ਤੋਂ ਹੈ, ਐਂਡ ਬੈਕਲੌਗ ਇੰਨੀ ਹੈ ਜਿੰਨੇ ਮੈਂ ਦੱਸਿਆ, ਬਹੁਤ ਸੋਹਣੇ ਚਾਂਸ ਹੈ ਵੀਜ਼ਾ ਦੇ, ਯੂ ਕੈਨ ਸਰਟਨਲੀ ਗੋ ਫੋਰ ਇਟ। ਪ੍ਰੋਜੈਕਟ ਮੈਨੇਜਮੈਂਟ ਕਰ ਲਓ, ਆਪਣੀ ਫੀਲਡ 'ਚ ਅੱਗੇ ਚੱਲ ਜਾਓ, ਇੰਜੀਨੀਅਰਿੰਗ ਮੈਨੇਜਮੈਂਟ, ਬਹੁਤ ਸਾਰੇ ਵਧੀਆ ਵਧੀਆ ਕੋਰਸਿਸ ਮਿਲ ਜਾਣਗੇ ਤੁਹਾਨੂੰ BTEC ਤੋਂ ਬਾਅਦ। ਵਿਦ ਸਪਾਊਸ ਸਰਟਨਲੀ ਯੈਸ, ਨੋ ਪ੍ਰੋਬਲਮ ਐਂਡ ਨੋ ਚੈਲੰਜ ਇਨ ਦੈਟ। ਇਹ ਕਿਰਨ ਜੀ ਦਾ ਕੰਟੀਨਿਊ ਕੁਐਸਚਨ ਸੀਗਾ। ਨਿਤਿਸ਼ ਦੁਬੇ, ਅਕੈਡਮਿਕ ਲੋ ਨਾਲ ਵੀਜ਼ੇ ਚਾਂਸ ਹੁੰਦੇ ਆ ਕਿ ਪੋਸਟ ਗ੍ਰੈਜੂਏਟ ਸਟੂਡੈਂਟ ਲੈ, ਅਗਰ ਬੈਂਡ 6 ਨੋਟ ਲੈਸ ਦੈਨ 5.5 ਹੋਣ? ਨਿਤਿਸ਼, ਬੋਥ ਆਰ ਇਕੁਅਲ, ਦੋਨੋਂ ਬਰਾਬਰ ਹੈ। ਉਹ ਕੈਸੇ? ਜਬ ਆਪ ਪੜ੍ਹਾਈ ਕੇ ਲੀਏ ਕੋਰਸ ਮੇਂ ਜਾਤੇ ਹੋ ਨਾ, ਕਿਸੀ ਕੋਰਸ ਮੇਂ ਜਾਤੇ ਹੋ, ਤੋ ਵੋ ਆਪਕੋ ਮਿਲਤਾ ਹੈ ਆਪਣੀ ਬੈਕਗਰਾਉਂਡ ਕੇ ਸਾਥ। ਫਾਰ ਐਗਜ਼ਾਮਪਲ, ਇੱਕ ਛੋਟਾ ਐਗਜ਼ਾਮਪਲ ਲੈ ਲੈਤੇ ਹੈਂ, ਅਬ ਆਪਕੀ, ਮੇਰੇ ਕੋ ਯੂਨੀਵਰਸਿਟੀ ਨਹੀਂ ਪਤਾ ਕੌਨ ਸੀ ਹੈ, ਮੈਂ ਆਪਕੋ ਦੋ ਯੂਨੀਵਰਸਿਟੀ ਕੇ ਐਗਜ਼ਾਮਪਲ ਦੇਤਾ ਹੂੰ। ਯਹਾਂ ਪੇ ਆਪ ਪੰਜਾਬ ਯੂਨੀਵਰਸਿਟੀ ਸੇ, ਚੰਡੀਗੜ੍ਹ ਸੇ, ਪੰਜਾਬੀ ਯੂਨੀਵਰਸਿਟੀ ਸੇ, ਡੈਲੀ ਯੂਨੀਵਰਸਿਟੀ ਸੇ, ਕੁਰੂਕਸ਼ੇਤਰਾ ਯੂਨੀਵਰਸਿਟੀ ਸੇ, 55% ਮਾਰਕਸ ਲੈ ਲੋ, ਆਪਕੋ ਹਰ ਯੂਨੀਵਰਸਿਟੀ ਸਾਥ ਸਾਥ ਲੈ ਕੇ ਚਲੇਗੀ, ਗਰੁੱਪ 8 ਕੋ ਛੋੜ ਕੇ, ਗਰੁੱਪ 8 ਕੋ ਜੋ ਕਿ ਐਲੀਟ ਯੂਨੀਵਰਸਿਟੀ ਸਨ ਉਨਕੋ ਛੋੜ ਕੇ ਆਪਕੋ ਹਰ ਯੂਨੀਵਰਸਿਟੀ ਐਡਮਿਸ਼ਨ ਦੇਗੀ। ਆਪ ਯਹੀ ਜੋ ਆਪ 55% ਹੈ, LPU ਸੇ ਆ ਜਾਓ, PTU ਸੇ ਆ ਜਾਓ, ਜਨਰਲ ਡਿਗਰੀਜ ਮੇਂ ਆ ਜਾਓ, ਜਾਂ ਕੋਈ ਐਸੀ ਯੂਨੀਵਰਸਿਟੀ ਜੋ ਅੰਨਾਮਲਾਈ, ਫਾਰ ਐਗਜ਼ਾਮਪਲ ਅੰਨਾਮਲਾਈ ਯੂਨੀਵਰਸਿਟੀ ਜਾਂ ਕੋਈ ਸਾਊਥ ਕੀ ਯੂਨੀਵਰਸਿਟੀ, ਉਨਕੋ ਚੈਲੰਜ ਰਹੇਗਾ, ਕਿਉਂਕਿ ਉਹਨਾਂ ਨੇ ਨਾ ਯੂਨੀਵਰਸਿਟੀਜ਼ ਕੋ ਬਾਂਟਾ ਹੁਆ ਹੈ ਸੈਕਸ਼ਨ ਮੇਂ, ਸੈਕਸ਼ਨ 1, ਸੈਕਸ਼ਨ 2, ਸੈਕਸ਼ਨ 3। ਐਗਜ਼ਾਮਪਲ, ਬਾਬਾ ਫਰੀਦ ਯੂਨੀਵਰਸਿਟੀ ਸੇ ਬਹੁਤ ਸਾਰੇ ਨਰਸਿਸ ਆਤੀ ਹੈ, ਅਬ ਉਨਕੀ ਜੋ ਫਸਟ ਡਿਵੀਜ਼ਨ ਹੈ ਨਰਸਿਸ ਕੀ 65% ਐਂਡ 70% ਸੇ ਸ਼ੁਰੂ ਹੋਤੀ ਹੈ, ਡਿਪੈਂਡਿੰਗ ਕੋਰਸ ਕੌਨ ਸਾ ਕਰਤੇ ਹੋ। ਅਬ ਏਜੈਂਟ ਇੱਕ ਐਪਲੀਕੇਸ਼ਨ ਪਕੜ ਲੇਤਾ 55% ਮੇਂ BSc ਨਰਸਿੰਗ ਕਰਕੇ, ਉਸਕਾ ਆਫਰ ਹੀ ਨਹੀਂ ਆ ਪਾਤਾ, ਕਿਉਂਕਿ ਉਸਕੀ ਡਿਗਰੀ ਆਸਟ੍ਰੇਲੀਅਨ ਬੈਚਲਰ ਕੇ ਇਕੁਅਲੈਂਟ ਹੀ ਨਹੀਂ ਹੈ, ਉਸਕਾ ਮਾਸਟਰਸ ਕਾ ਆਫਰ ਆਏਗਾ ਕਹਾਂ ਸੇ, ਕਿਉਂਕਿ ਵੋ ਤੋ ਕਹਤੇ ਹੈ ਆਪਕੀ ਬੈਚਲਰ ਡਿਗਰੀ ਬਰਾਬਰ ਨਹੀਂ ਹੈ। ਇਸ ਤਰ੍ਹਾਂ ਦਾ ਆਪਕਾ ਅਕੈਡਮਿਕ ਲੋ ਵਾਲਾ ਕੁਐਸਚਨ ਹੈ, ਡਿਪੈਂਡ ਕੌਨ ਸੀ ਯੂਨੀਵਰਸਿਟੀ ਸੇ ਕੀਆ ਹੈ, ਐਂਡ
आपके 6 एंड नॉट 5.5 कोई प्रॉब्लम नहीं है, दिस इज गुड फॉर मास्टर्स प्रोग्राम। बैचलर में कितने कौन सी स्ट्रीम है एंड यूनिवर्सिटी है डिपेंड उस पर करता है। ऑस्ट्रेलियन एजुकेशन सिस्टम में हर चीज का तोड़ है, आपके परसेंटेज कम है, आपको मास्टर्स में एडमिशन नहीं मिलता, उसका भी घुमा के तोड़ है उनके एजुकेशन सिस्टम के अंदर ही। बट आपकी रिस्पॉन्सिबिलिटी और एजेंट की रिस्पॉन्सिबिलिटी क्या रह जाती है, उसको सही तरीके से ग्रैब करना, पकड़ना, दैट्स इट। उसके बाद है जी अपना क्वेश्चन रॉयलप्रीत सिंह, पाजी 6 बैंड इन पीटी नॉट लेस देन 6। रॉयलप्रीत पीटी च बैंड नहीं होंगे बेटा, पीटी स्कोर होंगे। आरएनई की है जो पीटी का स्कोर है वह ब्रैकेट च वंडिया होया, तुसी उहदा रेंज चेक करोगे ना, वह कहेगा जी 50 तो लैके 56 6 बैंड दे इक्विवेलेंट, यह पीटी का स्कोर शीट कहता है। हाउ एवर जब तुसी यूनिवर्सिटी की रिक्वायरमेंट देखते हो उत्थे वह बैंड नहीं लै, 50 तो 56 का ब्रैकेट नहीं है, उन्हों का लिखा होगा सानू 52 पीटी स्कोर चाहिए नॉट लैस दैन 50। तुसी पीटी का स्कोर लिख दो, आई विल टैल यू आप कितने कितने कर सकते हो, ओवरऑल पीटी स्कोर प्लस इंडिविजुअल पीटी स्कोर जो 48 52 54 व्हाटएवर इट इज, उस तरह लिख दो, आई विल लेट यू नो। सिमरनप्रीत सिंह, यूनिवर्सिटी ऑफ एडलेड किदां दी है सर? सिमरनपाल सिंह, सॉरी सिमरन जी, यूनिवर्सिटी ऑफ एडलेड ग्रुप एड की यूनिवर्सिटी है, वन ऑफ द वेरी एलीट यूनिवर्सिटी इन एडलेड। रेंज ऑफ कोर्सेज थोड़ी एक्सपेंसिव है, बट यस यूनिवर्सिटी इज टू गुड। ग्रुप एड तो भाव है जो टॉप 8 यूनिवर्सिटियां ने ऑस्ट्रेलिया के हिस्सा हैगी, एक यूनिवर्सिटी बहुत सोहने सोहने कोर्सेज है। गुरपाल सिंह रंधावा जी, 5.5 से ऑस्ट्रेलिया डिप्लोमा च रिफ्यूजल है, हुण 6 बैंड आ गए आफ्टर प्लस टू रीअप्लाई कर सकते हैं, रीजन सी जीटी। गुरपाल जी प्लस टू कहड़े साल च कीती है, रिफ्यूजल कहड़े साल च हैगा, एंड 6 बैंड आ गए दैट इज गुड इनफ। बस आ दो डिटेल दे रहा थोड़ा मैं जवाब दे रहा हाँ, रिफ्यूजल कहड़े साल आया तो प्लस टू कहड़े साल च कीती तो किन्ने नंबर नाल कीती, स्ट्रीम भी लिख दियो सॉरी नाल, ह्यूमैनिटीज है नॉन मेडिकल है मेडिकल है। मनजीत सिंह, ऑस्ट्रेलिया तो कैनेडा का टूरिस्ट वीजा लग सकता सर? स्टूडेंट का मीनस ऑस्ट्रेलिया स्टूडेंट है मैं, अगर लग सकता है तो की प्रोसैस है? मनजीत जी कुछ नहीं करना, ऑनलाइन अप्लाई करना तुम उत्ते, एंड थोड़ी वो जी इतने स्टेटस है ऑस्ट्रेलिया के जोड़े मार्कशीटा ने ट्रांसक्रिप्ट ने सेमेस्टर वाइज वो जरूर देनिया ने, तो उत्थे जाने का समय सही होना चाहिए। फॉर एग्जाम्पल छुट्टियां हो तो स्कूल अपने कॉलेज के ताकि उत्थे टूरिस्ट वीजा अपलाई करने का सेंस बने, एन होवे तुहाडा सैशन च कॉलेज होवे तो तुसी उत्थे अपलाई कर दो, वीजा लगने का चांस बहुत ज़्यादा घट है। रिक्की काला राजपूत जी, अप्लाई टू मर्डर यूनिवर्सिटी 6 ओवरऑल 5.5 इन रीडिंग ओनली, गॉट 10 वीक्स ऑफ एलिकोर्स एमएससी आईटी कोर्स, प्रीटी गुड है कि कोर्स बहुत वधिया, बैकग्राउंड थोड़ी टेक्निकली होएगी ना, आप बीसी और बीएससी आईटी, प्रीटी गुड कोर्स, नो प्रॉब्लम, 10 वीक एलिकोर्स ठीक है क्योंकि वो 6-6-6 की रिक्वायरमेंट लेके चलते हैं सारे। मनजीत सिंह जी, असी आज तुहाडे करके ऑस्ट्रेलिया हाँ सर, थैंक यू सो मच। नहीं मनजीत जी, आई थैंक यू टू यू, तुसी भरोसा दिखाया एंड यू नो बाबा जी की कृपा के नाल भरोसे नूं असीं कामयाब कर पाए, मेहनत तुहाडी भी उन्नी है जिन्नी साडी हुंदी है। अभिषेक गौतम, 51% ऑस्ट्रेलिया जाना चाहते हैं जी। अभिषेक जी परसेंटेज तो ठीक है, कि क्लास 51% है, ग्रैजुएशन की है कि यूनिवर्सिटी तो कि स्ट्रीम चो, दैन आल बी एबल टू आंसर, पूरी इनफॉर्मेशन तो ज़्यादा वधिया। रॉयलप्रीत जी कहते हैं सर तुहानू मिल सकता है, रॉयलप्रीत जी बिल्कुल मिल सकते हैं जी, मैं सोमवार जलंधर ही होऊंगा, अगले जो आने वाला सोमवार है, मंगलवार अमृतसर होऊंगा, आई बिलीव तुम जम्मू तो हो कितने तुम्हें ठीक लगता है, अपना नंबर इतने छोड़ दो, तुम इतों अपॉइंटमेंट देकर कॉल कर देंगे, चंडीगढ़ हो गया, जलंधर हो गया, अमृतसर हो गया, कितने मिलना चाहते हो मैं मिल सकते हो, कोई दिक्कत नहीं है जी। सिंह रॉयलप्रीत 57 स्कोर ओवरऑल परफेक्ट, वेरी गुड, परफेक्ट स्कोर है रॉयल, अपना 73 स्पीकिंग 54 लिसनिंग 54 रीडिंग 58 राइटिंग, बहुत बढ़िया स्कोर है। ओके वरिंदर सिंह बाबा जी, सर हाउ इज रेपुटेशन ऑफ यूटीएस सिडनी? वेरी वेल यूनिवर्सिटी जी, यूटीएस इज यूनिवर्सिटी ऑफ टेक्नोलॉजी सिडनी, बहुत सोहनी यूनिवर्सिटी है, बहुत सोहने सोहने कोर्सेज है, थोड़ी फीस हायर साइड पर है बट यूनिवर्सिटी इज टू गुड, यूनिवर्सिटी बहुत फेमस है अपने जॉब फेयर वास्ते, नौकरी वास्ते फेयर लगते हैं साल एक बार, इतने एडमिशन क्राइटेरिया थोड़ा टफ है, जे कि एडमिशन नहीं मिलता तो उन्होंने एक स्कूल है इन सर्च करके जिसे राही जा सकते हो, इन सर्च लीडिंग टू यूटीएस, एलिकोस लगेगा तो भी थोड़ा इन सर्च पढ़ाऊगा एंड तुम यूटीएस कर सकते हो अपलाई, यूटीएस एग्जामिशन भी तो मिल सकता है कि एक अद्धे बैंड आल स्कोर घट है ना
ਤੁਹਾਨੂੰ ਆਈਲਟਸ ਕੋਰਸ ਦਾ ਐਗਜ਼ੈਂਪਸ਼ਨ ਦੀ ਵੀ ਇਹਨੇ ਕੋਲ ਇੱਕ ਪਾਲਿਸੀ ਜਾਂ ਕੈਟੇਗਰੀ ਹੈਗੀ ਹੈ। ਪ੍ਰੇਮ ਸਿੱਧੂ ਜੀ, ਸਟਾਰਟਿੰਗ ਯੂਕੇ ਆਫਟਰ ਗ੍ਰੈਜੂਏਸ਼ਨ ਵਿਦ ਔਰ ਵਿਦਆਊਟ ਆਈਐਲਟਸ? ਸਰ ਜੀ, ਵਿਦਆਊਟ ਆਈਐਲਟਸ ਹੀ ਕੁਛ ਹੋਣਾ, ਵਿਦ ਆਈਐਲਟਸ ਹੀ ਹੋਣਾ ਸਾਰਾ ਕੁਛ, ਕਿਉਂਕਿ ਵਿਦਆਊਟ ਆਈਐਲਟਸ ਜਿਹੜਾ ਹੁਣ ਹੈ ਉਹ ਸਮੇਂ ਨਹੀਂ ਹੈਗਾ। ਅੱਜ ਤੋਂ ਸ਼ਾਇਦ 4-5 ਸਾਲ ਪਹਿਲਾਂ ਬਹੁਤ ਵਧੀਆ ਟਾਈਮ ਸੀਗਾ, ਤੁਸੀਂ ਇੱਕ ਇੰਗਲਿਸ਼ ਮੀਡੀਅਮ ਸਕੂਲ ਤੋਂ ਪੜ੍ਹੇ ਹੋ, ਆਪਣਾ MOI ਦੇ ਸਕਦੇ ਹੈਗੇ ਹੋ, ਪਲੱਸ ਆਪਣਾ ਯੂਨੋ ਚੰਗੀ ਯੂਨੀਵਰਸਿਟੀ ਜਾਂਦੇ ਪਏ ਹੋ ਵਧੀਆ ਕੋਰਸ ਦੇ ਨਾਲ, ਤਾਂ ਤੁਹਾਨੂੰ ਵਿਦਆਊਟ ਇੰਗਲਿਸ਼ ਵਿਦਆਊਟ ਆਈਐਲਟਸ ਸਾਰੀ ਯੂਨੀਵਰਸਿਟੀਆਂ ਵੈਲਕਮ ਕਰਦੀਆਂ ਸੀਗੀਆਂ। ਪਰ ਅਨਫੋਰਚੁਨੇਟਲੀ ਬੱਚਾ ਉੱਥੇ ਜਾ ਕੇ ਸਟਰਗਲ ਕਰਦਾ, ਤਾਂ ਯੂਨੀਵਰਸਿਟੀਆਂ ਨੇ ਆਪਣੇ ਪਹਿਲੂ ਆਪਣੇ ਰਿਕੁਆਇਰਮੈਂਟ ਹੀ ਬਦਲ ਲਈਆਂ। ਤਾਂ ਅੱਜ ਕਿਤੇ ਵੀ ਤੁਸੀਂ ਵਧੀਆ ਦੇਸ਼ ਜਾਣਾ, ਆਈਐਲਟਸ ਇੱਕ ਪ੍ਰੀ ਰਿਕੁਆਇਰਮੈਂਟ ਰਹਿ ਜਾਂਦਾ, ਪਹਿਲਾਂ ਕਰਨ ਵਾਲੀ ਚੀਜ਼। ਉਸ ਤੋਂ ਬਾਅਦ ਜੀ ਗੁਰਪਾਲ ਸਿੰਘ ਰੰਧਾਵਾ ਜੀ, 2018 ਦੇ ਵਿੱਚ ਰਿਫਿਊਜ਼ਲ ਆਸਟ੍ਰੇਲੀਆ ਤੋਂ, ਪਲੱਸ ਟੂ 2017 70%। ਗੁਰਪਾਲ ਜੀ ਆਪਣਾ ਇੱਕ ਵਾਰ ਪ੍ਰੋਫਾਈਲ ਦਿਖਾਓ, ਐਂਡ ਹੁਣ ਤੁਹਾਡੇ 6 ਬੈਂਡ ਆ ਗਿਆ, ਆਈ ਬਿਲੀਵ ਤੁਸੀਂ ਉੱਪਰ ਦੱਸਿਆ ਹੈਗਾ, ਤਾਂ ਇਹਨੂੰ ਕਰ ਸਕਦੇ ਹੈਗੇ। ਤੁਹਾਡਾ ਈ ਵੀਜ਼ਾ, ਪੇਪਰ ਵੀਜ਼ਾ, ਆਪਣਾ ਰਿਫਿਊਜ਼ਲ ਲੈਟਰ, ਆਪਣੇ ਡਾਕੂਮੈਂਟੇਸ਼ਨ ਲੈ ਕੇ ਕਿਸੇ ਵੀ ਆਫਿਸ ਆ ਕੇ ਮਿਲ ਲਓ। ਜਿਵੇਂ ਦੱਸਿਆ, ਮੇਰਾ ਸ਼ਡਿਊਲ ਜਿਹੜਾ ਹੈ ਤੁਹਾਨੂੰ ਫੇਸਬੁੱਕ ਪੇਜ 'ਤੇ ਮਿਲ ਜਾਏਗਾ ਅਗਲੇ ਹਫ਼ਤੇ ਦਾ। ਆਈਲ ਬੀ ਔਨ ਡਿਫਰੈਂਟ ਆਫਿਸਿਸ ਅਗੇਨ, ਆਪਣੇ ਡਾਕੂਮੈਂਟ ਲੈ ਕੇ ਜ਼ਰੂਰ ਆਓ ਪਲੀਜ਼। ਰਿੱਕੀ ਜੀ, ਥੈਂਕ ਯੂ ਫੋਰ ਦ ਗ੍ਰੇਟ ਇਨਫੋਰਮੇਸ਼ਨ, ਥੈਂਕ ਯੂ ਵੈਰੀ ਮੱਚ। ਕਵਿਤਾ ਜੀ ਕਹਿੰਦੇ, 6 ਈਚ ਆਫਟਰ 12th ਡਿਪਲੋਮਾ ਇਨ ਐਜੂਕੇਸ਼ਨ ਪਾਸ 2015, 6 ਈਚ ਆਫਟਰ 12th ਡਿਪਲੋਮਾ ਇਨ ਐਜੂਕੇਸ਼ਨ ਪਾਸ ਆਊਟ 2015, ਆਫਟਰ ਦੈਟ ਸਕੂਲ ਟੀਚਿੰਗ ਐਕਸਪੀਰੀਅੰਸ, ਕੈਨ ਆਈ ਗੈਟ ਟੂ ਕੈਨੇਡਾ ਸਟੂਡੈਂਟ ਵੀਜ਼ਾ? ਇੱਥੋਂ ਡਿਪਲੋਮਾ ਕਿਹੜਾ ਜੀ, ETT ਵਾਲਾ ਹੈਗਾ ਇਹ, ਪਲੱਸ ਟੂ ਤੋਂ ਬਾਅਦ, ਐਂਡ 6 ਈਚ, ਐਂਡ 2015 ਤੁਸੀਂ ਕਿਹੜਾ ਟੀਚਿੰਗ ਐਕਸਪੀਰੀਅੰਸ ਹੈ, ਕਿਹੜੀ ਕਲਾਸ ਸਾਨੂੰ ਪੜ੍ਹਾਉਂਦੇ ਪਏ ਹੋ, ਜਾਂ ਕਿੰਡਰਗਾਰਟਨ ਦਾ ਤੁਹਾਡਾ ਐਕਸਪੀਰੀਅੰਸ ਹੈ? ਐਜ਼ ਆਫ ਨਾਓ ਦਾ ਆਨਸਰ ਇਜ਼ ਯੈਸ, ਤੁਹਾਡੀ ਐਲੀਜੀਬਿਲਿਟੀ ਬਣਦੀ ਹੈ। ਬਾਕੀ ਪੂਰੀ ਇਨਫੋਰਮੇਸ਼ਨ ਦੇ ਕਾਗਜ਼ ਦੇਖ ਕੇ ਤੁਹਾਨੂੰ ਮੈਂ ਦੱਸ ਦਾਂਗਾ ਵੀ ਜੇ ETT ਹੈ ਤਾਂ ਕਿਹੜਾ ਕੋਰਸ ਸਹੀ ਰਹੇਗਾ, NTT ਹੈ ਤਾਂ ਕਿਹੜਾ ਸਹੀ ਰਹੇਗਾ, ਜਾਂ ਕਿਸ ਡਿਪਲੋਮਾ ਕੀਤਾ ਹੈਗਾ ਤੁਸੀਂ। ਅਭਿਸ਼ੇਕ ਗੌਤਮ, ਪਲੱਸ ਟੂ, ਅਭਿਸ਼ੇਕ ਆਪਕਾ ਪੂਰਾ ਸਵਾਲ ਆਪਕੋ ਦੁਬਾਰਾ ਲਿਖਣਾ ਪੜੇਗਾ, ਆਈ ਥਿੰਕ ਆਈ ਮਿਸ ਦਾ ਹੋਲ ਥਿੰਗ। ਹਰਪ੍ਰੀਤ ਖਹਿਰਾ ਜੀ, ਸਰ ਕਾਮਰਸ 75% ਆ, ਆਲ 6.5 ਬੈਂਡ ਓਵਰਆਲ, ਤੇ ਪਰਥ ਦਾ ਅਪਲਾਈ ਕੀਤਾ ਹੋਇਆ ਸਰ, ਡਿਪਲੋਮਾ ਆਫ ਬਿਜ਼ਨਸ ਐਂਡ ਐਡਵਾਂਸ ਡਿਪਲੋਮਾ ਆਫ ਬਿਜ਼ਨਸ, ਕੀ ਚਾਂਸ ਨੇ ਸਰ, ਵੀਜ਼ਾ ਦੇ ਸਪਾਊਸ ਕੇਸ ਹੈ? ਪਾਸ ਆਊਟ ਤੁਸੀਂ ਹਰਪ੍ਰੀਤ ਜੀ ਕਿਹੜੇ ਸਾਲ ਦੇ ਹੈਗੇ ਹੋ? ਇੰਨੀ ਸੋਹਣੀ ਪ੍ਰੋਫਾਈਲ ਹੈ, ਡਿਪਲੋਮੇ 'ਚ ਕਿਉਂ ਅਪਲਾਈ ਕਰਤਾ? ਡਿਗਰੀ ਵਾਲੀ ਪ੍ਰੋਫਾਈਲ ਹੈ, ਇਹੋ ਜਿਹੀ ਪ੍ਰੋਫਾਈਲ ਦਾ ਮੈਂ ਜ਼ਿਕਰ ਕਰਕੇ ਹਟਿਆ। ਇੱਕ ਪਾਸੇ ਦੇਖੋ, ਤੁਹਾਡੇ ਕੋਲ 75% ਨੰਬਰ ਹੈ ਤੁਹਾਡਾ ਯੂਨੋ ਕਾਮਰਸ ਦੇ ਵਿੱਚ, ਤੁਸੀਂ ਬਹੁਤ ਸੋਹਣੀ ਬੈਚਲਰ ਡਿਗਰੀ ਕਰਕੇ ਜਾ ਸਕਦੇ ਹੋ। ਸਿਰਫ ਪੈਸਿਆਂ ਪਿੱਛੇ ਆ ਚੀਜ਼ ਨਾ ਕਰੋ ਵੀ ਉੱਥੇ ਘੱਟ ਪੈਸੇ ਲੱਗਣਗੇ, ਵੀਜ਼ਾ ਤੋਂ ਬਾਅਦ ਪੈਸੇ ਦੇਣੇ ਪੈਣਗੇ। ਸਪਾਊਸ ਪਲੱਸ ਟੂ ਦੇ ਵਿੱਚ ਲੱਗਦੇ ਹੈਗੇ ਆ, ਇਟਸ ਐਨ ਆਰਟ, ਹਰ ਕਿਸੇ ਕੋਰਸ ਦਾ ਹਰ ਕੋਈ ਕੰਸਲਟੈਂਟ ਨਹੀਂ ਲਵਾ ਸਕਦਾ, ਪਲੀਜ਼ ਅੰਡਰਸਟੈਂਡ ਕਰੋ। ਤੁਹਾਡਾ ਪੂਰੇ ਪੂਰੇ ਦਾ ਪੂਰੇ ਕੇਸ ਨਾ ਤੁਸੀਂ ਕਮਜ਼ੋਰੀਆਂ ਦਿੱਤੀਆਂ ਹੋਈਆਂ ਨੇ, ਪਲੱਸ ਟੂ 'ਚ ਬਹੁਤ ਵਧੀਆ ਨੰਬਰ ਨੇ, ਆਈਐਲਟਸ ਬਹੁਤ ਸ਼ਾਨਦਾਰ ਨੰਬਰ ਨੇ। ਇੱਕ ਡਿਪਲੋਮਾ ਕੋਰਸ ਸਭ ਤੋਂ ਪਹਿਲਾਂ ਦਿਮਾਗ 'ਚ ਆਉਂਦਾ ਹੈ ਕਿ ਇੰਨੀ ਵਧੀਆ ਪ੍ਰੋਫਾਈਲ ਡਿਪਲੋਮੇ 'ਚ ਕਿਉਂ ਜਾਂਦੀ ਪਈ ਹੈ, ਜਦਕਿ ਇਹਨੂੰ ਪਤਾ ਡਿਪਲੋਮੇ ਤੋਂ ਬਾਅਦ ਇਹਨੂੰ ਉੱਥੇ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲਣਾ, ਕਿਉਂ ਜਾਂਦੇ ਪਏ ਨੇ? ਪਹਿਲਾ ਸਵਾਲ ਕੀ ਪਹੁੰਚਣ ਦਾ ਮਕਸਦ ਹੈ? ਨਾਲ ਸਪਾਊਸ ਜੋੜ ਲਿਆ ਤੁਸੀਂ, ਇੱਕ ਹੋਰ ਨੈਗੇਟਿਵ ਕਰ ਲਿਆ, ਤਾਂ ਵੀਜ਼ਾ ਅਫਸਰ ਨੂੰ ਕੁਛ ਤਾਂ ਪੋਜ਼ਿਟਿਵ ਦਵੋ ਆਪਣੀ ਪ੍ਰੋਫਾਈਲ ਨਾਲ ਡਿਸੀਜਨ ਲੈਣ ਵਾਸਤੇ। ਗੋ ਫੋਰ ਅ ਡਿਗਰੀ ਫੋਰ ਗੋਡ ਸੇਕ, ਡਿਗਰੀ ਵਾਸਤੇ ਅਪਲਾਈ ਕਰੋ, ਫਿਰ ਤੁਹਾਡੇ ਚਾਂਸ ਬਣਨੇ ਨੇ। ਨਿਤਿਸ਼ ਦੁਬੇ ਜੀ ਦੁਆਰਾ ਪੁੱਛਦੇ ਨੇ, ਆਈ ਡਨ ਬਾਈ MBA ਫਰੋਮ LPU ਐਂਡ ਗੋਟ 51% 2016 ਐਂਡ ਡਿਸੰਬਰ। ਨਿਤਿਸ਼ ਜੀ, ਮੇਰਾ ਇੱਕ ਸਵਾਲ ਜੋ ਮੈਂ ਸ਼ੁਰੂ ਮੇ ਕੀਆ ਥਾ ਇਸ ਪ੍ਰੋਗਰਾਮ ਕੇ, 12+3+2 ਈਅਰ, 17 ਸਾਲ ਕੀ ਪੜ੍ਹਾਈ ਕੇ ਬਾਅਦ ਅਬ ਆਪ ਕੌਨ ਸਾ ਕੋਰਸ ਲੋਗੇ ਜਿਸਕੀ ਆਪਕੀ ਪ੍ਰੋਫਾਈਲ ਕੋ ਜ਼ਰੂਰਤ ਹੈ? ਅਗਰ ਆਪ MBA ਮੇ ਦੋ ਸਬਜੈਕਟ ਜੋ ਪੜ੍ਹਤੇ ਹੋ ਉਸਮੇ ਜਾਤੇ ਹੋਏ ਆਪਣੇ ਆਗੇ ਕਰਨੇ ਕੇ ਲੀਏ, ਦੈਨ ਯੈਸ ਯੂ ਕੈਨ ਡੂ ਇਟ। ਆਪਕਾ ਗ੍ਰੈਜੂਏਸ਼ਨ ਕਹਾਂ ਸੇ ਹੈ ਔਰ ਕਿਤਨਾ ਪਰਸੈਂਟੇਜ ਹੈ, ਡਿਪੈਂਡ ਉਸ ਪੇ ਕਰੇਗਾ ਵੀਜ਼ਾ ਕੇ ਚਾਂਸਿਸ ਕਿਤਨੇ ਹੈ, MBA ਪਰ ਡਿਪੈਂਡ ਨਹੀਂ ਕਰੇਗਾ, ਕਿਉਂਕਿ ਆਪ ਜੋ ਮਾਸਟਰਸ ਕਰੋਗੇ ਵੋ ਕੋਰਸ ਵਰਕ ਕੀ ਹੋਗੀ ਔਰ ਵੋ ਆਪਕੋ ਬੈਚਲਰ ਡਿਗਰੀ ਕੇ ਉੱਪਰ ਮਿਲੇਗਾ, MBA ਕੇ ਉੱਪਰ ਐਡਮਿਸ਼ਨ ਨਹੀਂ ਮਿਲੇਗਾ ਆਪਕੋ। MBA, ਵਟ ਆਈ ਐਮ ਟ੍ਰਾਇੰਗ ਟੂ ਸੇ ਇਜ਼, MBA ਦਿਖਾਓਗੇ ਬਟ ਬੈਚਲਰ ਕੇ ਪਰਸੈਂਟੇਜ ਮੈਟਰ ਕਰੇਂਗੇ, ਅੱਗੇ ਕੋਰਸ ਮੇ ਐਡਮਿਸ਼ਨ ਮਿਲੇਗਾ ਕਿ ਨਹੀਂ ਮਿਲੇਗਾ। ਸਿੰਘ ਰਾਜਪ੍ਰੀਤ ਜੀ, ਤੁਹਾਡਾ ਨੰਬਰ ਆ ਗਿਆ, ਸੰਬੜੀ ਫਰੋਮ ਮਾਈ ਆਫਿਸ ਵਿਲ ਕਾਲ ਯੂ, ਅਤੇ ਤੁਹਾਡੀ ਅਪੁਆਇੰਟਮੈਂਟ ਜਿੱਥੇ ਕਹੋਗੇ ਉੱਥੇ ਫਿਕਸ ਕਰ ਦੇਣਗੇ ਜੀ। ਮਨਜੀਤ ਸਿੰਘ, ਮੈਂ ਟਿਊਜ਼ਡੇ ਇੰਡੀਆ ਆ ਰਹਾ ਹਾਂ, ਵੈਨਸਡੇ ਕਿ ਚੰਡੀਗੜ੍ਹ ਆਵਾਂਗਾ, ਫਰੈਂਡ ਦਾ ਸਰ ਲਗਵਾਉਣੀ ਸੀ, ਤੁਸੀਂ ਮਿਲ ਸਕਦੇ ਹੋ ਵੈਨਸਡੇ ਸਰ? ਮਨਜੀਤ ਜੀ, ਮੈਂ ਵੈਨਸਡੇ ਨੂੰ ਬਠਿੰਡਾ ਜਾਂ ਲੁਧਿਆਣੇ ਹੋਵਾਂਗਾ, ਫਰਾਈਡੇ ਨੂੰ ਚੰਡੀਗੜ੍ਹ ਹੋਵਾਂਗਾ, ਤਾਂ ਡੈਫੀਨੇਟਲੀ ਮਿਲ ਸਕਦੇ ਹਾਂ ਜੀ। ਉਸ ਤੋਂ ਬਾਅਦ ਜਿਵੇਂ ਤੁਸੀਂ ਤੋਂ ਸ਼ਡਿਊਲ ਤੁਸੀਂ ਦੇਖ ਲਈ ਹੋ ਮੇਰਾ ਫੇਸਬੁੱਕ 'ਤੇ, ਉਸ ਹਿਸਾਬ ਨਾਲ ਅਗਲਾ ਪੂਰਾ ਹਫ਼ਤਾ ਡਿਫਰੈਂਟ ਡਿਫਰੈਂਟ ਆਫਿਸ ਦੇ ਵਿੱਚ ਹੀ ਹੈ, ਅਤੇ ਉੱਥੇ ਬਿਲਕੁਲ ਮਿਲਾਂਗੇ ਜੀ।
ਪਰਮਿੰਦਰ ਸਿੱਧੂ ਸੰਧੂ ਜੀ ਪੁੱਛਦੇ ਨੇ ਹਾਊ ਮੱਚ ਰਿਕੁਐਸਟ ਆਫ ਆਸਟ੍ਰੇਲੀਆ ਸਪਾਊਸ ਵੀਜ਼ਾ। ਪਰਮਿੰਦਰ ਜੀ ਸਵਾਲ ਸਮਝ ਨਹੀਂ ਆਇਆ ਜੀ ਤੁਹਾਡਾ, ਮਤਲਬ ਤੁਸੀਂ ਫੰਡ ਪੁੱਛਦੇ ਪਏ ਹੋ ਕਿ ਪਰਸੈਂਟੇਜ ਪੁੱਛਦੇ ਪਏ ਹੋ, ਕਾਇੰਡਲੀ ਕਲੀਅਰ ਕਰ ਦਿਓ। ਥੈਂਕ ਯੂ ਸਰ ਜੀ, ਪ੍ਰਿੰਸ ਜੀ ਵੱਲੋਂ ਆਇਆ ਜੀ। ਉਸ ਤੋਂ ਬਾਅਦ ਰਾਜਨ ਟਾਣਾ ਜੀ ਪੁੱਛਦੇ ਨੇ ਸਰ ਇਜ਼ ਦੇਰ ਐਨੀ ਪ੍ਰੋਬਲਮ ਰਿਗਾਰਡਿੰਗ ਐਲੀਕੋ ਦਾ 12 ਵੀਕਸ ਬਿਕੋਜ਼ ਦਾ ਬੈਂਡ ਸਕੋਰ ਇਜ਼ ਓਵਰਆਲ 6 ਐਂਡ 5.51 ਮੋਡਿਊਲ। ਰਾਜਨ ਜੀ ਬਿਲਕੁਲ ਵੀ 12 ਵੀਕਸ ਇਜ਼ ਓਕੇ, ਕਿਉਂਕਿ ਕੁਛ ਯੂਨੀਵਰਸਿਟੀਜ਼ ਦੇ ਫੋਰ ਐਗਜ਼ਾਮਪਲ APIC ਹੋ ਗਿਆ ਜਾਂ ਕੁਛ ਇੱਕ ਦੋ ਹੋਰ ਯੂਨੀਵਰਸਿਟੀਜ਼ ਨੇ, ਉਹਨਾਂ ਦੇ ਬਲੌਕ ਹੀ 6-6 ਹਫ਼ਤੇ ਦੇ ਬਣੇ ਹੁੰਦੇ ਨੇ, ਤਾਂ ਫੋਰ 10 ਔਰ 12 ਵੀਕਸ ਇਜ਼ ਇੱਕੋ ਚੀਜ਼, ਉਹ ਡਿਫਰੈਂਟ ਨਹੀਂ ਹੈਗਾ, ਕਿਉਂਕਿ ਉਹਨਾਂ ਦੇ ਬਲੌਕ 6-6 ਹਫ਼ਤੇ ਦੇ ਬਣੇ ਆ। ਦਿਸ ਇਜ਼ ਪਰਫੈਕਟਲੀ ਓਕੇ, ਨੋ ਪ੍ਰੋਬਲਮਸ। 2017 ਛਾਤੀ ਜੀ ਕਹਿੰਦੇ ਨੇ ਜੀ ਬੀਕੌਮ ਚ ਨੇ ਸਰ, 2017 ਚ ਬੀਕੌਮ ਹੈ, ਏਜੰਟ ਦੇ ਕਿਹਾ ਤੇ ਕਰਤਾ ਸਰ। ਹਰਪ੍ਰੀਤ ਜੀ 2017 ਚ ਬੀਕੌਮ ਹੈ, ਤੁਸੀਂ ਡਿਪਲੋਮੇ ਵਾਸਤੇ ਅਪਲਾਈ ਕੀਤਾ ਹੋਇਆ ਇਫ ਆਈ ਐਮ ਨੋਟ ਰੋਂਗ। ਮੈਮ ਜੀ ਐਡਮਿਸ਼ਨ ਨਹੀਂ ਹੋਇਆ ਹਰਪ੍ਰੀਤ ਜੀ, ਹੁਣੇ ਰੋਕ ਲਵੋ, ਜੇ ਫਾਈਲ ਅੰਬੈਸੀ ਚ ਨਹੀਂ ਲੱਗੀ ਹੈ ਹੁਣੇ ਰੋਕ ਲਵੋ, ਗੋ ਫਾਰ ਅ ਸੈਂਸੇਬਲ ਪ੍ਰੋਗਰਾਮ। ਬੀਕੌਮ ਕੀਤੀ ਹੋਈ ਹੈ ਤੁਸੀਂ, ਵਧੀਆ ਪਰਸੈਂਟੇਜ ਨੇ। ਹੁਣ ਤੁਸੀਂ ਜਿਹੜਾ ਤੁਸੀਂ ਕੋਰਸ ਅਪਲਾਈ ਕੀਤਾ ਨਾ ਤੁਸੀਂ ਇੱਥੇ ਬਿਜ਼ਨਸ ਦਾ ਐਂਡ ਐਡਵਾਂਸ ਡਿਪਲੋਮਾ ਬਿਜ਼ਨਸ, ਤੁਸੀਂ ਤਾਂ ਸਬਜੈਕਟ ਚੱਕ ਕੇ ਦੇਖ ਲਓਗੇ, ਤੁਹਾਡੇ ਪਲੱਸ ਟੂ ਕਮਰਸ ਵਾਲੇ ਹੋਣਗੇ। ਦੈਟ ਮੀਨ ਯੂ ਡੋਂਟ ਨੀਡ ਦਿਸ ਪ੍ਰੋਗਰਾਮ, ਤੁਹਾਡਾ ਇੱਕ ਰਿਫਿਊਜ਼ਲ ਤੇ ਇੱਕ ਵਰਡ ਆ ਜਾਣਾ ਰਿਡੰਡੈਂਟ ਕਰਕੇ ਵੀ ਤੁਹਾਨੂੰ ਕੋਰਸ ਦੀ ਲੋੜ ਨਹੀਂ ਹੈ। ਫੋਰ ਗੋਡ ਸੇਕ ਮਾਸਟਰ ਕੋਰਸ ਵਾਸਤੇ ਅਪਲਾਈ ਕਰੋ, ਬਹੁਤ ਸੋਹਣੀ ਪ੍ਰੋਫਾਈਲ ਹੈ, ਕਿਤੇ ਐਵੇਂ ਕੰਮ ਖਰਾਬ ਨਾ ਕਰਾ ਲਿਓ ਆਪਣਾ। ਅਗੇਨ ਤੁਸੀਂ ਏਜੰਟ ਦੇ ਕਈ ਤਰ੍ਹਾਂ ਕਰਤਾ ਮੈਮ, ਪਰ ਥੋੜੇ ਸਵਾਲ ਤੁਸੀਂ ਪੁੱਛਦੇ ਨਾ ਸ਼ਾਇਦ ਉਹ ਏਜੰਟ ਤੁਸੀਂ ਬੋਲ ਚਾਲ ਜਾਂ ਉਹਦੇ ਹੜਬੜਾਹਟ ਤੋਂ ਪਤਾ ਲੱਗ ਜਾਂਦਾ ਵੀ ਉਹਨੂੰ ਕੁਛ ਪਤਾ ਨਹੀਂ ਇੰਨਾ ਖਾਸ। ਨਾਲ ਇੱਕ ਚੀਜ਼ ਦੇਖੋ ਨਾ, ਜੇ ਅੱਜ ਮੈਂ ਇੱਕ ਏਜੰਟ ਹੈ, ਮੇਰੇ ਕੋਲ ਦੇਣ ਨੂੰ ਸਿਰਫ ਡਿਪਲੋਮਾ ਹੀ ਹੈ, ਤਾਂ ਮੈਂ ਉਹਦੇ ਗੁਣਗਾਣ ਗਾਵਾਂਗਾ। ਪਰ ਇੱਕ ਤੁਸੀਂ ਇੰਡੀਆ 'ਚ ਹੋ, ਤੁਸੀਂ ਬੀਕੌਮ ਕੀਤੀ ਹੈ, 73% ਨੰਬਰਾਂ ਦੇ ਨਾਲ ਤੁਸੀਂ ਅੱਗੇ ਹੀ ਜਾਓਗੇ, ਤੁਸੀਂ ਕੋਈ ਡਿਪਲੋਮਾ ਕਰਨ ਪਿੱਛੇ ਨਹੀਂ ਆ ਜਾਓਗੇ 12ਵੀਂ ਲੈਵਲ ਦੇ ਨਾਲ, ਤੁਸੀਂ ਐਮਕੌਮ MBA ਯੂਨੋ ਅਪਗ੍ਰੇਡੇਸ਼ਨ ਕਰੋਗੇ ਪੜ੍ਹਾਈ ਦੇ, ਥੱਲੇ ਨਹੀਂ ਆਓਗੇ। ਆ ਛੋਟਾ ਜਿਹਾ ਲੋਜਿਕ ਉੱਥੇ ਲਾ ਲਓ ਕੈਨੇਡਾ ਆਸਟ੍ਰੇਲੀਆ ਕਿਤੇ ਵੀ, ਤਾਂ ਫਿਰ ਵੀਜ਼ਾ ਚਾਂਸਿਸ ਤੁਹਾਡੇ ਆਟੋਮੈਟਿਕਲੀ ਵੱਧ ਜਾਂਦੇ ਨੇ। ਅਭਿਸ਼ੇਕ ਗੌਤਮ ਪਲੱਸ ਟੂ 51% PSCB ਆਸਟ੍ਰੇਲੀਆ ਜਾਣਾ ਚਾਹੁੰਦੇ ਹੈ। ਅਭਿਸ਼ੇਕ ਜੀ ਪਰਸੈਂਟੇਜ ਬਹੁਤ ਜ਼ਿਆਦਾ ਲੋ ਹੈਗੀ ਹੈ, ਸਿਰਫ ਔਰ ਸਿਰਫ ਆਸਟ੍ਰੇਲੀਆ ਅਪਲਾਈ ਕਰਕੇ ਪੜਾਸ ਕੱਢੋਗੇ, ਅੰਬੈਸੀ ਫੀ ਖਰਾਬ ਕਰੋਗੇ, ਕਿਸੇ ਨੂੰ 4 ਪੈਸੇ ਕਮਾਉਣ ਦਾ ਮੌਕਾ ਦੇ ਦੋਗੇ, 51% ਨਾਲ ਵੀਜ਼ਾ ਨਹੀਂ ਆਉਣਾ। ਰਿੱਕੀ ਪੁੱਛਦੇ ਨੇ ਜੀ ਬੀਕੌਮ 2017 72% IELTS ਓਵਰਆਲ 6.5, ਰੀਡਿੰਗ 5.5, ਕਿਹੜੀ ਕੰਟਰੀ ਦਾ ਅਪਲਾਈ ਕਰ ਸਕਦੇ ਹਾਂ ਸਰ, ਕੀ ਚਾਂਸ ਹੈ ਫੋਰ ਸਪਾਊਸ ਵੀਜ਼ਾ? ਰਿੱਕੀ ਜੀ ਜੇ ਸਪਾਊਸ ਨੇ ਨਾਲ ਜਾਣਾ, ਹਸਬੈਂਡ ਵਾਈਫ ਨੇ ਇਕੱਠੇ ਜਾਣਾ, ਆਸਟ੍ਰੇਲੀਆ ਆਪਸ਼ਨ ਹੈ, ਕਿਉਂਕਿ ਐਲੀਕੋਸ ਲੱਗੂਗਾ 10 ਹਫ਼ਤੇ ਦਾ ਐਲੀਕੋਸ ਪਲੱਸ ਮਾਸਟਰਸ ਕੋਰਸ, ਸਪਾਊਸ ਆਪਣਾ ਫੁੱਲ ਟਾਈਮ ਵਰਕਿੰਗ ਰਾਈਟ ਦੇ ਨਾਲ ਹੀ ਜਾ ਸਕਦਾ ਹੈਗਾ। ਜੇ ਤੁਸੀਂ ਕੈਨੇਡਾ ਅਪਲਾਈ ਕਰਦੇ ਹੈਗੇ ਹੋ, ਉੱਥੇ ਤੁਹਾਡਾ ਡਿਪਲੋਮਾ ਜਾਂ ਨੋਨ SGST ਅਪਲਾਈ ਹੋਊਗਾ, ਸਪਾਊਸ ਓਪਨ ਵਰਕ ਪਰਮਿਟ ਵਾਸਤੇ 6 ਮਹੀਨੇ ਬਾਅਦ ਅਪਲਾਈ ਕਰੇਗਾ ਜੀ। ਹੁਣ ਇੱਕ ਚੀਜ਼ ਮੈਨੂੰ ਇਕੱਠੇ ਮਿਲਦੀ ਪਈ ਹੈ, ਇਹ ਮੈਂ ਡਿਸਾਈਡ ਕਰਨਾ ਕਿ ਮੈਂ ਉਸ ਚੀਜ਼ ਦਾ ਫਾਇਦਾ ਲੈਣਾ ਜਾਂ ਮੈਂ 6 ਮਹੀਨੇ ਬਾਅਦ ਆਪਣਾ ਵੀਜ਼ਾ ਅਪਲਾਈ ਕਰਾਂਗਾ, ਜਾਂ ਉਹ ਵੀ ਦਿਲ 'ਚ ਧੱਕੂ ਲੱਗਿਆ ਰਹੂਗਾ ਨਿਕਲਦਾ ਕਿ ਨਹੀਂ ਨਿਕਲਦਾ, ਆਸਟ੍ਰੇਲੀਆ ਚੀਜ਼ ਮਿਲੇਗੀ ਜਾਂ ਨਹੀਂ ਮਿਲੇਗੀ, ਦੋਨੋਂ 'ਚ ਇੱਕ ਚੀਜ਼ ਹੋਏਗੀ, ਵੱਖਰਾ ਵੱਖਰਾ ਕਦੇ ਨਹੀਂ ਕਰਨਗੇ ਉਹ। ਅਨੁਰਾਗ ਸਿੰਘ ਠਾਕੁਰ ਜੀ ਪੁੱਛਦੇ ਨੇ ਜੀ ਆਈ ਵਾਂਟ ਟੂ ਗੋ ਟੂ ਕੈਨੇਡਾ, ਆਈ ਐਮ 29, ਆਈ ਹੈਵ ਡਨ ਬੀਪੈਡ ਇਨ 2015 72%, BA ਪਰਸੈਂਟੇਜ 49%, 3-4 ਈਅਰ ਗੈਪ ਆਫਟਰ 2015, ਆਈ ਵਾਂਟ ਟੂ ਗੋ ਔਨ ਸਟੱਡੀ ਵੀਜ਼ਾ ਇਨ ਕੈਨੇਡਾ, ਟੈਲ ਮੀ ਐਲੀਜੀਬਿਲਿਟੀ। ਓਕੇ ਅਨੁਰਾਗ ਜੀ, ਵੈਨ ਯੂ ਸੇ ਯੂ ਹੈਵ ਅ ਗੈਪ ਆਫ 3-4 ਈਅਰਸ, ਦੈਟ ਮੀਨ ਤੁਸੀਂ ਕੁਛ ਨਹੀਂ ਕੀਤਾ ਉੱਥੇ, ਕਿ ਤੁਸੀਂ ਕੰਮ ਕਰਦੇ ਪਏ ਹੋ? ਯੂ ਹੈਵ ਬੀਪੈਡ ਤੋਂ ਆਈ ਅੰਡਰਸਟੈਂਡ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ, ਕਿ ਤੁਸੀਂ ਉੱਥੇ ਉਸ ਫੀਲਡ ਦੇ ਵਿੱਚ ਕੰਮ ਕਰਦੇ ਪਏ ਹੈਗੇ ਹੋ? ਜੇ ਕੰਮ ਕਰਦੇ ਪਏ ਹੋ, ਡੈਫੀਨੇਟਲੀ ਯੂ ਕੈਨ ਟਰਾਈ ਫੋਰ ਇਟ, ਕੋਈ ਪ੍ਰੋਬਲਮ ਨਹੀਂ ਹੈਗਾ। ਆਇਲਸ ਕਰਨਾ ਪੈਣਾ ਥੋੜੀ 6.5 ਬੈਂਡ ਦੇ ਨਾਲ, ਕੋਈ 6 ਤੋਂ ਘੱਟ ਨਹੀਂ, ਦੈਨ ਯੈਸ ਯੂ ਹੋਲਡ ਅ ਗੁੱਡ ਚਾਂਸ। ਤੁਹਾਡੀ ਪ੍ਰੋਫਾਈਲ 'ਚ ਇੱਕੋ ਸਵਾਲ, ਇੱਕੋ ਕੁਐਸਚਨ ਮਾਰਕ ਆਏਗਾ, ਐਟ ਦਿਸ ਏਜ ਵਟ ਇਜ਼ ਦਾ ਨੀਡ ਆਫ ਹਾਇਰ ਐਜੂਕੇਸ਼ਨ। ਜਿਹੜਾ ਕੋਰਸ ਸਿਲੈਕਟ ਕਰੋਗੇ ਸੈਂਸੇਬਲੀ ਸਿਲੈਕਟ ਕਰੀਓ, ਉਹਦੀ ਲੋੜ ਦਿਖਣੀ ਚਾਹੀਦੀ ਹੈ ਤੁਹਾਡੀ ਪੂਰੀ ਪ੍ਰੋਫਾਈਲ ਨੂੰ। ਫੋਰ ਐਗਜ਼ਾਮਪਲ ਤੁਸੀਂ ਜੇ ਇਸ ਪ੍ਰੋਫਾਈਲ ਦਾ ਰਿਜ਼ਿਊਮੇ ਬਣਾਓਗੇ ਨਾ, ਤੇ ਕਹਿ ਦੋਗੇ ਮੈਂ ਡਿਪਲੋਮਾ ਕਰਨਾ ਹੈ, ਬਾਅਦ ਵਿੱਚ ਤੁਸੀਂ ਉਹਨੂੰ ਪ੍ਰੋਫੈਸ਼ਨਲ ਡਿਪਲੋਮਿਆਂ ਦੇ ਵਿੱਚ ਪਾਓਗੇ, ਐਜੂਕੇਸ਼ਨ ਪ੍ਰੋਫਾਈਲ ਦੇ ਵਿੱਚ ਨਹੀਂ ਪਾਓਗੇ। ਦੈਟ ਥੋੜ੍ਹਾ ਮੀਨ ਤੁਸੀਂ ਉਹਨੂੰ ਅਲੱਗ ਸਟੈਂਡਿੰਗ ਦੇਵੋਗੇ ਪੂਰੇ ਦੇ ਪੂਰੇ ਚੀਜ਼ ਨੂੰ, ਮਿਕਸ ਨਹੀਂ ਕਰੋਗੇ ਆਪਣੇ ਐਜੂਕੇਸ਼ਨ ਪ੍ਰੋਫਾਈਲ ਦੇ ਨਾਲ, ਦੈਨ ਦਿਸ ਪ੍ਰੋਫਾਈਲ ਕੈਨ ਬੀ ਸੋਰਟਡ ਆਊਟ। ਆਸ ਕਰਨਾ ਹੈ ਤੁਸੀਂ। ਪ੍ਰਵੀਨ ਸ਼ਰਮਾ ਜੀ, ਸਰ ਆਈ ਹੈਵ 4.3 ਈਅਰ ਐਕਸਪੀਰੀਅੰਸ ਇਨ HVAC ਮਕੈਨੀਕਲ ਇੰਜੀਨੀਅਰ, ਇਜ਼ ਦੇਰ ਐਨੀ ਪੋਸੀਬਿਲਿਟੀ ਟੂ ਗੋ ਟੂ ਆਸਟ੍ਰੇਲੀਆ? ਪ੍ਰਵੀਨ ਜੀ ਜੇ ਤੁਸੀਂ ਪੁੱਛਦੇ ਪਏ ਹੋ ਸਟੱਡੀ ਵੀਜ਼ਾ ਤੇ, ਦੈਨ ਯੈਸ ਆਸ ਕਰਨਾ ਪੈਣਾ ਹੈ। ਜੇ ਤੁਸੀਂ ਪਿੱਛੇ ਪੁੱਛਦੇ ਪਏ ਹੋ ਇਮੀਗ੍ਰੇਸ਼ਨ ਤੇ,
ਤਾਂ ਆਲ ਅਗੇਨ ਆਪਣਾ ਨੰਬਰ ਦੇ ਸਕਦੇ ਹੋ ਆਲ ਆਸ ਵਨ ਆਫ ਮਾਈ ਟੀਮ ਮੈਂਬਰਸ ਟੂ ਗੈਟ ਬੈਕ ਟੂ ਯੂ ਜਿਹਦੇ ਵਿੱਚ ਅਜ਼ਿਊਮਿੰਗਲੀ ਤੁਸੀਂ ਬੀਟੈਕ ਡਿਗਰੀ ਮਕੈਨੀਕਲ 'ਚ ਕੀਤੀ ਹੈ ਤੁਸੀਂ ਐਜ਼ ਅ ਮਕੈਨੀਕਲ ਇੰਜੀਨੀਅਰਿੰਗ ਕੰਮ ਕਰਦੇ ਪਏ ਹੋ ਆਹ ਅਸੰਪਸ਼ਨ ਮੈਂ ਦਿਮਾਗ 'ਚ ਲੈ ਕੇ ਜਾ ਰਿਹਾ ਦੋਨੋਂ ਹੀ ਵੀਜ਼ਾ ਵਾਸਤੇ ਸਟੂਡੈਂਟ ਵੀਜ਼ੇ ਵਾਸਤੇ ਵੀ ਤੇ ਇਮੀਗ੍ਰੇਸ਼ਨ ਵਾਸਤੇ ਵੀ ਦੀਪਜੋਤ 6.5 ਓਵਰਆਲ ਬੈਂਡ ਈਚ ਇਨ ਆਲਸ ਬੈਚਲਰ ਆਫ ਐਜੂਕੇਸ਼ਨ 2014 ਵਿਦ 80% ਮਾਰਕਸ ਟੀਚਿੰਗ ਐਕਸਪੀਰੀਅੰਸ ਚਲ ਡੇਟ ਦੀਪਜੋਤ ਜੀ ਟੀਚਿੰਗ ਵਨ ਟੀਚਿੰਗ ਟੂ ਸਬਜੈਕਟ ਕਿਹੜੇ ਸੀਗੇ ਸੋਸ਼ਲ ਸਟੱਡੀਜ਼ ਜੇ ਪੰਜਾਬੀ ਹੈਗੀ ਹੈ ਦੈਨ ਥੋੜ੍ਹਾ ਕੋਰਸ ਸਿਲੈਕਸ਼ਨ ਉਹ ਰਹੇਗਾ ਆਪਸ਼ਨ ਲਿਮਿਟਡ ਰਹਿਣਗੀਆਂ ਸ਼ਹਿਰਾਂ ਦੀਆਂ ਜੇ ਤੁਹਾਡਾ ਉੱਥੇ ਟੀਚਿੰਗ ਵਨ ਟੀਚਿੰਗ ਟੂ ਮੈਥਮੈਟਿਕਸ ਜੋਗ੍ਰਾਫੀ ਯੂ ਨੋ ਐਨੀ ਇੰਗਲਿਸ਼ ਹੈਗਾ ਨਾਲ ਯੂ ਨੋ ਐਨੀ ਕੰਬੀਨੇਸ਼ਨ ਵੈਰੀ ਗੁੱਡ ਕੇਸ ਟੂ ਗੋ ਫੋਰ ਆਸਟ੍ਰੇਲੀਆ ਆਪਣਾ ਐਕਸਪੀਰੀਅੰਸ ਦਿਖਾਓ ਬਹੁਤ ਸੋਹਣੇ ਸੋਹਣੇ ਕੋਰਸਿਸ ਤੁਹਾਨੂੰ ਬੀ ਐਡ ਤੋਂ ਮਿਲ ਜਾਣਗੇ ਉੱਥੇ ਜੀ ਗੁਰਸੇਵਕ ਸਿੰਘ ਜੀ ਗੋਟ ਬੀ ਕੌਮ ਇਨ 2015 56% ਹਾਊ ਕੈਨ ਆਈ ਗੋ ਅਬਰੋਡ ਗੁਰਸੇਵਕ ਜੀ ਆਈਐਲਟਸ ਕਰਨਾ ਪੈਣਾ ਸਭ ਤੋਂ ਪਹਿਲਾਂ ਆਈਐਲਟਸ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਬੀ ਕੌਮ ਕਿਹੜੀ ਯੂਨੀਵਰਸਿਟੀ ਤੋਂ ਕੀਤੀ ਉਹ ਮੈਂਸ਼ਨ ਕਰ ਦੋਗੇ ਦੈਨ ਯੈਸ ਯੂ ਕੈਨ ਗੋ ਔਨ ਅ ਸਟੱਡੀ ਵੀਜ਼ਾ ਅਬਰੋਡ ਆਈ ਓਨਲੀ ਡੀਲ ਇਨ ਸਟੱਡੀ ਵੀਜ਼ਾਸ ਸੋ ਮੈਂ ਤੁਹਾਨੂੰ ਉਹੀ ਚੀਜ਼ ਦੱਸ ਸਕਦਾ ਹੈਗਾ ਅਨੁਰਾਗ ਜੀ ਕਹਿੰਦੇ ਨੇ ਆਈ ਐਮ ਫਰੋਮ ਲੁਧਿਆਣਾ ਮਾਈ ਸਿਸਟਰ ਇਜ਼ ਦੇਅਰ ਔਨ ਸਟੱਡੀ ਵੀਜ਼ਾ ਇਨ ਕੈਨੇਡਾ ਕਿਆ ਵਾ ਮੁਝੇ ਸਪੋਂਸਰ ਕਰ ਸਕਦੀ ਹੈ ਅਨੁਰਾਗ ਜੀ ਪਹਿਲੇ ਤੋਂ ਇਹ ਸਮਝਣਾ ਪੜੇਗਾ ਸਪੋਂਸਰਸ਼ਿਪ ਕਾ ਮਤਲਬ ਕਿਆ ਹੋਤਾ ਹੈ ਅੰਬੈਸੀ ਕੇ ਲੀਏ ਔਰ ਏਜੰਟ ਕੇ ਲੀਏ ਦੋਨੋਂ ਚੀਜ਼ਾਂ ਬਤਾਤਾ ਹੂੰ ਆਪਕੋ ਏਜੰਟ ਕੇ ਲੀਏ ਵੋ ਸਪੋਂਸਰਸ਼ਿਪ ਇੱਕ ਕਾਗਜ਼ ਕਾ ਵੋ ਟੁਕੜਾ ਹੈ ਜਿਸਕੇ ਬੇਸ ਪੇ ਆਪਕੀ ਫਾਈਲ ਤਿਆਰ ਕਰਤਾ ਹੈ ਪਰ ਉਸ ਬੇਸ ਪੇ ਵੀਜ਼ਾ ਨਹੀਂ ਆਤਾ ਹਾਈ ਕਮਿਸ਼ਨ ਕੇ ਲੀਏ ਵੋ ਸਪੋਂਸਰਸ਼ਿਪ ਵੋ ਟੁਕੜਾ ਹੈ ਜਿਸਮੇ ਉਸੇ ਪਤਾ ਹੋਤਾ ਹੈ ਅਨੁਰਾਗ ਜੀ ਬਾਹਰ ਜਾਏਂਗੇ ਤੋ ਵੋ ਕਹਾਂ ਰਹੇਂਗੇ ਉਸਕੇ ਉੱਪਰ ਉਸਕਾ ਕੋਈ ਲੈਣਾ ਦੇਣਾ ਨਹੀਂ ਹੈ ਉਸ ਸਪੋਂਸਰਸ਼ਿਪ ਲੈਟਰ ਕੀ ਕੋਈ ਵੈਲਿਊ ਨਹੀਂ ਹੈ ਆਪਕਾ ਵੀਜ਼ਾ ਆਪਕੀ ਪ੍ਰੋਫਾਈਲ ਲੈ ਕੇ ਆਤੀ ਹੈ ਤੁਸੀਂ ਟੂਰਿਸਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਵਟ ਆਰ ਯੋਰ ਐਸੈਟਸ ਵਟ ਆਰ ਯੋਰ ਇਨਕਮ ਇਹ ਸਾਰੇ ਪ੍ਰੂਫ ਐਂਡ ਸੋਰਸਿਸ ਦਿਖਾਓਗੇ ਫਿਰ ਇੱਕ ਵੀਜ਼ਾ ਤੁਹਾਨੂੰ ਟੂਰਿਸਟ ਵੀਜ਼ਾ ਦਿੰਦਾ ਹੈ ਟੂਰਿਸਟ ਵੀਜ਼ਾ ਇੱਕੋ ਹਾਲਾਤ 'ਚ ਮਿਲਦਾ ਹੈ ਜਦ ਤੁਹਾਨੂੰ ਆਪਣੇ ਅੰਦਰੋਂ ਜਵਾਬ ਆ ਜਾਏ ਮੇਰੇ ਕੋਲ ਵਾਪਸ ਆਉਣ ਦੇ ਕਿਹੜੇ ਕਿਹੜੇ ਕਾਰਨ ਬਣਦੇ ਨੇ ਇੰਡੀਆ ਵਾਂਸ ਯੂ ਆਰ ਏਬਲ ਟੂ ਗਿਵ ਯੂ ਯੋਰ ਸੈਲਫ ਐਨ ਆਨਸਰ ਵੀਜ਼ਾ ਆਏਗਾ ਜੇ ਤੁਹਾਡੇ ਕੋਲ ਆਨਸਰ ਨਹੀਂ ਹੈ ਇਸ ਚੀਜ਼ ਦਾ ਮੈਂ ਵਾਪਸ ਨਹੀਂ ਆਉਣਾ ਜਾਂ ਇੰਟੈਂਸ਼ਨ ਉੱਥੇ ਜਾ ਕੇ ਕਨਵਰਟ ਕਰਾਉਂਦੀ ਹੈ ਇਹ ਇੰਟੈਂਸ਼ਨ ਵੀਜ਼ਾ ਅਫਸਰ ਨੂੰ ਬਹੁਤ ਦੂਰੋਂ ਪਤਾ ਲੱਗ ਜਾਂਦੀ ਹੈ ਐਂਡ ਉਹ ਚੀਜ਼ ਨੂੰ ਉਹੀ ਅੱਗੇ ਤੁਹਾਨੂੰ ਵੀਜ਼ਾ ਦਿੰਦਾ ਠੀਕ ਹੈ ਜੀ ਹਰਪ੍ਰੀਤ ਸਿੰਘ ਖਹਿਰਾ ਜੀ ਆ ਗਏ ਹਰਪ੍ਰੀਤ ਖਹਿਰਾ ਜੀ ਸਰ ਫਾਈਲ ਅੰਬੈਸੀ ਚ ਫਾਈਲ ਅੰਡਰ ਪ੍ਰੋਸੈਸ ਹਰਪ੍ਰੀਤ ਜੀ ਆਈ ਵਿਸ਼ ਯੂ ਆਲ ਦਾ ਵੈਰੀ ਬੈਸਟ ਆਲ ਦਾ ਵੈਰੀ ਬੈਸਟ ਫੋਰ ਦਿਸ ਜੇ ਰਿਫਿਊਜ਼ ਹੋ ਜਾਂਦਾ ਤਾਂ ਡੈਫੀਨੇਟਲੀ ਮਿਲਿਓ ਅਦਰਵਾਈਜ਼ ਉਦਾਸ ਆ ਹੀ ਰਹੇਗੀ ਜਿਹੜਾ ਕੰਮ ਸ਼ੁਰੂ ਕੀਤਾ ਉਹ ਸਿਰੇ ਪਹੁੰਚੇ ਓਕੇ ਜੈ ਅਵਸ਼ਿਸ਼ ਜੀ ਸਰ ਆਈ ਹੈਵ ਡਨ ਪੀ ਜੀ ਡੀ ਸੀ ਐਂਡ ਐਮ ਐਸ ਸੀ ਆਈ ਟੀ ਵਿਦ 65% ਇਨ 2011 ਵਟ ਇਜ਼ ਮਾਈ ਚਾਂਸਿਸ ਟੂ ਗੋ ਟੂ ਕੈਨੇਡਾ ਜੈ ਜੀ ਆਪਕਾ ਅਗਰ ਐਕਸਪੀਰੀਅੰਸ ਹੈ 2011 ਕੇ ਬਾਅਦ ਆਈ ਟੀ ਕੇ ਫੀਲਡ ਮੇ ਤੋ ਯੋਰ ਪ੍ਰੋਫਾਈਲ ਇਜ਼ ਗੁੱਡ ਟੂ ਗੋ ਫਾਰ ਐਕਸਪਰਟਸ ਐਂਟਰੀ ਡਿਪੈਂਡਿੰਗ ਕਰਤਾ ਆਪਕੇ ਬੈਂਡ ਕਿਤਨੇ ਹੋਗੇ ਸਟੂਡੈਂਟ ਵੀਜ਼ਾ ਕਰਨਾ ਹੈ 6.5 ਬੈਂਡ ਕੋਈ 6 ਸੇ ਕਮ ਨਹੀਂ ਦੈਨ ਚਾਂਸਿਸ ਆਰ ਦੇਰ ਬਟ ਕੋਰਸ ਸਿਲੈਕਸ਼ਨ ਵਿਲ ਪਲੇ ਅ ਵੈਰੀ ਇੰਪੋਰਟੈਂਟ ਰੋਲ ਕਿਉਂਕਿ ਆਪਕੀ 17-18 ਸਾਲ ਕੀ ਪੜ੍ਹਾਈ ਕੇ ਬਾਅਦ ਅਜ਼ਿਊਮ ਕਰਨਾ 7 ਸਾਲ ਕਾ ਐਕਸਪੀਰੀਅੰਸ ਵੀ ਹੈ ਤੋ ਅਗਲੇ ਕੋਰਸ ਕੀ ਰਿਕੁਆਇਰਮੈਂਟ ਜੋ ਹੈ ਵੋ ਹਾਈ ਕਮਿਸ਼ਨ ਜਾਂ ਵੀਜ਼ਾ ਅਫਸਰ ਕੋ ਦਿਖਣੀ ਚਾਹੀਏ ਫਿਰ ਵੀਜ਼ਾ ਆਏਗਾ ਰਿੱਕੀ ਕਹਤੇ ਨੇ ਸਰ ਚਾਂਸਿਸ ਕੀ ਆ ਕੈਨੇਡਾ ਦੇ ਪਲੀਜ਼ ਕਲੀਅਰ ਔਰ ਆਸਟ੍ਰੇਲੀਆ ਦੇ ਕੀ ਚਾਂਸਿਸ ਹੈ ਰਿੱਕੀ ਦੀ ਚਾਂਸਿਸ ਤੁਸੀਂ ਸਪਾਊਸ ਵੀਜ਼ਾ ਵਾਸਤੇ ਸ਼ਾਇਦ ਪੁੱਛਿਆ ਹੈਗਾ ਇਫ ਆਈ ਐਮ ਰੀਕਾਲਿੰਗ ਇਟ ਕਰੈਕਟਲੀ ਚਾਂਸਿਸ ਹੈ ਤੁਹਾਡੀ ਪ੍ਰੋਫਾਈਲ ਜੇ ਵਧੀਆ ਹੈਗੀ ਹੈ ਤਾਂ ਚਾਂਸਿਸ ਦੋਨੋਂ ਥਾਂ ਬਣਦੇ ਹੈ ਪ੍ਰੋਫਾਈਲ ਜਿਹੜਾ ਜੇ ਤੁਹਾਡਾ ਉਹੀ ਹੈ ਤੁਸੀਂ ਪੁੱਛਿਆ ਸੀ ਸਪਾਊਸ ਵੀਜ਼ਾ ਕਿੱਥੋਂ ਦਾ ਕਰ ਸਕਦੇ ਹੈ ਤਾਂ ਆਸਟ੍ਰੇਲੀਆ ਕਰੋ ਇਕੱਠੇ ਜਾ ਸਕਦੇ ਹੋ ਕੈਨੇਡਾ ਥੋੜੀ ਬਾਅਦ ਜਾ ਸਕਦੇ ਹੋ ਹੁਣ ਡਿਪੈਂਡ ਕਰਦਾ ਲੌਂਗ ਟਰਮ ਇੰਟੈਂਸ਼ਨ ਕੀ ਹੈ ਜੇ ਪੱਕੇ ਹੋਣਾ ਦੋਨੋਂ ਦੇਸ਼ ਪੱਕੇ ਕਰਦੇ ਨੇ ਉੱਥੇ ਮਾਸਟਰ ਡਿਗਰੀ ਹੈ ਉੱਥੇ ਡਿਪਲੋਮਾ ਕੋਰਸ ਮਿਲੂਗਾ ਸ਼ਾਇਦ ਤੁਹਾਨੂੰ ਤੁਹਾਡੀ ਵਾਈਫ ਨੂੰ ਤਾਂ ਉਹ ਥੋੜ੍ਹਾ ਕੰਪਰੋਮਾਈਜ਼ ਯੂ ਨੋ ਉਹਦੇ ਬੈਲੈਂਸ ਸ਼ੀਟ ਬਣਾਉਣੀ ਹੈ ਤਾਂ ਆਫਿਸ ਆ ਜਾਓ ਆਪਣੇ ਡਾਕੂਮੈਂਟੇਸ਼ਨ ਲੈ ਕੇ ਥੋੜ੍ਹਾ ਟਾਈਮ ਕੱਢ ਕੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਸਮਝਾ ਸਕਦੇ ਹੈਗੇ ਜੀ ਸਿਮਰਨਜੀਤ ਵਿਰਕ 12th ਵਿਦ 70% ਮਾਰਕਸ ਆਈਐਲਟਸ ਓਵਰਆਲ 6.0 ਬੈਂਡ ਕੈਨ ਆਈ ਅਪਲਾਈ ਫਾਰ ਆਸਟ੍ਰੇਲੀਆ ਆਫਟਰ ਵਨ ਰਿਫਿਊਜ਼ਲ ਆਫ ਆਸਟ੍ਰੇਲੀਆ ਓਕੇ ਸਿਮਰਨ ਰਿਫਿਊਜ਼ਲ ਦਾ ਕੋਈ ਫਰਕ ਨਹੀਂ ਪੈਂਦਾ ਕਿਸੇ ਵਾਪਸ ਜਾਂ ਤੁਸੀਂ ਫਾਈਲ ਲਾਉਂਦੇ ਹੋ ਓਨਲੀ ਥਿੰਗ ਯੂ ਹੈਵ ਟੂ ਸਵਿਚ ਪਹਿਲਾ ਰਿਫਿਊਜ਼ਲ ਤੁਹਾਡਾ ਫਰੋਡਲੈਂਟ ਕਾਗਜ਼ਾਂ ਤੇ ਨਹੀਂ ਆਉਣਾ ਚਾਹੀਦਾ ਜਾਂ ਤੁਹਾਡੇ ਰਿਫਿਊਜ਼ਲ ਉੱਤੇ 4020 ਲੱਗ ਗਈ ਦੈਟ ਮੀਨ ਤੁਹਾਡਾ ਵੀਜ਼ਾ ਆਉਣ ਦੇ ਚਾਂਸ ਜ਼ੀਰੋ ਹੋ ਚੁੱਕੇ ਨੇ ਹੋਰ ਕਿਸੇ ਕਾਰਨ ਤੁਹਾਡਾ ਡਿਪਲੋਮੇ ਤੋਂ ਬਾਅਦ ਰਿਫਿਊਜ਼ ਹੋਇਆ ਗਲਤ ਕੋਰਸ ਦਾ ਰਿਫਿਊਜ਼ ਹੋਇਆ ਕੋਈ ਫਰਕ ਨਹੀਂ ਪੈਂਦਾ ਯੂ ਕੈਨ ਸਟਿਲ ਅਪਲਾਈ ਫਾਰ ਆਸਟ੍ਰੇਲੀਆ ਵੈਰੀ ਗੁੱਡ ਚਾਂਸਿਸ ਦੀਪਜੋਤ ਜੀ ਟੀਜੀ ਆਫ ਇੰਗਲਿਸ਼ ਐਂਡ ਟੀਜੀ ਆਫ ਐਸਐਸਟੀ ਐਂਡ ਆਈ ਐਮ ਅਸਿਊਮਿੰਗ ਦੀਪਜੋਤ ਜੀ ਤੁਸੀਂ ਇੰਗਲਿਸ਼ ਹੀ ਪੜ੍ਹਾਉਂਦੇ ਪਏ ਹੋ ਸਕੂਲ ਦੇ ਵਿੱਚ ਬਹੁਤ ਵਧੀਆ ਕੇਸ ਬਣ ਸਕਦਾ ਹੈਗਾ ਨੋ ਪ੍ਰੋਬਲਮ ਇਨ ਦੈਟ ਅੰਮ੍ਰਿਤ ਪੰਨੂ ਜੀ ਸਰ ਸਰ ਪਲੱਸ ਟੂ 2017
ਮੈਡੀਕਲ 78%, ਆਲਸ 6 ਓਵਰਆਲ ਮੋਡਿਊਲ 5.5, ਆਸਟ੍ਰੇਲੀਆ ਹੋ ਜਾਏਗਾ ਸਰ ਜੀ। ਕੈਨੇਡਾ ਐਂਡ ਬਾਨ ਰਿਫਿਊਜ਼ਲ ਆਫ ਕੈਨੇਡਾ ਜਨਵਰੀ ਇਨਟੇਕ 2017 ਮੈਡੀਕਲ 78% ਆਲਸ 6.0 ਡੈਫੀਨੇਟਲੀ ਯੈਸ ਅਮ੍ਰਿਤ ਜੀ ਕਰ ਸਕਦੇ ਹੋ ਜੀ ਆਸਟ੍ਰੇਲੀਆ ਅਪਲਾਈ ਨੋ ਪ੍ਰੋਬਲਮ ਇਨ ਦੈਟ। ਓਨਲੀ ਥਿੰਗ ਇਜ਼ ਮੈਂ ਅਸਿਊਮ ਕਰਦਾ ਪਿਆ 17 ਤੋਂ ਬਾਅਦ ਤੁਸੀਂ ਆਲਸ ਦੀ ਤਿਆਰੀ ਕੀਤੀ ਹੈ, ਉਸ ਤੋਂ ਬਾਅਦ ਕੈਨੇਡਾ ਦੀ ਫਾਈਨਲ ਆਈ ਹੈ, ਆ ਸਾਰੇ ਪੇਪਰ ਮਿਲ ਜਾਂਦੇ ਹਨ, ਡੈਫੀਨੇਟਲੀ ਕੈਨ ਗਿਵ ਇਟ ਅ ਸ਼ਾਟ ਨੋ ਪ੍ਰੋਬਲਮ। ਸਿਮਰਨਪਾਲ ਸਿੰਘ ਜੀ ਸਰ ਆਸਟ੍ਰੇਲੀਆ ਅੰਬੈਸੀ ਕਿੰਨਾ ਟਾਈਮ ਲੱਗ ਰਿਹਾ ਸਟੱਡੀ ਵੀਜ਼ਾ ਸਪਾਊਸ ਅੱਜ ਦੀ ਡੇਟ ਦੇ ਵਿੱਚ? ਸਿਮਰਨਪਾਲ ਜੀ ਜੇ ਤੁਸੀਂ ਸਪਾਊਸ ਸਟੂਡੈਂਟ ਵੀਜ਼ੇ ਨਾਲ ਸਪਾਊਸ ਲਾਇਆ 20-22 ਦਿਨ ਤੱਕ ਅਰਡਰ, ਮੈਂ ਦੱਸਿਆ ਪਹਿਲਾਂ 25% ਫਾਈਲਾਂ 90 ਦਿਨਾਂ ਤੱਕ ਜਾਂਦੀਆਂ ਨੇ, 75% ਫਾਈਲਾਂ 20-25 ਦਿਨਾਂ 'ਚ ਆ ਜਾਂਦੀਆਂ ਨੇ। ਜੇ ਤੁਸੀਂ ਸਬਸੀਕੁਐਂਟ ਡਿਪੈਂਡੈਂਟ ਲਾਇਆ, ਮਤਲਬ ਤੁਹਾਡੀ ਵਾਈਫ ਉੱਥੇ ਆਲਰੇਡੀ ਹੈਗੀ ਹੈ, ਸਪਾਊਸ ਤੁਸੀਂ ਪਿੱਛੋਂ ਜਾਣਾ, ਉਹਨੂੰ 8-9 ਮਹੀਨੇ ਲੱਗਦੇ ਪਏ ਨੇ ਜੀ। ਜੀ ਲੱਖਕਰਨ ਕੌਰ ਸਰ ਐਮ ਸੀ ਏ 2016, ਆਲਸ 6 ਓਵਰਆਲ 5.5 ਬੈਂਡ, ਜੋਬ ਐਕਸਪੀਰੀਅੰਸ ਟਿਲ ਡੇਟ ਆਸਟ੍ਰੇਲੀਆ ਵਿੱਚ ਕੋਰਸ ਐਨੀ ਕੋਰਸ ਜੀ? ਇਫ ਯੂ ਆਰ ਡੂਇੰਗ ਇਨ ਦ ਸੇਮ ਇਨ ਯੂ ਨੋ ਆਈ ਟੀ 'ਚ ਕੰਮ ਕਰਦੇ ਪਏ ਹੋ, ਆਈ ਟੀ ਦੀ ਸਪੈਸ਼ਲਾਈਜੇਸ਼ਨ ਲੈ ਸਕਦੇ ਹੈਗੇ ਹੋ, ਡਿਪੈਂਡਿੰਗ ਨੇਚਰ ਆਫ ਵਰਕ ਕੀ ਹੈ, ਸਾਈਬਰ ਸਿਕਿਉਰਿਟੀ, ਟੈਲੀਕਾਮ ਔਰ ਪ੍ਰੋਜੈਕਟ ਮੈਨੇਜਮੈਂਟ ਔਰ ਐਮ ਬੀ ਏ, ਯੂ ਕੈਨ ਗੋ ਫਾਰ ਐਨੀ ਪ੍ਰੋਗਰਾਮ, ਜਸਟ ਡੋਂਟ ਰਿਪੀਟ ਐਮ ਆਈ ਟੀ ਔਰ ਐਮ ਆਈ ਐਸ ਇਟਸੈਲਫ, ਉਹ ਤੁਹਾਡੇ ਲਈ ਪ੍ਰੋਬਲਮ ਰਹੇਗਾ। ਐਮ ਆਈ ਟੀ ਕਰਨ ਜਾਓਗੇ ਜਾਂ ਐਮ ਆਈ ਐਸ ਕਰਨ ਜਾਓਗੇ ਔਰ ਬੈਚਲਰ ਆਫ ਬਿਜ਼ਨਸ ਇਨਫੋਰਮੇਸ਼ਨ ਸਿਸਟਮ ਕਰਨ ਜਾਓਗੇ, ਉਹ ਪ੍ਰੋਬਲਮ ਵਾਲਾ ਕੋਰਸ ਹੈ, ਇਹਨੂੰ ਛੱਡ ਕੇ ਜੋ ਮਰਜ਼ੀ ਕੋਰਸ ਕਰ ਲਓ ਅੱਗੇ ਹਾਇਰ ਸਪੈਸ਼ਲਾਈਜੇਸ਼ਨ ਦੇ ਵਿੱਚ, ਦੈਟ ਵਿਲ ਐਬਸੋਲੂਟਲੀ ਮੇਕ ਸੈਂਸ। ਤੁਹਾਡਾ ਕੋਰਸ ਕੋਂਬੀਨੇਸ਼ਨ ਦੋ ਤਰੀਕੇ ਨਾਲ ਆਏਗਾ ਮੈਮ, ਪਹਿਲੀ ਚੀਜ਼ ਤੁਸੀਂ ਐਜੂਕੇਸ਼ਨ ਕੀ ਕੀਤੀ ਹੈ ਪਲੱਸ ਐਕਸਪੀਰੀਅੰਸ ਕਿਸ 'ਚ ਲਿੱਤਾ ਹੈ, ਕਿਉਂਕਿ 2016 ਤੋਂ ਬਾਅਦ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋ ਗਿਆ ਹੈ, 2 ਔਰ ਮੋਰ ਔਰ ਇਕੁਅਲੈਂਟ 2 ਈਅਰਸ, ਤਾਂ ਉਹ ਬੜਾ ਇੰਪੋਰਟੈਂਟ ਰੋਲ ਪਲੇ ਕਰੇਗਾ ਅੱਗੇ ਕੋਰਸ ਸਿਲੈਕਸ਼ਨ ਦੇ ਵਿੱਚ। ਗੁਰਸੇਵਨ ਸਿੰਘ ਜੀ ਗੋਟ ਬੀ ਕੌਮ ਫਰੋਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਰ ਐਂਡ ਵਾਂਟ ਟੂ ਸੈਟਲ ਅਬਰੋਡ ਥਰੂ ਸਟੱਡੀ, ਕਰ ਸਕਦੇ ਹੋ ਗੁਰਸੇਵਨ ਜੀ? ਆਈ ਬਿਲੀਵ ਤੁਹਾਡੇ 51 ਜਾਂ 52% ਸੀਗੇ ਉੱਪਰ, ਕਰ ਸਕਦੇ ਹੋ ਬੀ ਕੌਮ ਦੇ ਵਿੱਚ, ਆਲਸ 6.5 ਬੈਂਡ ਲੈਣ ਦੀ ਟਰਾਈ ਕਰੋ, ਕੋਈ 6 ਤੋਂ ਘੱਟ ਨਾ ਹੋਵੇ, ਵਿਦਾਊਟ ਐਲੀਕੋਸ ਹੋਏਗਾ, ਜੇ 6 ਆਣਗੇ ਤਾਂ ਵਿਦ ਐਲੀਕੋਸ ਹੋਏਗਾ ਜੀ। ਅਨੁਰਾਗ ਸਿੰਘ ਠਾਕੁਰ ਕੈਨੇਡਾ ਕੇ ਲਈ ਕਿਤਨੇ ਬੈਂਡ ਚਾਹੀਏ? 6.0 ਬੈਂਡ ਚਾਹੀਏ ਅਨੁਰਾਗ ਜੀ ਕੈਨੇਡਾ ਜਾਣੇ ਕੇ ਲਈ ਸਟੂਡੈਂਟ ਵੀਜ਼ਾ ਕੇ ਉੱਪਰ। ਦੇਵੀ ਦਿਆਲ ਜੀ ਪੁੱਛਦੇ ਨੇ ਸਰ ਸਪੇਨ ਦਾ ਸਕਸੈਸ ਰੇਟ ਕੀ ਹੈ ਸਟੱਡੀ ਵੀਜ਼ਾ, ਕਿੰਨਾ ਟਾਈਮ 'ਚ ਆਫਰ ਆ ਜਾਂਦਾ ਹੈ? ਦੇਵੀ ਜੀ ਅਨਫੋਰਚੁਨੇਟਲੀ ਸਪੇਨ ਹਜੇ ਅਸੀਂ ਵੀ ਐਕਸਪਲੋਰ ਕਰਦੇ ਪਏ ਹਾਂ, ਐਕਸਪਲੋਰ ਤੋਂ ਮੇਰਾ ਮਤਲਬ ਹੈ ਅਸੀਂ ਉਦੋਂ ਇੱਕ ਚੀਜ਼ ਸ਼ੁਰੂ ਕਰਦੇ ਹਾਂ ਜਦ ਪੂਰੀ ਤਰ੍ਹਾਂ ਉਸਦੀ ਰੇਕੀ ਸਕਸੈਸ ਟੇਸਟ ਕਰ ਲਈਦਾ, ਤਾਂ ਆਈ ਡੋਂਟ ਡੀਲ ਇਨ ਸਪੇਨ ਵੀਜ਼ਾ ਐਜ਼ ਆਫ ਨਾਓ, ਤਾਂ ਇਹ ਕੁਐਸਚਨ ਮੇਰੇ ਲਈ ਇਨਵੈਲਿਡ ਬਣ ਜਾਂਦਾ ਹੈ। ਹਾਂਜੀ ਮਨੀ ਜੱਟ ਜੀ ਪੁੱਛ ਰਹੇ ਸਰ ਮੇਰੀ ਗ੍ਰੈਜੂਏਟ ਹੈ 2018 ਬੀ ਏ ਐਂਡ ਮਾਈ ਵਾਈਫ ਹੈਜ਼ ਡਨ ਬੀ ਐਸ ਸੀ ਨਰਸਿੰਗ ਐਂਡ ਓਵਰਆਲ ਬੈਂਡ 7.5, ਸਪਾਊਸ ਵੀਜ਼ਾ ਹੋ ਸਕਦਾ ਜੀ? ਪੀ ਐਸ ਸੀ ਨਰਸਿੰਗ ਓਵਰਆਲ 7.5 ਡੈਫੀਨੇਟਲੀ ਜੀ ਮਨੀ ਜੀ ਹੋ ਸਕਦਾ ਸਪਾਊਸ ਵੀਜ਼ਾ ਤੁਹਾਡਾ ਬੀ ਐਸ ਸੀ ਨਰਸਿੰਗ ਕੋਰਸ ਹੈਜ਼ ਟੂ ਬੀ ਕਰੂਸ਼ੀਅਲ, 7.5 ਤੁਸੀਂ ਅਕੈਡਮਿਕ ਲਿੱਤੇ ਨੇ, ਆਮ ਅਸਿਊਮਿੰਗ ਜਰਨਲ ਲਿੱਤੇ, ਤਾਂ ਡੈਫੀਨੇਟਲੀ ਕਰ ਸਕਦੇ ਆਸਟ੍ਰੇਲੀਆ ਸਪਾਊਸ ਵੀਜ਼ਾ, ਬਿਲਕੁਲ ਹੋ ਸਕਦਾ ਜੀ, ਨੋ ਪ੍ਰੋਬਲਮ। ਉਸ ਤੋਂ ਬਾਅਦ ਹੈ ਜੀ ਰਈਸ ਜ਼ਰਗਰ ਸਰ ਆਈ ਵਾਂਟ ਟੂ ਗੋ ਫੋਰਨ ਫੋਰ ਜੋਬ ਇਨ ਯੂਕੇ, ਵਟ ਹੈਵ ਟੂ ਡੂ? ਸਰ ਯੂ ਹੈਵ ਟੂ ਅਪਰੋਚ ਦ ਰਾਈਟ ਪੀਪਲ, ਆਈ ਐਮ ਨੋਟ ਦ ਰਾਈਟ ਪਰਸਨ ਫੋਰ ਜੋਬ, ਸੋ ਆਈ ਡੋਂਟ ਹੈਵ ਐਨੀ ਆਨਸਰ ਫੋਰ ਦਿਸ। ਸੋਨੂ ਜੀ ਪੁੱਛਦੇ ਨੇ ਜੀ ਆਈ ਐਮ ਗ੍ਰੈਜੂਏਟ ਐਂਡ ਓਵਰਆਲ 5.5 ਬੈਂਡ, ਵਿਚ ਕੋਰਸ ਇਨ ਆਸਟ੍ਰੇਲੀਆ? ਅਨਫੋਰਚੁਨੇਟਲੀ ਸੋਨੂ ਜੀ ਆਪਕੋ 5.5 ਬੈਂਡ ਮੇ ਕੋਈ ਮਾਸਟਰਸ ਪ੍ਰੋਗਰਾਮ ਨਹੀਂ ਮਿਲੇਗਾ, ਲੋਕ ਆਪਕੋ ਗਾਈਡ ਕਰੇਂਗੇ ਸਿਰਫ ਔਰ ਸਿਰਫ ਡਿਪਲੋਮਾ ਕੋਰਸ ਕੇ ਲੀਏ, ਔਰ ਉਸਕਾ ਸਕਸੈਸ ਹੈ ਨਹੀਂ। ਡਿਪਲੋਮਾ ਆਫ ਬਿਜ਼ਨਸ, ਐਡਵਾਂਸ ਡਿਪਲੋਮਾ ਆਫ ਲੀਡਰਸ਼ਿਪ ਮੈਨੇਜਮੈਂਟ, ਐਸੇ ਆਪਕੋ ਡਿਪਲੋਮਾ ਮਿਲੇਂਗੇ ਜਿਸਕਾ ਸਕਸੈਸ ਨਹੀਂ ਕੋਈ ਮਿਲੇਗਾ। ਤਾਂ ਮੇਰੀ ਰਾਏ ਹੈ ਅਗਰ ਆਪਣੇ ਗ੍ਰੈਜੂਏਸ਼ਨ ਕਰ ਰੱਖੀ ਹੈ, ਆਲਸ ਮੇ ਰੀਸੈਟ ਕਰੋ ਔਰ ਪੀ ਟੀ ਮੇ ਰੀਸੈਟ ਕਰੋ ਔਰ ਐਟਲੀਸਟ 6.0 ਬੈਂਡ ਇਕੁਅਲੈਂਟ ਲੈ ਲਓ, ਦੈਨ ਇਹ ਕੇਸ ਬਣਦਾ ਹੈ। ਓਕੇ ਨਿਤਿਸ਼ ਦੁਬੇ ਬੀ ਏ 2014 49%, ਨਿਤਿਸ਼ ਜੀ ਵੈਰੀ ਲੋ ਪਰਸੈਂਟੇਜ, 50% ਤੋਂ ਜਿਹੜਾ ਨੀਚੇ ਹੋਤਾ ਹੈ ਵੋ ਪ੍ਰੋਬਲਮ ਕਰ ਰਹਾ ਹੈ। ਔਰ ਬੀ ਏ ਮੇ ਸਬਜੈਕਟ ਦੇਖੇ ਨਾ ਕੌਨ ਸੇ ਹੈ, ਮੈਥਮੈਟਿਕਸ, ਸੋਸ਼ੋਲੋਜੀ, ਪੋਲੀਟੀਕਲ ਸਾਇੰਸ, ਐਸੇ ਕੋਈ ਸਬਜੈਕਟ ਹੈ ਤੋ ਚਾਂਸ ਹੈ, ਜਨਰਲ ਸਬਜੈਕਟ ਹੈ ਤੋ ਚਾਂਸ ਨਹੀਂ ਹੈ। ਹਰਦੀਪ ਸਿੰਘ ਸਰ ਬੀ ਏਡ ਤੋਂ ਬਾਅਦ ਕੀ ਆਪਸ਼ਨ ਹੈ ਕੈਨੇਡਾ ਦੇ ਵਿੱਚ 6.5 ਬੈਂਡ ਨੋਟ ਲੈਸ ਦੈਨ 6? ਹਰਦੀਪ ਜੀ ਜਿਹੜੇ ਬੇਸਿਕਲੀ ਬੀ ਏਡ ਵਾਲੇ ਕੋਰਸਿਸ ਹੈ ਨਾ, ਅਗੇਨ ਤੁਹਾਡੇ ਟੀਚਿੰਗ ਸਬਜੈਕਟ ਕਿਹੜੇ ਨੇ, ਤੁਹਾਡਾ ਐਕਸਪੀਰੀਅੰਸ ਕੀ ਹੈ, ਉਸ ਤੋਂ ਬਾਅਦ ਬਣਦਾ ਅਰਲੀ ਚਾਈਲਡ ਕੇਅਰ, ਅਰਲੀ ਚਾਈਲਡਹੁੱਡ, ਇਹੋ ਜਿਹੇ 2-4 ਕੋਰਸਿਸ, ਡਿਪਲੋਮੇ ਜਿਸ 'ਚ ਬੱਚਾ ਜਾਂਦਾ ਹੈਗਾ। ਹਾਊ ਐਵਰ ਆਈ ਆਲਵੇਜ਼ ਬਿਲੀਵ ਬੀ ਏਡ ਵਾਸਤੇ ਵਧੀਆ ਪ੍ਰੋਫਾਈਲ, ਵਧੀਆ ਕੰਟਰੀ ਆਸਟ੍ਰੇਲੀਆ ਹੈ, ਕਿਉਂਕਿ ਉਹਨਾਂ ਦਾ ਜਿਹੜਾ ਜੋਬ ਡਿਸਕ੍ਰਿਪਸ਼ਨ ਜਾਂ ਕੋਰਸ ਹੈ ਉਹ ਅਪਗ੍ਰੇਡੇਸ਼ਨ ਚਾਹੁੰਦਾ ਹੈ, ਡਿਪਲੋਮਾ ਲੈਵਲ 'ਤੇ ਨਹੀਂ ਜਾਂਦਾ। ਡਿਪਲੋਮਾ ਤੁਹਾਨੂੰ ਮਿਲੇਗਾ ਟੀਚਿੰਗ ਦਾ, ਉਹਦੇ ਵਿੱਚ ਸੋਰੀ
ਜਿਹੜੇ ਅਰਲੀ ਚਾਈਲਡ ਕੇਅਰ ਹੁੰਦੇ ਨੇ ਕੋਰਸਿਸ, ਉਹਨਾਂ ਵਿੱਚ ਮਿਲੇਗਾ ਤੁਹਾਡਾ ਡਿਪਲੋਮਾ, ਹੋਰ ਕੋਈ ਔਰ ਆਪਸ਼ਨ ਟੀਚਿੰਗ 'ਚ ਨਹੀਂ ਐਟਲੀਸਟ ਮਿਲੇਗੀ। ਨਿਤਿਸ਼ ਦੁਬੇ ਕੈਨੇਡਾ ਅਪਲਾਈ ਕਰ ਸਕਦੇ ਹੈ। ਨਿਤਿਸ਼ ਜੀ ਆਪਕੇ 49% ਮਾਰਕਸ ਹੈ, ਦੇਖੋ ਅਪਲਾਈ ਕਰਨੇ ਕੋਈ ਕੋਈ ਰੋਕਤਾ ਨਹੀਂ ਹੈ ਆਪਕੋ, ਪਰ ਇੱਕ ਸੈਂਸੀਬਲ ਐਪਲੀਕੇਸ਼ਨ ਹੋਤੀ ਹੈ, ਕਿਸਮਤ ਅਜ਼ਮਾਨੀ ਹੈ ਜਾਂ ਇੱਕ ਫਰਸਟ੍ਰੇਸ਼ਨ ਨਿਕਾਲਨੀ ਹੈ ਅਪਲਾਈ ਕਰਕੇ, ਡੈਫੀਨੇਟਲੀ ਅਪਲਾਈ ਕਰ ਸਕਦੇ ਹੋ, ਕੋਈ ਨਹੀਂ ਰੋਕੇਗਾ ਇਸਮੇ। ਬੜੇ ਕੋਲ ਤਾਂ ਵੀਜ਼ਾ ਚਾਂਸਿਸ ਕਿੰਨੇ ਹੈ, ਤਾਂ ਉਸਮੇ ਅਕੈਡਮਿਕ ਪ੍ਰੋਫਾਈਲ ਮੇ ਆਪਕੀ ਐਲੀਜੀਬਿਲਿਟੀ ਨਹੀਂ ਬਣਤੀ ਫਿਲਹਾਲ, ਵੀਜ਼ਾ ਵਾਲੇ ਐਂਗਲ ਸੇ, ਐਡਮਿਸ਼ਨ ਕੇ ਐਂਗਲ ਸੇ ਬਾਤ ਨਹੀਂ ਕਰ ਰਹਾ। ਹਰਮਨ ਬਾਤ, ਪਲੱਸ ਟੂ ਕਾਮਰਸ 54, ਆਈਐਲਟੀਐਸ 6.0, ਸਪੀਕਿੰਗ 5.5 ਆਸਟ੍ਰੇਲੀਆ ਲਈ। ਹਰਮਨ ਜੀ ਆਪਕੇ ਪਲੱਸ ਟੂ ਮੇ ਨੰਬਰ ਕਮ ਹੈ 54%, CBSE, ICSE 60% ਚਾਹੀਏ ਡਿਗਰੀ ਮੇ ਜਾਣੇ ਕੇ ਲੀਏ, ਔਰ ਕੋਈ ਵੀ ਸਟੇਟ ਬੋਰਡ ਸੇ ਆਪਕੋ 65% ਨੰਬਰ ਚਾਹੀਏ ਡਿਗਰੀ ਮੇ ਜਾਣੇ ਕੇ ਲੀਏ, ਆਰਟਸ ਬੈਕਗ੍ਰਾਉਂਡ ਛੋੜ ਕੇ, ਸਟੇਟ ਬੋਰਡ ਕੀ CBSE, ICSE ਕੀ ਆਰਟਸ ਚਲਤੀ ਹੈ 60%, ਤੋ ਡਿਪਲੋਮਾ ਕੇ ਲੀਏ ਕੁਆਲੀਫਾਈ ਕਰੋਗੇ, ਬਿਜ਼ਨਸ, ਆਈਟੀ, ਹੋਸਪਿਟੈਲਿਟੀ, ਕੁਕਰੀ, ਡਿਗਰੀ ਕੇ ਲੀਏ ਕੁਆਲੀਫਾਈ ਨਹੀਂ ਕਰੋਗੇ। ਮੁਹੰਮਦ ਇਮਰਾਨ ਖਾਨ, ਐਕਸਪੀਰੀਅੰਸ 4 years ਇਨ ਆਈਟੀ ਐਂਡ ਆਰਟਸ ਓਵਰਆਲ 6 band, listening 6, writing 6, speaking 5.5, reading 5.5, SSC 54%, Inter 62%, BTech 65%. Can I apply for Australia and Canada? Answer is yes. You can apply for both the countries depending what is the first choice. Diploma mein jayenge, agar aap Canada mein jayenge 6.0 band ke liye, Australia mein bachelor's or master's ke liye ja sakte hain, my mistake, master's ke liye ja sakte hain, Helicos ke saath, no problem in that. ਹਰਮਨ 2018, ਐਜ਼ ਆਈ ਸੈਡ ਆਪਕੇ ਪਰਸੈਂਟੇਜ ਕਮ ਹੈ। ਹਰਮਨ ਰਮਨ ਰੋਮੀ ਜੀ, ਸਰ ਪਲੱਸ ਟੂ 92% ਕਮਰਸ ਐਂਡ ਗੋਟ 6.5 ਇਨ ਵਨ ਮੋਡਿਊਲ। ਹਾਂਜੀ ਰਮਨ ਜੀ, ਹਮ ਪਹਿਲੇ ਵੀ ਬਾਤ ਕਰ ਚੁੱਕੇ ਹਾਂ, ਮਹੀਨੇ ਤੋਂ ਆਪਾਂ ਗੱਲ ਕਰਦੇ ਪਏ ਹਾਂ। ਰਮਨ ਤੁਹਾਡੀ ਪ੍ਰੋਫਾਈਲ ਵਧੀਆ, ਤੁਹਾਨੂੰ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ, ਡੀਕਨ ਕਾਲਜ ਇਜ਼ ਏ ਕਾਲਜ ਜਿੱਥੇ ਉਹ ਐਲੀਕੋਜ਼ ਜਾਂ ਡਿਪਲੋਮਾ ਤੁਸੀਂ ਕਰਨ ਜਾ ਰਹੇ ਹੋਵੋਗੇ, ਤਸੱਲੀ ਰੱਖੋ, ਫਾਈਲ ਅੰਬੈਸੀ 'ਚ ਲਾਓ, ਤੁਹਾਡਾ ਕੇਸ ਬਹੁਤ ਸੋਹਣਾ ਹੈਗਾ ਅਤੇ ਤੁਸੀਂ ਗੁੱਡ ਨਿਊਜ਼ ਦਿਓਗੇ ਇੱਥੇ ਸਾਡੇ ਫੇਸਬੁੱਕ 'ਤੇ, ਪੇਜ 'ਤੇ ਕਈ ਵਾਰ ਆਪਣੇ ਹਫਤੇ ਦੋ ਹਫਤੇ ਜਦ ਤੁਸੀਂ ਅੰਬੈਸੀ 'ਚ ਕੇਸ ਲਾਓਗੇ ਤਾਂ। ਹਰਮਨ ਦਿਲ ਜੀ ਪੁੱਛਦੇ ਨੇ, ਮਾਈ ਫੋਰ ਮਾਈ ਸਿਸਟਰ ਆਈ ਹੈਵ ਡਨ BSc ਨਰਸਿੰਗ ਰੀਸੈਂਟਲੀ, 63% ਐਂਡ 6 point ਓਵਰਆਲ, ਰਾਈਟਿੰਗ 5.5, ਕੈਨ ਆਈ ਅਪਲਾਈ ਫੋਰ ਆਸਟ੍ਰੇਲੀਆ? ਸਰ BSc ਨਰਸਿੰਗ ਕਿੱਥੋਂ ਕੀਤੀ ਹੈ ਜੀ? ਬਾਬਾ ਫਰੀਦ ਹੈ, GNM ਤੋਂ ਬਾਅਦ ਕੀਤੀ ਹੈ ਕਿ ਸਿੱਧਾ BSc ਨਰਸਿੰਗ ਕੀਤੀ ਹੈ? ਸਿਰਫ ਆਹ ਸਵਾਲ ਹੈਗਾ। ਐਜ ਆਫ ਨਾਓ IELTS ਦਾ ਸਕੋਰ ਐਂਡ ਪਰਸੈਂਟੇਜ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੈਗੇ, ਨੋ ਪ੍ਰੋਬਲਮ। ਸਰ ਹਰਦੀਪ ਜੀ, ਸਰ ਇਹ ਅਰਲੀ ਚਾਈਲਡਹੁੱਡ ਡਿਪਲੋਮਾ ਪੋਸਟ ਗ੍ਰੈਜੂਏਟ ਡਿਪਲੋਮਾ ਹੋਵੇਗਾ ਜੀ? ਨਹੀਂ ਜੀ, ਇਹ ਅੰਡਰ ਗ੍ਰੈਜੂਏਟ ਡਿਪਲੋਮਾ ਹੋਏਗਾ ਜੀ, ਜਿਹੜਾ 12ਵੀਂ ਤੋਂ ਬਾਅਦ ਕੀਤਾ ਜਾਂਦਾ ਜੀ, ਮਤਲਬ ਐਲੀਜੀਬਿਲਿਟੀ ਦੀ ਮੈਂ ਗੱਲ ਕਰ ਰਿਹਾ, ਪਰ ਤੁਸੀਂ BEd ਤੋਂ ਬਾਅਦ ਕਰੋਗੇ, ਲੋਕੀ ਕਰਦੇ ਕਿ BEd ਤੋਂ ਬਾਅਦ ਹੈ ਜੀ। ਰਈਸ ਜੀ ਪੁੱਛਦੇ, ਸਰ ਪਲੀਜ਼ ਗਾਈਡ ਮੀ ਵੇਅਰ ਆਈ ਹੈਵ ਟੂ ਗੋ ਔਨ ਅਪਲਾਈਂਗ ਦਾ ਜੋਬ ਇਨ ਫੋਰਨ, ਆਈ ਹੈਵ ਡਨ ਬੀ ਫਾਰਮਾ, ਪਲੀਜ਼ ਇਫ ਯੂ ਕੈਨ ਹੈਲਪ ਮੀ ਫੋਰ ਦੈਟ ਆਈ ਵਿਲ ਬੀ ਵੈਰੀ ਥੈਂਕਫੁਲ ਟੂ ਯੂ, ਬਿਕੋਜ਼ ਆਈ ਹੈਵਨਟ any knowledge about this, I am from Jammu and Kashmir. Rahishi, do cheeze dekhen, aapka jo B pharmacy hai na, jo India ka B pharma hai, eligibility criteria, agar aap isko assess bhi karayenge kisi foreign university se, wo equivalent to bachelor nahi aayega, equivalent to diploma aayega, D pharma jitna. That means aapki degree B pharma ho sakti hai, but aapki unke hisab se degree bachelor ke barabar nahi hai, to ideally aapka jo banta hai wo student visa banta hai. आप वहां के डिग्री फार्मेसी में ले लो या इसके रिलेटेड ऑक्यूपेशन में ले लो, फिर जॉब मिलना आसान है। एक चीज समझिएगा, जब आपके पास एक्सपीरियंस, आपके पास डिग्री होती है, डिग्री या तो उनकी डिग्री के बराबर हो या डिग्री को आप प्रैक्टिकल अच्छी तरह करना जानते हो, तो आपको जॉब मिलती है वहां। जितना मेरे को पढ़ा है, जितना मैंने सुना है, करता नहीं हूं मैं, पर जितना मैंने सुना है आपके लिए, अगर बी फार्मा ग्रेजुएट है, पहले डिग्री असेस या इक्विवेलेंट करवा लो, उसके बाद आगे गूगल सर्च करोगे, आई एम श्योर कोई ना कोई आपको कंपनी मिल जाएगी। बाकी आपका कॉन्फिडेंस है, बाकी आपका ट्रस्ट है उस कंपनी में, जितना हो सकता है। अनुराग सिंह ठाकुर जी पूछते हैं, जी मेरा और मेरी फैमिली का टूरिस्ट वीजा रिजेक्ट हो गया है कैनेडा, माय सिस्टर इज इन कैनेडा। सर मैंने आपको शुरू में कहा था, आपके अंदर से अगर जवाब आता है वापस आने के कारण क्या क्या है, तो वीजा मिलता है। आपकी फैमिली की प्रोफाइल अगर आप लुधियाना ऑफिस में अगले हफ्ते जब भी आऊंगा दिखा सको, और वीजा फॉर्म दिखा दो, और आपकी सिस्टर वहां परमानेंट है क्या, अभी स्टूडेंट वीजा पर ही है, वो थोड़ा देखना पड़ेगा, एंड देन यस वी कैन सर्टेनली डू समथिंग अबाउट द फैमिली, आपके लिए चांसेस कम रहेंगे। दीप ज्योत जी, आई हैव गॉट टू रिफ्यूजल फ्रॉम ऑस्ट्रेलिया फ्रॉम यू। दीप ज्योत जी, डेफिनेटली आई वुड लव टू सी योर प्रोफाइल, अपना प्रोफाइल तुम भेजो मैं, फाइल नंबर भेजो एंड अपना फोन नंबर दो। जे कोई एप्लीकेशन दे हालात आई ने चेंज, आई वुड डेफिनेटली वांट टू टेक योर केस अगेन एट माय ओन एक्सपेंस, आई विल बी वेटिंग ਤੁਹਾਡੇ ਫਾਈਲ ਨੰਬਰ ਦਾ ਐਂਡ ਤੁਹਾਡੇ ਫੋਨ ਨੰਬਰ ਦਾ, ਪਲੀਜ਼।
ਹਰਮਨ ਗਿੱਲ ਜੀ, ਬਾਬਾ ਫਰੀਦ ਯੂਨੀਵਰਸਿਟੀ ਐਂਡ ਸਰ ਵੀਜ਼ਾ ਸਕਸੈਸ ਰੇਟ ਕੀ ਹੋਏਗਾ ਜੇ ਆਸਟ੍ਰੇਲੀਆ ਦਾ ਅਪਲਾਈ ਕਰਦੇ ਹਾਂ, ਵਿੱਚ ਸਿਟੀ ਐਂਡ ਵਿੱਚ ਕਾਲਜ ਐਂਡ ਕੋਰਸ? ਓਕੇ, ਤਿੰਨ ਚੀਜ਼ਾਂ ਇਕੱਠੀਆਂ ਜੀ. ਇੱਕ ਚੀਜ਼ ਤੁਸੀਂ ਛੱਡਤੀ, GNM ਤੋਂ ਬਾਅਦ ਹੈ ਕਿ BSc ਤੋਂ ਬਾਅਦ ਹੈ ਜੀ. ਹੁਣ ਵੀਜ਼ਾ ਸਕਸੈਸ ਰੇਟ ਕੀ ਹੋਏਗਾ ਸਰ? ਇਟਸ ਆਈਦਰ 100% ਔਰ 0%, ਜਿਵੇਂ ਪਹਿਲਾਂ ਕਿਹਾ. ਜੇ ਤੁਹਾਡੇ ਕੋਲ 3 ਮਹੀਨੇ ਪੁਰਾਣੇ ਪੈਸੇ ਹੈਗੇ ਨੇ ਦਿਖਾਉਣ ਵਾਸਤੇ, ਤੁਸੀਂ ਕੋਈ ਵੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਲੈ ਸਕਦੇ ਹੋ, ਐਸ ਲੌਂਗ ਐਸ ਤੁਹਾਡੀ BSc ਨਰਸਿੰਗ ਨੂੰ ਇਕੁਲੈਂਟ ਗਿਣਦੇ ਨੇ. ਅਦਰਵਾਈਜ਼ ਤੁਹਾਡੇ ਕੋਲ ਬਹੁਤ ਸਾਰੇ ਹੋਰ ਆਪਸ਼ਨ ਨਿਕਲਦੀਆਂ ਨੇ. ਕੋਰਸ ਤੁਹਾਡੇ ਕੋਲ BSc ਕਨਵਰਜਨ ਪ੍ਰੋਗਰਾਮ ਹੈ, ਡਿਪੈਂਡਿੰਗ ਤੁਹਾਡੇ, ਮੈਂ ਬੈਂਡ ਭੁੱਲ ਗਿਆ ਕਿੰਨੇ ਸੀਗੇ, ਔਰ ਵੈਲ ਪਬਲਿਕ ਹੈਲਥ ਹੈ, ਹੋਸਪਿਟਲ ਐਡਮਿਨਿਸਟ੍ਰੇਸ਼ਨ ਹੈ, ਕਮਿਊਨਿਟੀ ਡਿਵੈਲਪਮੈਂਟ ਹੈ. ਬਹੁਤ ਸਾਰੇ ਕੋਰਸਿਸ ਮਿਲ ਜਾਣਗੇ BSc ਨਰਸਿੰਗ ਤੋਂ ਬਾਅਦ. ਇਹ RN ਵਾਲੇ ਪਾਸੇ ਨਹੀਂ ਜਾਣਗੇ, ਰਜਿਸਟਰਡ ਨਰਸ ਵਾਲੇ ਪਾਸੇ ਨਹੀਂ ਜਾਣਗੇ, ਐਡਮਿਨ ਵਾਲੀ ਸਾਈਡ ਤੇ ਜਾ ਸਕਦੇ ਨੇ. ਤੁਸੀਂ ਆਪਣਾ ਪੂਰਾ ਡਿਟੇਲ CV ਜਾਂ ਡਾਕੂਮੈਂਟੇਸ਼ਨ ਮੇਲ ਕਰ ਸਕਦੇ ਹੋ ਵਿਦ ਯਰ ਫੋਨ ਨੰਬਰ ਐਟ ਅਵਰ ID, ਐਂਡ ਤੁਹਾਨੂੰ ਉੱਥੋਂ ਕੋਈ ਨਾ ਕੋਈ ਕੋਰਸ ਸਪੈਸਿਫਿਕ ਇਨਫੋਰਮੇਸ਼ਨ ਮਿਲ ਜਾਏਗੀ, ਫਿਰ ਤੁਸੀਂ ਮਿਲ ਸਕਦੇ ਹੋ ਇਫ ਯੂ ਵਾਂਟ ਟੂ ਸੀ ਅਸ. ਓਕੇ, ਰੋਬਿਨ ਦਿਓਲ ਜੀ, ਸਰ ਆਈ ਅਪਲਾਈ ਫਰੋਮ ਯੂ, ਮਾਈ ਫਾਈਲ ਨੰਬਰ ਇਜ਼ ਐਨਾ, ਆਈ ਹੈਵ ਅਪਲਾਈਡ ਫਾਰ ਫੈਬਰੀ ਇਨਟੇਕ, ਅੰਟਿਲ ਨਾਓ ਯੂ ਡੂ ਨਾਟ ਲਾਂਚ ਮਾਈ ਫਾਈਲ, ਟੈਲ ਮੀ ਸਮਥਿੰਗ ਵਿਚ ਵੈਨ ਮਾਈ ਫਾਈਲ ਵਿਲ ਬੀ ਲਾਂਚ. ਰੋਬਿਨ ਜੀ, ਆਈ ਵਿਲ ਆਸਕ ਸਮਬਡੀ ਟੂ ਗੈਟ ਬੈਕ ਟੂ ਯੂ ਔਨ ਦਿਸ. ਦੇਖੋ, ਜਿਹੜੀ ਹੈ ਤੁਹਾਡੀ ਸਪਟੈਂਬਰ ਤੇ ਸਾਡੇ ਕੋਲ ਕੇਸ ਆਇਆ ਨਾ, ਅਖੀਰਲੀ ਸਟੇਜ ਤੇ ਪਹੁੰਚਿਆ ਹੋਇਆ ਇਸ ਟਾਈਮ ਤੇ, ਸਭ ਤੋਂ ਜ਼ਿਆਦਾ ਮਿਹਨਤ ਜਾਂ ਪਹਿਲਾਂ ਲੱਗਦੀ ਹੈ ਜਾਂ ਅਖੀਰ 'ਚ ਲੱਗਦੀ ਹੁੰਦੀ ਹੈ, ਕਿਉਂਕਿ ਪਹਿਲਾਂ ਸ਼ੁਰੂਆਤ ਕਰਦੇ ਹਾਂ. ਵੀ ਹੈਵ ਟੂ ਸੀ ਕਿਹੜੀ ਕਿਹੜੀ ਯੂਨੀਵਰਸਿਟੀ ਕਿੱਥੇ ਕਿੱਥੇ ਕਰ ਸਕਦੇ ਹਾਂ, ਤੇ ਅਖੀਰਲੀ ਸਟੇਜ ਤੇ ਆ ਕੇ ਹੁੰਦੀ ਹੈ, ਇੰਨੀ ਮਿਹਨਤ ਤੇ ਪੇਸ਼ੈਂਸ ਕੀਤੀ ਹੈ, ਇਹਦੇ ਕਿਤੇ ਕਮੀ ਨਾ ਹੋ ਜਾਏ. ਤੇ ਤੁਹਾਡਾ ਸਟੇਟਮੈਂਟ ਆਫ ਪਰਪਸ ਨਹੀਂ ਬਣਿਆ, ਆਈ ਐਮ ਅਸਿਊਮਿੰਗ ਆਸਟ੍ਰੇਲੀਆ ਦੀ ਫਾਈਲ ਹੈ ਇਹ, ਜੇ ਸਟੇਟਮੈਂਟ ਆਫ ਪਰਪਸ ਨਹੀਂ ਬਣਿਆ ਉਸ ਤੇ ਆਏਗੀ. ਜਦ ਤੁਸੀਂ ਆਪਣਾ SOP ਚੈੱਕ ਕਰੋਗੇ ਜਦ ਯੈਸ ਮਿਹਨਤ ਹੋਈ ਹੈ, ਅਖੀਰਲੀ ਸਟੇਜ ਹੈ, ਲੈਟ ਸਮਬਡੀ ਫਰੋਮ ਦਾ ਵੀਜ਼ਾਸ ਕਾਲ ਯੂ ਬੈਕ ਇਟਸ ਤੁਹਾਡੇ ਫਾਈਲ ਦੇ ਰਿਗਾਰਡਿੰਗ ਬਟ ਟੁਡੇ ਈਵਨਿੰਗ ਜੀ. ਨੇਹਾ ਰਾਣੀ ਜੀ ਪੁੱਛਦੇ ਨੇ, ਸਰ ਦਾ ਕੁਆਲੀਫਿਕੇਸ਼ਨ ਆਫ ਸਪਾਊਸ ਮੈਟਰਸ ਆਰ ਨਾਟ ਇਨ ਆਸਟ੍ਰੇਲੀਅਨ ਯੂਨੀਵਰਸਿਟੀਜ਼? ਨੇਹਾ ਜੀ, ਜਨਰਿਕ ਕੁਐਸਚਨ ਹੈ. ਜੇ ਤੁਸੀਂ ਯੂਨੀਵਰਸਿਟੀ ਸਪੈਸੀਫਿਕ ਹੋਣੇ ਆ, ਜੇ ਤੁਸੀਂ ਮੈਨੂੰ 4-5 ਯੂਨੀਵਰਸਿਟੀਆਂ ਜਿਹੜੀ ਕਿ ਮੈਲਬਰਨ 'ਚ ਹੈ, ਔਰ ਬ੍ਰਿਸਬਨ 'ਚ ਇੱਕ ਯੂਨੀਵਰਸਿਟੀ ਹੈ, ਔਰ ਸਿਡਨੀ 'ਚ ਇੱਕ ਯੂਨੀਵਰਸਿਟੀ ਹੈ, ਇਹਨਾਂ ਨੂੰ ਛੱਡ ਦਿੰਦੇ ਹੋ, ਕਿਸੇ ਯੂਨੀਵਰਸਿਟੀ ਵਾਸਤੇ ਸਪਾਊਸ ਦੀ ਕੁਆਲੀਫਿਕੇਸ਼ਨ ਮੈਟਰ ਨਹੀਂ ਕਰਦੀ. ਮੈਂ ਉਹ ਯੂਨੀਵਰਸਿਟੀਆਂ ਛੱਡੀਆਂ ਨੇ, ਮੈਂ ਨਾਮ ਨਹੀਂ ਲੈ ਸਕਦਾ ਉਹਨਾਂ ਦੇ, ਉਹ ਯੂਨੀਵਰਸਿਟੀਆਂ ਛੱਡੀਆਂ ਨੇ ਜਿਹੜਾ ਕਿ IT, ਅਕਾਊਂਟਿੰਗ ਔਰ ਬਿਜ਼ਨਸ ਦੇ ਕੋਰਸਿਸ ਦਿੰਦੀਆਂ ਨੇ. ਤੁਸੀਂ ਵਧੀਆ ਯੂਨੀਵਰਸਿਟੀ ਜਾਂ ਵਧੀਆ ਓਰੀਜਨਲ ਯੂਨੀਵਰਸਿਟੀ, ਟ੍ਰੈਡੀਸ਼ਨਲ ਯੂਨੀਵਰਸਿਟੀ ਜਾਂਦੇ ਹੋ, ਉਹਨਾਂ ਨੂੰ ਸਪਾਊਸ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ. ਉਹਨਾਂ ਤੁਹਾਡੀ ਪ੍ਰੋਫਾਈਲ ਦੇਖਣੀ ਹੈ, ਤੁਹਾਡੇ IELTS ਸਕੋਰ ਦੇਖਣੇ, ਉਹ ਤੇ ਡਿਸਾਈਡ ਕਰਨਾ ਐਡਮਿਸ਼ਨ ਐਂਡ ਵੀਜ਼ਾ GT ਵਾਲਾ. ਅਦਰਵਾਈਜ਼ ਕੁਆਲੀਫਿਕੇਸ਼ਨ ਸਪਾਊਸ ਦੇ ਆਸ, ਬਟ ਦੇ ਆਰ ਲੀਸਟ ਬਾਦਰਡ ਅਬਾਊਟ ਇਟ. ਰੌਬ ਜੀ, ਤੁਹਾਡਾ ਮੈਸੇਜ ਪੜ੍ਹ ਲਿਆ ਹੈਗਾ ਮੈਂ, ਤੁਹਾਨੂੰ ਸੰਬੜੀ ਵਿਲ ਗੈਟ ਬੈਕ ਟੂ ਯੂ ਅਗੇਨ. ਹਰਮਨ ਜੀ, BSc 6 ਓਵਰਆਲ, ਸਰ ਮੈਲਬਰਨ ਸਿਡਨੀ ਛੱਡ ਦਿਓ, ਜੇ ਫੰਡ ਨਵਾਂ ਹੈਗਾ 28 ਦਿਨ ਪੁਰਾਣਾ ਹੈ, ਮੈਲਬਰਨ ਸਿਡਨੀ ਛੱਡ ਦਿਓ, ਹੋਰ ਕਿਤੇ ਵੀ ਤੁਹਾਡਾ ਐਪਲੀਕੇਸ਼ਨ ਪੋਸੀਬਲ ਹੈਗਾ. ਹਰਮਨ ਜੀ ਨਾਲ ਮੈਂ ਆਨਸਰ ਦੇ ਰਿਹਾ ਸੀਗਾ. ਅਨੁਰਾਗ ਸਿੰਘ ਠਾਕੁਰ ਜੀ ਦੁਬਾਰਾ ਪੁੱਛਦੇ ਨੇ, ਕੈਨੇਡਾ ਲਈ ਕਿਤਨਾ ਗੈਪ ਐਕਸੈਪਟੇਬਲ ਹੈ? ਅਨੁਰਾਗ, ਗੈਪ ਜੋ ਹੈ ਨਾ, ਉਸਕੀ ਐਕਸਪਲੇਨੇਸ਼ਨ, ਉਸਕੀ ਡੈਫੀਨੇਸ਼ਨ ਬੜੀ ਅਜੀਬ ਹੋਤੀ ਹੈ. ਅਬ ਗੈਪ ਹੋਤਾ ਹੈ, ਕੋਈ ਘਰ ਬੈਠ ਕੇ TV ਦੇਖ ਰਿਹਾ ਹੈ, ਕੋਈ ਡਿਪਲੋਮੇ ਕਰ ਰਿਹਾ ਪੜ੍ਹਾਈ ਕੇ ਬਾਅਦ, ਯੂ ਨੋ IT ਡਿਪਲੋਮਾ, ਜਾਂ ਕੋਈ ਕਾਰੋਬਾਰ ਮੇ ਚਲਾ ਗਿਆ ਆਪਣੇ, ਡਿਪੈਂਡ ਕਿਸ ਤਰ੍ਹਾਂ ਕਾ ਗੈਪ ਹੈ. ਅਗਰ ਆਪ ਘਰ ਪਰ ਬੈਠੇ TV ਦੇਖ ਰਹੇ ਹੋ ਸਾਲ ਡੇਢ ਸਾਲ ਸੇ, ਤੋ 18 ਮਹੀਨੇ ਕਾ ਗੈਪ ਲਗਾ ਕੇ ਚਲੋ ਸਮਝਾ ਸਕਤੇ ਹੈ ਕਿਆ ਕਿਆ TV ਮੇ ਦੇਖਾ ਹਮਨੇ. ਅਗਰ ਆਪਣੇ ਕਾਰੋਬਾਰ ਮੇ ਗਏ ਹੋ, ਆਪਣੇ ਫੈਮਿਲੀ ਬਿਜ਼ਨਸ ਮੇ ਗਏ ਹੋ, ਔਰ ਆਪ ਆਪਣੇ ਕੋਈ ਡਿਪਲੋਮੇ ਕਰ ਰਹੇ ਹੋ, ਤੋ 2-3 ਸਾਲ ਕਾ ਗੈਪ ਵੀ ਐਕਸੈਪਟੇਬਲ ਹੋਤਾ ਹੈ, ਉਸਕੋ ਸਮਝਾਨਾ ਪੜਤਾ ਹੈ ਬਸ. ਪਰਮ ਪਰਮਾਰ ਜੀ ਪੁੱਛਦੇ, +2 2016, ਆਫਟਰ ਦੈਟ ਇੰਡਸਟਰੀਅਲ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, 2 ਈਅਰ, 6 ਮੰਥਸ ਆਲ, 6 ਬੈਂਡ, ਨਾਟ ਲੈਸ ਦੈਨ 5.5, ਕੈਨ ਆਈ ਅਪਲਾਈ ਫਾਰ ਆਸਟ੍ਰੇਲੀਆ? ਪਰਮ, ਤੁਹਾਡਾ ਡਿਪਲੋਮਾ ਜਿਹੜਾ ਹੈਗਾ ਨਾ ਕੰਪਿਊਟਰ ਐਪਲੀਕੇਸ਼ਨ ਦਾ, ਉਹਦੇ ਬੇਸ ਤੇ ਕੁਛ ਹੋ ਗਿਆ ਤਾਂ ਹੋ ਗਿਆ, ਕਿਉਂਕਿ ਟੈਕਨੀਕਲੀ ਹੁਣ ਤੁਹਾਡੀ ਗ੍ਰੈਜੂਏਸ਼ਨ ਹੋ ਜਾਂਦੀ ਐਸ ਫਾਰ ਐਸ ਹਾਈ ਕਮਿਸ਼ਨ ਜਾਂ ਕਾਲਜ ਯੂਨੀਵਰਸਿਟੀ ਇਜ਼ ਕੰਸਰਨ. ਆਸਟ੍ਰੇਲੀਆ ਵਾਸਤੇ ਚਾਂਸਿਸ ਘੱਟ ਰਹਿਣਗੇ, ਟ੍ਰਾਈ ਫਾਰ ਕੈਨੇਡਾ, ਕਿਉਂਕਿ ਆਸਟ੍ਰੇਲੀਆ ਨੂੰ ਤੁਹਾਡੇ 2 ਸਾਲ ਦਾ ਡਿਪਲੋਮਾ ਜਿਹੜਾ ਹੈਗਾ ਉਹ ਸਮਝ ਨਹੀਂ ਆਉਣਾ. ਜੇ ਕਰਨਾ ਹੈ ਤਾਂ ਆਸ 6 ਬੈਂਡ ਕੋਈ 6 ਤੋਂ ਘੱਟ ਨਾ ਲਵੋ, ਦੈਨ ਅਪਲਾਈ ਫਾਰ ਆਸਟ੍ਰੇਲੀਆ. ਇੱਕ ਚੀਜ਼ ਤਾਂ ਸਟਰੋਂਗ ਹੋ ਜਾਏ, ਕਿਉਂਕਿ ਉਹਨਾਂ ਨੇ ਸਿੰਪਲ ਇਹ ਚੀਜ਼ ਦੇਖਣੀ ਹੈ, ਹੁਣ ਤੱਕ ਤੁਹਾਡੀ ਗ੍ਰੈਜੂਏਸ਼ਨ ਹੋ ਜਾਂਦੀ, ਤੁਸੀਂ ਹੁਣ ਗ੍ਰੈਜੂਏਸ਼ਨ ਸ਼ੁਰੂ ਕਰਦੇ ਪਏ ਹੋ, ਦੈਟ ਮੀਨ ਯੂ ਆਰ 2 ਈਅਰਸ ਬਿਹਾਈਂਡ ਦ ਟਾਈਮ. ਤਾਂ ਉਹ ਚੀਜ਼ ਸਮਝਾਉਣ ਵਾਸਤੇ ਆਸ ਥੋੜ੍ਹਾ ਮਜ਼ਬੂਤ ਕਰ ਲਓ, ਦੈਨ ਯੈਸ ਯੂ ਹੈਵ ਸਮ ਚਾਂਸਿਸ. ਅਦਰਵਾਈਜ਼ ਐਸ ਸੱਚ ਪ੍ਰੋਫਾਈਲ ਆਸਟ੍ਰੇਲੀਆ ਕੈਨੇਡਾ ਵਾਸਤੇ ਯੂ ਕੈਨ ਡੈਫੀਨਿਟਲੀ ਟਰਾਈ. ਤਸੇਨ ਸਿੰਘ ਜੀ ਪੁੱਛਦੇ ਨੇ, BSc ਨਰਸਿੰਗ ਓਵਰਆਲ 6 ਬੈਂਡ ਇਨ PTE, ਆਸਟ੍ਰੇਲੀਆ ਵੀਜ਼ਾ ਪੋਸੀਬਲ ਆਰ ਨਾਟ ਵਿਦ ਐਲੀ ਕੋਰਸ ਔਰ ਵਿਦਆਊਟ? ਤਸੇਨ ਜੀ, 6 ਬੈਂਡ PTE ਚ ਨਹੀਂ ਹੋਣਗੇ, PTE ਦਾ ਸਕੋਰ ਲਿਖ ਲਓ,
ਜੇ ਤੁਹਾਡੇ 56 ਹੈ ਕੋਈ 50 ਤੋਂ ਘੱਟ ਨਹੀਂ ਹੈ ਤਾਂ ਵਿਦਾਊਟ ਐਲ, ਜੇ 58 ਹੈ ਵਿਦਾਊਟ 50 ਤੋਂ ਥੱਲੇ ਨਹੀਂ ਹੈ ਫਿਰ ਵਿਦਾਊਟ ਐਲੀ ਹੋਏਗਾ, ਜੇ 56, 54, 52 ਹੈਗੇ ਫਿਰ ਐਲੀਕੋਜ਼ ਦੇ ਨਾਲ ਹੋਏਗਾ। ਅਨੁਰਾਗ ਸਿੰਘ ਠਾਕੁਰ ਜੀ, ਬੀਪੈਡ ਕੇ ਪਾਸ ਕੌਨ ਸਾ ਕੋਰਸ? ਅਨੁਰਾਗ ਜੀ ਪਹਿਲਾਂ ਆਇਲਟਸ ਕਰ ਲਓ, ਫਿਰ ਆਪਾਂ ਕੋਰਸ ਡਿਸਕਸ਼ਨ ਕਰ ਲਾਂਗੇ। ਆਇਲਟਸ ਹੈਜ਼ ਟੂ ਬੀ ਯੋਰ ਫਸਟ ਪ੍ਰਾਇਰਟੀ ਐਂਡ ਉਸ ਤੋਂ ਬਾਅਦ ਡੈਫੀਨੇਟ ਤੁਸੀਂ ਕਰ ਸਕਦੇ ਹੋ ਜੀ। ਸੁਖ ਸਮਰਾ ਜੀ, ਪਲੱਸ ਟੂ ਮੈਡੀਕਲ ਸਟ੍ਰੀਮ 80%, ਮਾਰਕਸ 2017, 6 ਬੈਂਡ ਇਨ ਆਇਲਟਸ, ਆਲਰੇਡੀ ਰਿਫਿਊਜ਼ਲ ਫਰੋਮ ਆਸਟ੍ਰੇਲੀਆ, ਵਨ ਅਪਲਾਈ ਅਗੇਨ। ਸੁਖ ਜੀ, ਤੁਸੀਂ ਪਲੱਸ ਟੂ ਤੋਂ ਬਾਅਦ ਕਿਹੜੇ ਕੋਰਸ ਵਾਸਤੇ ਅਪਲਾਈ ਕੀਤਾ ਸੀ? ਕੀ ਉਹ ਡਿਪਲੋਮਾ ਆਫ ਨਰਸਿੰਗ ਸੀ, ਕੀ ਡਿਪਲੋਮਾ ਆਫ ਡੈਂਟਲ ਟੈਕਨੋਲੋਜੀ ਸੀਗਾ? Percentage is good, IELTS is good, ਇੱਕ ਵਾਰ ਡੈਫੀਨੇਟਲੀ ਆਪਣੇ ਰਿਜੈਕਸ਼ਨ ਲੈਟਰ ਨਾਲ ਮਿਲੋ ਐਂਡ ਵਿਲ ਸੀ ਵਟ ਕੈਨ ਬੀ ਡਨ। ਹਰਦੀਪ ਸਿੰਘ ਜੀ, ਸਰ ਆਈ ਹੈਵ 6 ਈਅਰ ਟੀਚਿੰਗ ਐਕਸਪੀਰੀਅੰਸ ਵਿਦ ਸੈਲਰੀ ਐਂਡ ਅਕਾਊਂਟ, ਬੈਚਲਰ ਆਫ ਐਜੂਕੇਸ਼ਨ, ਪਾਸ ਆਊਟ 2018 ਵਿਦ 72%, ਕੈਨੇਡਾ ਅਪਲਾਈ ਕਰਨਾ ਜੀ? ਮੈਮ ਕਰ ਸਕਦੇ ਹੈਗੇ, ਦਰ ਇਜ਼ ਨੋ ਪ੍ਰੋਬਲਮ, ਓਨਲੀ ਥਿੰਗ ਇਜ਼ IELTS ਇਜ਼ ਮਿਸਿੰਗ। IELTS ਕਰ ਲੈਂਦੇ ਹੋ ਤਾਂ ਡੈਫੀਨੇਟਲੀ ਯੂ ਕੈਨ ਗੋ ਫਾਰ ਇਟ। ਅਗੇਨ ਆਪਣੇ BEd ਸਬਜੈਕਟ ਦੇਖ ਲਿਓ ਕਿਹੜੇ ਕਿਹੜੇ ਅਵੇਲੇਬਲ ਨੇ। ਪਰਮ ਜੀ ਪੁੱਛਦੇ ਨੇ ਜੀ ਆਸਟ੍ਰੇਲੀਆ ਪੋਸੀਬਲ ਔਰ ਕੈਨੇਡਾ? ਪਰਮ ਜੀ, ਹੈਵ ਟੂ ਗੋ ਬੈਕ ਟੂ ਯੂਅਰ ਕੁਇਰੀ ਅਗੇਨ, ਇੱਕ ਮਿੰਟ ਦਿਓ ਮੈਨੂੰ ਜਰਾ, ਆਈ ਥਿੰਕ ਆਈ ਲੋਸਟ ਦ ਕੁਇਰੀ। ਪਰਮ 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 ਕੈਨੇਡਾ, ਪਰਮ ਜੀ ਕੈਨੇਡਾ ਡਿਪਲੋਮਾ ਆਫ ਨਰਸਿੰਗ। ਸੁਖ ਜੀ ਆਈ ਗੋਟ ਇਟ, ਜਿਵੇਂ ਤੁਸੀਂ ਪਲੱਸ ਟੂ ਮੈਡੀਕਲ ਲਿਖਿਆ, ਗੋ ਫਾਰ ਅ ਬੈਚਲਰ ਪ੍ਰੋਗਰਾਮ, ਦਿਸ ਕੇਸ ਕੈਨ ਬੀ ਡਨ। ਕਮਲ ਸਿੱਧੂ ਸੰਧੂ ਜੀ, ਸਰ ਆਈ ਹੈਡ ਡਨ BSc ਨਰਸਿੰਗ 72%, 6 points ਓਵਰਆਲ, ਕੈਨ ਆਈ ਅਪਲਾਈ ਫਾਰ ਕੈਨੇਡਾ? ਕਰ ਸਕਦੇ, ਦ ਓਨਲੀ ਥਿੰਗ ਇਜ਼ ਯੂ ਹੈਵ ਟੂ ਸਿਲੈਕਟ ਦ ਕੋਰਸ ਕੇਅਰਫੁਲੀ, ਪਰਸਨਲ ਸਪੋਰਟ ਵਰਕਰ ਕਰਨਾ ਹੈਗਾ, ਓ ਟੀ ਵਿੱਚ ਕਰਨਾ ਹੈ, ਔਰ ਸਪੈਸ਼ਲਾਈਜ਼ ਕੋਰਸ ਹੈਜ਼ ਟੂ ਬੀ ਦੇਅਰ, ਐਂਡ ਯੂ ਕੈਨ ਡੈਫੀਨੇਟਲੀ ਟਰਾਈ ਫਾਰ ਦੈਟ, ਨੋ ਪ੍ਰੋਬਲਮ। ਅਨੁਰਾਗ ਜੀ, ਤੁਸੀਂ ਲੁਧਿਆਣਾ ਆਫਿਸ ਕਦ ਆਉਂਦੇ? ਆਈ ਵਾਂਟ ਟੂ ਵਿਜ਼ਿਟ ਟੂ ਯੋਰ ਆਫਿਸ। ਅਨੁਰਾਗ ਜੀ, ਮੈਂ ਅਗਲੇ ਹਫਤੇ ਜਾਂ ਬੁੱਧਵਾਰ ਜਾਂ ਵੀਰਵਾਰ ਨੂੰ ਇੱਕ ਦਿਨ ਆਵਾਂਗਾ, ਆਈ ਐਮ ਜਸਟ ਟ੍ਰਾਇੰਗ ਟੂ ਸ਼ੈਡਿਊਲ ਮਾਈ ਵਿਜ਼ਿਟਸ, ਇਹ ਤੁਹਾਨੂੰ ਫੇਸਬੁੱਕ ਪੇਜ ਉੱਤੇ ਪਤਾ ਲੱਗ ਜਾਏਗਾ। ਹਰਦੀਪ ਸਿੰਘ ਜੀ, 5.5 ਹੈ ਜੀ, ਨੋਟ ਲੈਸ ਦੈਨ 6। ਹਰਦੀਪ ਜੀ, ਤੁਹਾਡੀ ਪੂਰੀ ਕੁਐਰੀ ਕੀ ਸੀਗੀ? ਹਰਦੀਪ ਜੀ, ਤੁਹਾਡੀ ਕੁਐਰੀ ਮੈਂ ਪਿੱਛੇ, ਓਕੇ, ਹਾਂਜੀ ਹਾਂਜੀ ਹਰਦੀਪ ਜੀ, ਡਿਪਲੋਮਾ ਹੋਏਗਾ ਅਗੇਨ, ਪੋਸਟ ਗ੍ਰੈਜੂਏਟ ਡਿਪਲੋਮਾ ਨਹੀਂ ਹੋਏਗਾ। ਸੁਖ ਸ਼ਰਮਾ, ਸਰ ਇਹ ਪ੍ਰੋਫਾਈਲ ਤੇ ਵੀਜ਼ਾ ਆਏਗਾ? ਦੇਖੋ ਜੀ, ਤੁਸੀਂ ਸਹੀ ਕੋਰਸ ਜਾਓਗੇ, ਚਾਂਸ ਤੁਹਾਡੇ ਵਧੀਆ ਨੇ, ਤੁਹਾਨੂੰ ਇਹ ਦੱਸ ਦਿੰਦਾ ਤੁਹਾਡਾ ਪੈਸਾ ਨਹੀਂ ਖਰਾਬ ਹੋਏਗਾ, ਇਹ ਮੈਂ ਜ਼ਰੂਰ ਕਹਿ ਦਿੰਦਾ ਹੈਗਾ, ਜਿਹੜਾ ਵੀ ਚੀਜ਼ਾਂ ਹੈਗੀਆਂ, ਦੈਟ ਆਈਲ ਬੀ ਪੁਟਿੰਗ ਮਾਈ ਮਨੀ ਔਨ ਰਿਸਕ ਵਿਦ ਯੂ, ਤੇ ਤੁਸੀਂ ਇੰਨਾ ਰਿਸਕ ਲੈਣ ਨੂੰ ਤਿਆਰ ਹੋ ਗਏ, 3-3.5 ਮਿੰਟ ਦਾ ਸਮਾਂ ਦੇਣ ਨੂੰ ਤਿਆਰ ਹੋ, ਡੈਫੀਨੇਟਲੀ ਇਹ ਪ੍ਰੋਫਾਈਲ ਕੀਤੀ ਜਾ ਸਕਦੀ ਹੈ, ਕੋਈ ਹਰਜ ਨਹੀਂ ਹੈਗਾ ਜੀ ਇਹਦੇ ਵਿੱਚ। ਪ੍ਰਦੀਪ ਜੱਟ ਜੀ ਪੁੱਛਦੇ ਨੇ ਜੀ, 6.5 ਬੈਂਡ ਇਨ ਆਲਸ, ਕੈਨ ਆਈ ਅਪਲਾਈ ਫਾਰ ਸਪਾਊਸ, ਆਈ ਹੈਵ ਡਨ ਮਾਈ ਡਿਗਰੀ, ਕੈਨ ਆਈ ਅਪਲਾਈ ਫਾਰ ਸਪਾਊਸ? ਸੋਰੀ ਪ੍ਰਦੀਪ ਜੀ, ਸਵਾਲ ਸਮਝ ਨਹੀਂ ਆਇਆ, 6.5 ਬੈਂਡ ਹੈ ਤੁਹਾਡੇ, ਕੀ ਤੁਸੀਂ ਸਪਾਊਸ ਵੀਜ਼ਾ ਕਰ ਸਕਦੇ ਹੋ? ਦਾ ਆਨਸਰ ਇਜ਼ ਯੈਸ, ਡੈਫੀਨੇਟਲੀ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਤੇ ਇਸ ਤੋਂ ਇਲਾਵਾ ਕੁਝ ਕੁਐਸਚਨ ਨੇ, ਡਾਕਟਰ ਟਾਈਮ ਰਨ ਆਊਟ ਹੋ ਰਿਹਾ ਜੀ, ਬਾਕੀ ਬਹੁਤ ਸਾਰੀ ਹੈਲੋਸ ਤੇ ਗੁੱਡ ਵਿਸ਼ਸ ਨੇ, ਤੇ ਥੈਂਕ ਯੂ ਵੈਰੀ ਮੱਚ ਮੇਰੇ ਨਾਲ ਜੁੜਨ ਵਾਸਤੇ। ਅਗਲੇ ਮੰਡੇ ਤੋਂ ਵਿਲ ਟਰਾਈ ਟੂ ਸਟਾਰਟ ਨਿਊ ਸੀਰੀਜ਼, ਹਰ ਰੋਜ਼ ਤੁਹਾਡੇ ਰੂਬਰੂ ਆ ਕੇ ਐਟਲੀਸਟ 5-10 ਮਿੰਟ ਤੁਹਾਡੀ ਉਹ ਚੀਜ਼ਾਂ ਜਿਹੜੀ ਤੁਹਾਨੂੰ ਵੀਜ਼ਾ ਲੱਗਣ ਤੋਂ ਬਾਅਦ, ਵੀਜ਼ਾ ਲੱਗਣ ਤੋਂ ਪਹਿਲਾਂ ਜਾਂ ਪ੍ਰੋਸੈਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਐਵਰੀਡੇ ਤੁਹਾਡੇ ਨਾਲ ਸ਼ੇਅਰ ਕਰਾਂਗੇ 5-10 ਮਿੰਟ ਦਾ ਵੀਡੀਓ। ਬਾਕੀ ਤੁਹਾਡੇ ਸਵਾਲ ਆ, 10 ਮਿੰਟ ਨੂੰ ਅੱਧਾ ਘੰਟਾ ਲੈ ਕੇ ਜਾ ਸਕਦੇ ਨੇ, ਘੰਟਾ ਵੀ ਲੈ ਕੇ ਜਾ ਸਕਦੇ ਨੇ, ਉਹ ਤੁਹਾਡੇ ਸਵਾਲ ਹੋਣਗੇ। ਐਂਡ ਮੈਂ ਹਰ ਵਾਰ ਇਹੀ ਕਹਿੰਦਾ, ਤੁਹਾਡੇ ਸਵਾਲਾਂ ਤੋਂ ਹੀ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ, ਤੁਹਾਡੇ ਸਵਾਲਾਂ ਤੋਂ ਹੀ ਅਸੀਂ ਆਪਣੀ ਟੈਕਨੀਕਲ ਪਲੱਸ ਪ੍ਰੈਕਟੀਕਲ ਚੀਜ਼ਾਂ ਉੱਤੇ ਲੈ ਕੇ ਜਾਂਦੇ ਹਾਂ। ਤਾਂ ਕੀਪ ਆਸਕਿੰਗ ਲੋਟ ਆਫ ਕੁਐਸਚਨਸ ਟੂ ਅਸ, ਕੀਪ ਰਾਈਟਿੰਗ ਟੂ ਅਸ ਆਪਣੇ ਕੰਸਰਨ, ਸਪੈਸ਼ਲੀ ਦੀਪਜੋਤ ਜੀ, ਮੈਂ ਤੁਹਾਡੇ ਹਜੇ ਵੀ ਵੇਟ ਕਰਦਾ ਪਿਆ ਹੈਗਾ, ਆਈ ਵਾਂਟ ਟੂ ਸਪੀਕ ਟੂ ਯੂ, ਮੈਨੂੰ ਆਪਣਾ ਫਾਈਲ ਨੰਬਰ ਕਾਇੰਡਲੀ ਵਟਸਐਪ ਕਰੋ ਔਰ ਆਪਣਾ ਮੈਸੇਜ ਕਰ ਦਿਓ ਵਿਦ ਯੋਰ ਫੋਨ ਨੰਬਰ, ਐਂਡ ਵੇਟ ਫੋਰ ਮਾਈ ਕਾਲ ਜੀ, ਥੈਂਕ ਯੂ ਸੋ ਵੈਰੀ ਮੱਚ। ਹੁਣ ਜਿਹੜੇ ਕੁਐਸਚਨ ਰਹਿ ਗਏ ਨੇ, ਮਾਈ ਟੀਮ ਵਿਲ ਬੀ ਰਿਪਲਾਈਂਗ ਟੂ ਯੂ ਓਵਰ ਦਾ ਫੋਨ ਕਾਲਸ, ਐਂਡ ਥੋੜਾ ਟਾਈਮ ਲਿਮਿਟੇਸ਼ਨ ਹੈਗਾ, ਤੇ ਮੈਨੂੰ ਹੁਣ ਤੁਸੀਂ ਆਗਿਆ ਦਿਓ। ਥੈਂਕ ਯੂ ਵੈਰੀ ਮੱਚ ਐਂਡ ਹੈਵ ਅ ਲਵਲੀ ਵੀਕਐਂਡ, ਥੈਂਕ ਯੂ।